ਕੰਮ ਕਰਦੇ ਸੀਗੇ ਤੇ ਉਹ ਤੇ ਭਾਈ ਸਾਹਿਬ ਦੇ ਜਿਹੜਾ ਦਿਨ ਚਾਰ ਮਿੰਟ ਪੜ੍ਹਦੇ ਸੀ ਜਾਣਦੇ ਸੀਗੇ ਪਾਰਲੀਮੈਂਟ ਨੂੰ ਵੀ ਕਵਰ ਕੀਤਾ ਭਾਈ ਸਾਹਿਬ ਨੇ ਪਹਿਲਾਂ ਬਟ ਵਰਲਡ ਵਾਈਡ ਸਿੱਖ ਸੰਗਤ ਦੇ ਵਿੱਚ ਭਾਈ ਸਾਹਿਬ ਉਦੋਂ ਫੇਮਸ ਹੋਏ ਜਦੋਂ 1984 ਦੇ ਜਿਹੜੇ ਜੀਨੋਸਾਈਡ ਵਿੱਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਜਿਹੜੇ ਨਾਮ ਆਏ ਸੀਗੇ ਤੇ ਉਦੋਂ CBI ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਦੁਸ਼ਟਾਂ ਨੂੰ ਤੇ ਜਦੋਂ ਦੁਸ਼ਟਾਂ ਨੂੰ ਕਲੀਨ ਚਿੱਟ ਦਿੱਤੀ ਤੇ ਚਿਦੰਬਰਮ ਜਿਹੜਾ ਹੋਮ ਮਿਨਿਸਟਰ ਸੀਗਾ ਆਪਣਾ ਇੰਡੀਆ ਦਾ ਪੀ ਚਿਦੰਬਰਮ ਤੇ ਪੀ ਚਿਦੰਬਰਮ ਨੇ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਜਿਹੜੇ ਦੋਸਤ ਨੇ ਉਹ ਅੱਜ CBI ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤੇ ਉਹਦੇ ਨਾਲ ਹੀ ਕਾਂਗਰਸ ਨੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਜਿਹੜੀਆਂ ਉਦੋਂ ਉਸ ਟਾਈਮ ਤੇ ਲੋਕ ਸਭਾ ਦੀਆਂ ਇਲੈਕਸ਼ਨ ਵਾਸਤੇ ਤੇ ਭਾਈ ਸਾਹਿਬ ਨੇ ਦੇਖਿਆ ਸਾਰਾ ਕਿ ਕੀ ਸਿਸਟਮ ਬਣ ਰਿਹਾ ਹੈ ਤੇ ਕਿਉਂਕਿ ਭਾਈ ਸਾਹਿਬ ਪਾਰਲੀਮੈਂਟ ਕਵਰ ਕਰਦੇ ਸੀਗੇ ਜਦੋਂ ਪੀ ਚਿਦੰਬਰਮ ਦੀ ਕਾਨਫਰੰਸ ਸੀਗੀ ਭਾਈ ਸਾਹਿਬ ਉੱਥੇ ਸੀਗੇ ਭਾਈ ਸਾਹਿਬ ਨੇ ਉਹਨੂੰ ਕੁਐਸਚਨ ਪੁੱਛਿਆ ਵੀ ਤੂੰ ਹੋਮ ਮਿਨਿਸਟਰ ਹੈ ਤੂੰ ਦੇਸ਼ ਦਾ ਹੋਮ ਮਿਨਿਸਟਰ ਹੈ ਤੇਰੀ ਜਿਹੜੀ ਡਿਊਟੀ ਹੈ ਉਹ ਸਾਰੇ ਵਾਸਤੇ ਹੈ ਯੂ ਹੈਵ ਅ ਡਿਊਟੀ ਟੂਵਰਡਸ ਐਵਰੀਬਾਡੀ ਹਿੰਦੂਜ਼ ਮੁਸਲਿਮਸ ਸਿੱਖਸ ਕ੍ਰਿਸਚੀਅਨਸ ਔਰ ਵਟਐਵਰ ਰਿਲੀਜੀਅਨ ਇਜ਼ ਦੇਅਰ ਇਨ ਇੰਡੀਆ ਤੂੰ ਸਿਰਫ ਹਿੰਦੂਆਂ ਦਾ ਹੋਮ ਮਿਨਿਸਟਰ ਨਹੀਂ ਹੈ ਤੇ ਤੂੰ ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਕਿ ਤੂੰ ਬਹੁਤ ਖੁਸ਼ ਹੈ ਕਿ ਤੇਰੇ ਦੋਸਤਾਂ ਨੂੰ ਕਲੀਨ ਚਿੱਟ ਮਿਲ ਗਈ ਹੈ CBI ਤੋਂ ਤੇ ਤੁਸੀਂ ਉਹਨਾਂ ਨੂੰ ਨਾਲੇ ਟਿਕਟਾਂ ਦੇ ਰਹੇ ਹੋ ਉਹਦੇ ਰਿਪਲਾਈ ਦੇ ਵਿੱਚ ਪੀ ਚਿਦੰਬਰਮ ਨੇ ਕਿਹਾ ਕਿ ਤੁਸੀਂ ਆਪਣਾ ਪਰਸਨਲ ਏਜੰਡਾ ਇੱਥੇ ਕਰ ਰਹੇ ਹੋ ਭਾਈ ਸਾਹਿਬ ਕਹਿੰਦੇ ਮੇਰਾ ਕੋਈ ਪਰਸਨਲ ਏਜੰਡਾ ਨਹੀਂ ਹੈ ਤੂੰ ਦੇਸ਼ ਦਾ ਹੋਮ ਮਿਨਿਸਟਰ ਹੈ ਤੇ ਭਾਈ ਸਾਹਿਬ ਨੇ ਪ੍ਰੋਟੈਸਟ ਵਾਲੋਂ ਕਹਿੰਦੇ ਆਈ ਪ੍ਰੋਟੈਸਟ ਤੇ ਆਪਣਾ ਛੱਤਰ ਲਾ ਕੇ ਤੇ ਸੁੱਟਿਆ ਉਹਦੇ ਉਹਨੂੰ ਮਾਰਨ ਵਾਸਤੇ ਨਹੀਂ ਸੁੱਟਿਆ ਪ੍ਰੋਟੈਸਟ ਵਾਸਤੇ ਸੁੱਟਿਆ ਉਸੇ ਟਾਈਮ ਤੇ ਪੁਲਿਸ ਨੇ ਭਾਈ ਸਾਹਿਬ ਨੂੰ ਫੜ ਲਿਆ ਤੇ ਥਾਣੇ ਲੈ ਗਏ ਐਂਡ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਪਾਰਲੀਮੈਂਟ ਦੇ ਲਾਇਸੈਂਸ ਸੀਗਾ ਉਹ ਲਿਆ ਵਾਪਸ ਜਿਹੜੇ ਆਈਡੈਂਟੀਫਿਕੇਸ਼ਨ ਜਰਨਲਿਜ਼ਮ ਦੀ ਹੁੰਦੀ ਹੈ ਸਾਰੇ ਇਹਨਾਂ ਦੇ ਜਿੰਨੇ ਵੀ ਆਈਡੀ ਕਾਰਡ ਸੀਗੇ ਉਹ ਸਾਰੇ ਭਾਈ ਸਾਹਿਬ ਨੂੰ ਲੱਗੇ ਉਸ ਤੋਂ ਬਾਅਦ ਭਾਈ ਸਾਹਿਬ ਨੇ ਮਨ 'ਚ ਸੋਚਿਆ ਕਿ 1984 ਦਾ ਜਿਹੜਾ ਕਤਲੇਆਮ ਹੈ ਜਿਹਦੇ ਵਿੱਚ ਬੇਅੰਤ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਦੇ ਵਿੱਚ ਅਤੇ ਆਲ ਓਵਰ ਇੰਡੀਆ ਤੇ ਉਹਦੇ ਵਾਸਤੇ ਕੋਈ ਆਵਾਜ਼ ਨਹੀਂ ਚੱਕ ਰਿਹਾ ਲੇਕਿਨ ਉਹ ਜਦੋਂ ਛਿੱਤਰ ਸੁੱਟਿਆ ਉਹਦੇ ਨਾਲ ਇੰਪੈਕਟ ਕੀ ਹੋਇਆ ਕਿ ਉਸੇ ਟਾਈਮ ਤੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੋ ਕਾਲਡ ਸਿੱਖ ਪ੍ਰਾਈਮ ਮਿਨਿਸਟਰ ਉਹਦਾ ਬਿਆਨ ਆਇਆ ਕਿ ਦੇਰ ਆਏ ਦਰੁਸਤ ਆਏ ਤੇ ਉਹਨੇ ਉਸੇ ਟਾਈਮ ਤੇ ਜਿਹੜੀਆਂ ਟਿਕਟਾਂ ਸੀਗੀਆਂ ਉਹ ਵਾਪਸ ਲੈਣੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਜਗਦੀਸ਼ ਟਾਈਟਲਰ ਦੀਆਂ ਤੇ ਸੱਜਣ ਕੁਮਾਰ ਦੀਆਂ ਦੁਸ਼ਟਾਂ ਦੀਆਂ ਸੋ ਇਟ ਵਾਸ ਅ ਗ੍ਰੇਟ ਇੰਪੈਕਟ ਇਨ ਟਰਮਸ ਆਫ ਕਿ ਰੈਕੋਗਨੀਸ਼ਨ ਹੋਈ ਕਿ ਸੱਚੀ ਮੁੱਚੀ ਉਹ ਦੋਸ਼ੀ ਹੈ ਜਿਹਨੂੰ ਕਿ ਪਹਿਲਾਂ ਉਹ ਕਲੀਨ ਚਿੱਟ ਦੇ ਚੁੱਕੇ ਸੀ ਕਿ ਇਹ ਦੋਸ਼ੀ ਨਹੀਂ ਹੈ ਭਾਈ ਸਾਹਿਬ ਨੇ ਉਸ ਤੋਂ ਬਾਅਦ ਉਪਰਾਲਾ ਕੀਤਾ ਐਂਡ ਹੀ ਰੋਟ ਦਿਸ ਬੁੱਕ ਭਾਈ ਸਾਹਿਬ ਆਪੇ ਦੱਸਣਗੇ ਆਈ ਅਕਿਊਜ਼ ਤੇ ਐਟ 1984 ਦੇ ਰੀਅਲ ਜਿਹੜੇ ਵਿਕਟਿਮਸ ਹੈਗੇ ਆ ਉਹਨਾਂ ਦੀਆਂ ਰੀਅਲ ਸਟੋਰੀਜ਼ ਇਹਦੇ ਵਿੱਚ ਤੇ ਕਿਵੇਂ ਕਿਵੇਂ ਗਵਰਨਮੈਂਟ ਦੇ ਆਪਣੇ ਰਿਸੋਰਸਿਸ ਯੂਜ਼ ਕਰਕੇ ਪੁਲਿਸ ਨੂੰ ਜਿਹੜਾ ਇਨਫਰਾਸਟ੍ਰਕਚਰ ਸੀਗਾ ਉਹ ਕਿਵੇਂ ਉਹਨੂੰ ਯੂਜ਼ ਕੀਤਾ ਐਂਡ ਯੂਜ਼ ਕਰਕੇ ਕਿਸ ਤਰ੍ਹਾਂ ਉਹਨਾਂ ਨੇ ਇੰਪੈਕਟ ਕੀਤਾ ਸਾਰਾ ਕੁਝ 1984 ਦੇ ਵਿੱਚ ਕਿਵੇਂ ਕਤਲੇਆਮ ਕੀਤਾ ਸਾਡੀ ਬੀਬੀਆਂ ਭੈਣਾਂ ਦੀਆਂ ਪੱਤ ਵੀ ਰੋਲੀ ਗਈ ਸਾਰਾ ਕੁਝ ਜਿਹੜਾ ਰੀਅਲ ਅਕਾਊਂਟਸ ਹੈਗੇ ਆ ਬੁੱਕ ਦੇ ਵਿੱਚ ਹੈਗੇ ਆ ਭਾਈ ਸਾਹਿਬ ਨੇ ਉਸ ਤੋਂ ਬਾਅਦ ਆਪਣਾ ਇੱਕ ਮਿਸ਼ਨ ਬਣਾਇਆ ਕਿ ਸਿੱਖ ਕਰੈਕਟਰ ਉੱਤੇ ਕਿ ਸਿੱਖ ਕਰੈਕਟਰ ਜਿਹੜਾ ਹੈ ਕਿਉਂਕਿ ਆਪਣੇ 'ਚ ਜਿਹੜੇ ਕੋਈ ਸਿੱਖ ਵੀ ਹੈਗੇ ਆ ਉਹ ਰੈਕੋਗਨਾਈਜ਼ ਨਹੀਂ ਕਰਦੇ ਭਾਈ ਸਾਹਿਬ ਨੇ ਇੱਕ ਮਿਸ਼ਨ ਬਣਾਇਆ ਕਿ ਸਿੱਖ ਕਰੈਕਟਰ ਦੇ ਵਾਸਤੇ ਕਿ ਐਕਚੁਅਲ ਸਿੱਖ ਹਿਸਟਰੀ ਕੀ ਕਹਿੰਦੀ ਹੈ ਹਾਊ ਸ਼ੁੱਡ ਅ ਸਿੱਖ ਬੀ ਉਹਦੇ ਵਾਸਤੇ ਭਾਈ ਸਾਹਿਬ ਨੇ ਪੂਰੇ ਵਰਲਡ ਦੇ ਵਿੱਚ ਲੈਕਚਰ ਦੇਣੇ ਸ਼ੁਰੂ ਕਰਤੇ ਆਈ ਐਮ ਨੋਟ ਰੋਂਗ ਅਰਾਊਂਡ 300 ਲੈਕਚਰ ਭਾਈ ਸਾਹਿਬ ਦੇ ਚੁੱਕੇ ਹੈ ਆਈ ਥਿੰਕ ਦਿਸ ਇਜ਼ ਅ ਫਸਟ ਟਾਈਮ ਕਿ ਭਾਈ ਸਾਹਿਬ ਕੈਲੀਫੋਰਨੀਆ 'ਚ ਆਇਆ ਸੀ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਭਾਈ ਸਾਹਿਬ ਨੇ ਸਾਡੀ ਬੇਨਤੀ ਮੰਨ ਲਈ ਅਤੇ ਖਾਲਸਾ ਕੈਂਪ 'ਚ ਆਏ ਅਤੇ ਹੁਣ ਫਰੀਮੋਟ ਗੁਰਦੁਆਰਾ ਸਾਹਿਬ ਭਾਈ ਸਾਹਿਬ ਨੇ ਲੈਕਚਰ ਦਿੱਤਾ ਸੀ ਨੈਕਸਟ ਉਹਨਾਂ ਦੇ ਲੈਕਚਰ 25th ਨੂੰ ਸੈਨ ਹੋਜ਼ੇ ਐਂਡ ਹੋਰ ਵੀ ਬਾਕੀ ਥਾਵਾਂ 'ਤੇ ਨੇ ਅਤੇ ਮੈਂ ਜ਼ਿਆਦਾ ਟਾਈਮ ਨਾ ਲਵਾਂ ਗੱਲਾਂ ਬਾਤਾਂ ਦੇ ਵਿੱਚ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਆਜਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਵਾਹਿਗੁਰੂ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਦਾਸ ਦੀ ਫਤਿਹ ਦਾ ਜਵਾਬ ਗੱਜ ਵੱਜ ਕੇ ਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਥੇ ਸੰਗਤ ਵਿੱਚ ਐਸੀਆਂ ਰੂਹਾਂ ਬੈਠੀਆਂ ਜਿਹੜੀਆਂ ਸਿੱਖੀ ਕਿਰਦਾਰ ਨੂੰ ਕਮਾਉਂਦੀਆਂ ਜਿਹੜੀਆਂ ਨਾਮ ਜਪਦੀਆਂ ਉੱਥੇ ਖੜੇ ਹੋ ਕੇ ਮੇਰੇ ਵਰਗੇ ਮੂਰਖ ਨੂੰ ਸਿੱਖ ਕਿਰਦਾਰ ਦੀ ਗੱਲ ਕਰਨੀ ਹੈ ਮੈਂ ਸੱਚ ਦੱਸਾਂ ਮੇਰਾ ਹਿਰਦਾ ਕਹਿੰਦਾ ਕਿਸੇ ਰੂਪ ਨਹੀਂ ਕਿਸੇ ਜਾਤ ਨਹੀਂ ਕਿਸੇ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੈ ਗੁਣ ਵੀ ਹੋਣ ਨਾਮ ਜਪਿਆ ਨਾ ਤੇਰਾ ਗੱਲ ਉਹ ਕਰਨੀ ਆ ਕਰਨ ਜੋ ਕੋਈ ਨਹੀਂ ਹੁੰਦਾ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣਾ ਕਿਛ ਹਰ ਕੀਆ ਭਇਓ ਕਬੀਰ ਕਬੀਰ ਕੀਤਾ ਕਰਨਾ ਸਰਬ ਰਜਾਈ ਕਿਛ ਕੀਤੇ ਜੇ ਕਰ ਸਕੇ ਜਿਸ ਕਾ ਕਾਰਜ ਜਿਨਹੀਂ ਕੀਆ ਮਾਨਸ ਕਿਆ ਵਿਚਾਰਾ ਰੱਬ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਈ ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤੇ ਮੈਂ ਬਖਸ਼ ਮੇਰਾ ਅੱਜ ਦਾ ਵਿਸ਼ਾ 1984 ਦਾ ਨਹੀਂ ਹੈ ਅੱਜ ਆਪਾਂ ਸਿੱਖ ਕਿਰਦਾਰ ਬਾਰੇ ਗੱਲਬਾਤ ਕਰਨੀ ਹੈ ਅਤੇ ਮੈਂ ਜ਼ਿਆਦਾਤਰ ਲੈਕਚਰ ਸਮਝ ਲਓ ਕਿ 98% 1984 ਦੀ ਆਪਾਂ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਕਰਦੇ ਹਾਂ ਆਪਾਂ ਅੱਜ ਗੱਲ ਕਰਨੀ ਹੈ ਸਿੱਖੀ ਕਿਰਦਾਰ ਦੀ ਅਤੇ ਬੜੀਆਂ ਬਖਸ਼ੀਆਂ ਹੋਈਆਂ ਰੂਹਾਂ ਬੈਠੀਆਂ ਜੇ ਮੈਂ ਕਿਧਰੇ ਕੋਈ ਗੁਰਮਤ ਦੀ ਤੱਤ ਗੁਰਮਤ ਦੀ ਗੱਲ ਕਰਦੇ ਹੋਏ ਬਾਣੀ ਦੀ ਟੇਕ ਲੈ ਕੇ ਸ਼ੁਰੂ ਕਰਾਂਗਾ ਅਤੇ ਜੇ ਕਿਤੇ ਕੋਈ ਗਲਤ ਹੋਵੇ ਤਾਂ ਉਸ ਵੇਲੇ ਟੋਕ ਦੇਣਾ ਕਿਉਂਕਿ ਮੈਂ ਵੀ ਸਿੱਖਣ ਆਇਆ ਮੈਂ ਕੋਈ ਕਹਿਣ ਨਹੀਂ ਆਇਆ ਕਿ ਮੈਨੂੰ ਕੋਈ ਜ਼ਿਆਦਾ ਪਤਾ ਆਇਆ ਕਿਰਦਾਰ ਇੱਕ ਆਚਾਰ ਹੁੰਦਾ ਹੈ ਆਚਰਨ ਹੁੰਦਾ ਹੈ ਕਰੈਕਟਰ ਹੁੰਦਾ ਅਤੇ ਮਹਾਰਾਜ ਨੇ ਕਿਹਾ ਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ ਸੱਚ ਤੋਂ ਸਾਰੇ ਉਰੇ ਨੇ ਉਸ ਪਰਮ ਸੱਚ ਤੋਂ ਸਾਰੇ ਹੀ ਉਰੇ ਨੇ ਕੋਈ ਉਹਦੇ ਬਰਾਬਰ ਨਹੀਂ ਪਰ ਇਹ ਜਾਣਿਆ ਜੇ ਤੇ ਉਹ ਤੋਂ ਵੀ ਉੱਚਾ ਉਸ ਸੱਚ ਦਾ ਆਚਰਨ ਹੈ ਕਰੈਕਟਰ ਹੈ ਜਦ ਅਸੀਂ ਉਹਨੂੰ ਆਪਣੇ ਜੀਵਨ ਦੇ ਅੰਦਰ ਲਿਵਿੰਗ ਬਣਾਉਂਦੇ ਹਾਂ ਉਸ ਵਰਗਾ ਜੀਵਨ ਅਸੀਂ ਜੋ ਜਿਉਂਦੇ ਹਾਂ ਫਿਰ ਉਹ ਕਰੈਕਟਰ ਦੀ ਗੱਲ ਮਹਾਰਾਜ ਨੇ ਕੀਤੀ ਉਹ ਸਾਡੇ ਅੰਦਰ ਕਰੈਕਟਰ ਹੋਣਾ ਜ਼ਰੂਰੀ ਹੈ ਜੇ ਉਹ ਆਚਾਰ ਸਾਡੇ ਵਿੱਚ ਨਹੀਂ ਤਾਂ ਕੀ ਹੁੰਦਾ ਇਕੱਲੀ ਅਸੀਂ ਚੰਗੀਆਂ ਆਚਾਰੀ ਸਾਡਾ ਆਚਾਰ ਨਹੀਂ ਹੈ ਸਾਡਾ ਆਚਰਨ ਨਹੀਂ ਆ ਸਾਡਾ ਕਰੈਕਟਰ ਨਹੀਂ ਆ ਆਚਾਰੀ ਬੁਰੀਆਂ ਕੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਤਾਂ ਕਾਲੀਆਂ ਬਾਹਰ ਚਿਟਵੀਆਂ ਰੀਸਾਂ ਕਰੇ ਤਿਨਾੜੀਆਂ ਤਰਸੇਵੇਂ ਅੰਦਰ ਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਜੇ ਰਹਿਣ ਮੰਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿਨਕੇ ਸੰਗ ਮਿਲਾ ਇਹ ਜੀਵਨ ਦੇ ਵਿੱਚ ਸਿੱਖੀ ਦਾ ਕਿਰਦਾਰ ਹੈ ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹਾਂਗਾ ਇਹ ਮੇਰਾ ਅਕੀਦਾ ਮੇਰਾ ਭਰੋਸਾ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪ੍ਰਭੂ ਪਰਮੇਸ਼ਵਰ ਪਰਮਾਤਮਾ ਨੇ ਆਪ ਇਸ ਧਰਤੀ ਦੇ ਉੱਤੇ ਆ ਕੇ ਜਦੋਂ ਉਹਨੇ ਆਪਣਾ ਪਸਾਰਾ ਕੀਤਾ ਤੇ ਉਹਦੀ ਅੰਸ਼ ਜਿਹੜੀ ਆ ਉਹ ਸਾਰੇ ਜੀਵ ਜੰਤੂਆਂ ਮਨੁੱਖਾਂ 'ਚ ਜਦੋਂ ਆਈ ਆ ਅਤੇ ਜਿਹੜਾ ਵਾਪਸੀ ਦਾ ਰਾਹ ਆ ਜਦੋਂ ਉਸ ਅਕਾਲ ਪੁਰਖ 'ਚ ਅਭੇਦ ਹੋਣਾ ਹੈ ਉਹਦਾ ਜਿਹੜਾ ਰਾਹ ਉਹਦਾ ਜਿਹੜਾ ਕਿਰਦਾਰ ਆ ਉਹਨੂੰ ਆ ਕੇ ਜਦੋਂ ਦੁਨੀਆਂ 'ਤੇ ਦੱਸਣਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਹੈ ਹੋਰਾਂ ਨੂੰ ਵੀ ਕੁਝ ਮਾੜਾ ਮੋਟਾ ਰੋਸ਼ਨੀ ਮਿਲੀ ਪਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਚੌਹਾਂ ਜੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਜਗੋ ਤਾਂ ਇੱਕੋ ਨਾਮਾ ਔਰ ਨਿਰਾਫਲ ਕਾਮਾ ਉਹ ਸੱਚਾ ਨਾਮ ਉਹ ਪਰਮਾਤਮਾ ਦਾ ਸੱਚਾ ਨਾਮ ਉਹ ਅਕਾਲ ਪੁਰਖ ਦੀ ਆਪਣੀ ਬਾਣੀ ਉਸ ਨੂੰ ਇਸ ਧਰਤੀ ਤੇ ਲਿਆ ਕੇ ਉਹ ਅਕਾਲ ਪੁਰਖ ਦਾ ਗੁਰ ਪਰਮੇਸ਼ਰ ਗਿਆਨ ਆਪ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ 'ਚ ਆ ਕੇ ਗਿਆਨ ਰੂਪ 'ਚ ਹੋ ਕੇ ਸ਼ਬਦ ਰੂਪ 'ਚ ਹੋ ਕੇ ਇੱਥੇ ਆ ਕੇ ਵਰਤ ਗਿਆ ਕਿਉਂਕਿ ਇਹ ਸਮਾਂ ਆ ਗਿਆ ਹੈ ਕਿ ਜਦੋਂ ਇਹ ਜਿਹੜਾ ਮਨੁੱਖ ਹੈ ਉਸ ਨੂੰ ਉਹ ਰਾਹ ਦੱਸ ਕੇ ਪੰਥ ਜਿਹੜਾ ਮੇਰੇ ਵੀਰ ਗੱਲ ਕਰਦੇ ਨੇ ਪੰਥ ਉਸ ਪੰਥ ਨੂੰ ਆ ਕੇ ਪ੍ਰਗਟ ਕੀਤਾ ਮਹਾਰਾਜ ਨੇ
उस पंथ नूं प्रगट कीता कि हुण तुसीं सारे ये जान लिया जे दुनिया च किसे दा कोई निस्तारा मुक्ति गति नहीं होनी। जिहड़ा पंथ उह गुरु नानक साहिब महाराज आके प्रगट कीता ना उस राह तों होनी है। हुण गल आई कि उह जिहड़ा मनुख है उह जिहड़ा उस परम गति नूं प्राप्त कर सके उह परमात्मा नाल हर जैसा हो जाए, हर जन ऐसा चाहिए जैसा हर ही होए, उहदे लई इक करैक्टर इक किरदार घड़ना। ਉਹ ਕਿਰਦਾਰ ਕਿਹੋ ਜਿਹਾ ਹੋਵੇ ਜਿਹਦੇ ਨਾਲ ਉਹ ਦੀਨ ਤੇ ਦੁਨੀ ਵਿੱਚ ਉਹਦਾ ਮੂੰਹ ਜਿਹੜਾ ਨਾ ਉਜਲਾ ਹੋ ਜਾਏ, ਦੀਨ ਵਿੱਚ ਵੀ ਤੇ ਦੁਨੀ ਵਿੱਚ ਵੀ। ਇਹ ਜਾਣ ਲਿਆ ਜੇ ਉਹ ਕਿਰਦਾਰ ਮਹਾਰਾਜ ਨੇ ਘੜਿਆ ਕਿ ਦੀਨ ਤੇ ਦੁਨੀਆ ਦੋਵੇਂ ਵਿੱਚ ਸਿੱਖ ਜਿਹੜਾ ਉੱਥੇ ਵੀ ਪ੍ਰਵਾਨ ਹੋਵੇਗਾ ਤੇ ਇੱਥੇ ਵੀ ਪ੍ਰਵਾਨ ਹੋਵੇਗਾ, ਇੱਥੇ ਵੀ ਰਾਜਾ ਹੋਵੇਗਾ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਨਮਾਣੇ। ਮਹਾਰਾਜ ਰਾਜ ਯੋਗ ਕੀਤਾ, ਯੋਗ ਕਹਿੰਦੇ ਮਿਲਣਾ ਜੋੜ ਪਰਮਾਤਮਾ ਨਾਲ, ਤੇ ਰਾਜ ਯੋਗ ਕੀਤਾ। ਇਹ ਨਹੀਂ ਕਿ ਸੰਨਿਆਸੀ ਬਣ ਗਏ, ਪਖੰਡੀ ਬਣ ਗਏ ਤੇ ਦੁਨੀਆਂ ਛੱਡ ਕੇ ਚਲੇ ਗਏ। ਮਹਾਰਾਜ ਕਹਿੰਦੇ ਗ੍ਰਸਥ ਚ ਰਹੇਗਾ, ਕਿਰਦਾਰ ਬਣਾਇਆ, ਇੱਕ ਕਰੈਕਟਰ ਘੜਿਆ, ਉਹ ਗ੍ਰਸਥ ਵਿੱਚ ਰਹੇਗਾ। ਪਰ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਘਰ ਨਹੀਂ ਛੱਡਣਗੇ। ਉਹ ਸਿੱਖ ਜਿਹੜਾ ਆ ਉਹ ਗ੍ਰਸਥ ਨਹੀਂ ਛੱਡ ਕੇ ਜਾਏਗਾ, ਸੱਚਾ ਸੁੱਚਾ ਉਹਦਾ ਜੀਵਨ ਹੋਏਗਾ। ਉਹ ਜੋਗੀ ਨਹੀਂ ਬਣ ਜਾਏਗਾ, ਉਹ ਪਖੰਡ ਨਹੀਂ ਕਰੇਗਾ, ਉਹ ਇੱਕ ਕਿਰਦਾਰ ਹੈ। ਉਸ ਕਿਰਦਾਰ ਨੂੰ ਘੜਿਆ ਮਹਾਰਾਜ ਨੇ ਤੇ ਉਹ ਸੱਚ ਦਾ ਰਾਹ ਤੋਰਿਆ। ਜਿੰਨੇ ਵੀ ਜਿਹਦੀ ਵੀ ਗੱਲ ਹੋਣੀ ਹੈ ਇਸ ਕਿਰਦਾਰ ਤੋਂ, ਇਸ ਸੱਚ ਦੇ ਰਾਹ ਤੋਂ ਹੀ ਹੋਣੀ ਹੈ। ਉਹ ਕਿਰਦਾਰ ਐਸਾ ਹੈ ਉਹ ਦੂਜਿਆਂ ਲਈ ਕੁਰਬਾਨ ਹੋ ਜਾਂਦਾ ਹੈ, ਉਹ ਕਿਰਦਾਰ ਐਸਾ ਹੈ ਜੋ ਪਰਮਾਤਮਾ ਦੇ ਗੁਣ ਨੇ ਉਹ ਸਾਰੇ ਗੁਣ ਉਸ ਦੇ ਅੰਦਰ ਪ੍ਰਗਟ ਹੋ ਜਾਂਦੇ। ਜਿਵੇਂ ਜਿਵੇਂ ਉਹ ਨਾਮ ਜਪਦਾ ਹੈ, ਉਹ ਗੁਰੂ ਦੇ ਨਾਲ ਲੱਗਦਾ ਹੈ, ਸੱਚ ਜਾਣਿਆ ਜੇ ਉਹ ਵੀ ਨਿਰਭਉ ਹੋ ਜਾਂਦਾ ਹੈ, ਉਹ ਵੀ ਨਿਰਵੈਰ ਹੋ ਜਾਂਦਾ ਹੈ, ਉਹ ਵੀ ਪਰਉਪਕਾਰੀ ਹੋ ਜਾਂਦਾ ਹੈ, ਉਹਦੇ ਵਿੱਚ ਦਇਆ ਆ ਜਾਂਦੀ ਹੈ। ਜੋ ਜੋ ਗੁਣ ਉਸ ਪਰਮਾਤਮਾ ਦੇ ਹੈ ਹੌਲੀ ਹੌਲੀ ਉਹਦੇ 'ਚ ਪ੍ਰਗਟ ਹੋਣ ਲੱਗ ਪੈਂਦੇ ਹੈ। ਤੇ ਜੇ ਕੋਈ ਨਾਮ ਜਪਦਾ ਕਹਿੰਦਾ ਮੈਂ ਜਪਦਾ, ਮੈਂ ਗੁਰੂ ਕਾ ਸਿੱਖ ਬਣਿਆ ਤੇ ਮੇਰੇ ਅੰਦਰ ਕ੍ਰੋਧ ਚੰਡਾਲ ਬੈਠਾ, ਮੈਂ ਦੂਜੇ ਨੂੰ ਵੇਖ ਕੇ ਨਹੀਂ ਸੁਹਾਉਂਦਾ, ਮੈਂ ਆਪਸ 'ਚ ਡਾਂਗਾਂ ਚੁੱਕ ਲੈਂਦਾ, ਮੇਰੇ ਅੰਦਰ ਨਫ਼ਰਤ ਭਰੀ ਹੋਈ ਆ, ਮੇਰੇ ਅੰਦਰ ਨਿਮਰਤਾ ਨਹੀਂ ਆਈ, ਤੇ ਜੇ ਗੁਣ ਪ੍ਰਗਟ ਨਹੀਂ ਹੋ ਰਹੇ ਤੇ ਫਿਰ ਭਾਈ ਕਿਤੇ ਨਾ ਕਿਤੇ ਕਮੀ ਆ। ਜਿਹਦੇ ਅੰਦਰ ਉਹ ਗੁਣ ਪ੍ਰਗਟ ਹੁੰਦੇ ਜਾਣ ਕੇ ਸਮਝ ਲਓ ਉਸ ਪੰਥ 'ਤੇ ਤੁਰੀ ਜਾਂਦਾ, ਕਿਉਂਕਿ ਉਹ ਪਰਮਾਤਮਾ ਦੇ ਅਕਾਲ ਪੁਰਖ ਦੇ ਜਿਹੜੇ ਗੁਣ ਆ ਨਾ, ਬਖਸ਼ੰਦ ਦੇ, ਕਿਰਪਾਲ ਦੇ, ਉਹ ਗੁਣ ਤੇਰੇ ਅੰਦਰ ਪ੍ਰਗਟ ਹੋਣ ਲੱਗ ਪੈਣਗੇ ਤੇ ਤੇਰਾ ਸਾਰਾ ਕਿਰਦਾਰ ਜਿਹੜਾ ਨਾ ਉਹ ਚੇਂਜ ਹੋਣ ਲੱਗ ਪਏਗਾ। ਤੇ ਜੇ ਉਹ ਤੇਰਾ ਕਿਰਦਾਰ ਘੜਿਆ ਨਹੀਂ ਜਾ ਰਿਹਾ ਤੇ ਫਿਰ ਇਹ ਸੱਚ ਜਾਣ ਲਈ ਕਿ ਤੂੰ ਅਜੇ ਕਿਤੇ ਨਾ ਕਿਤੇ ਅੜਿਆ। ਉਸ ਵੇਲੇ ਜਦੋਂ ਮਹਾਰਾਜ ਆਏ ਦੁਨੀਆਂ 'ਚ ਬਹੁਤ ਭਰਮ ਪਖੰਡ ਕਰਮ ਕਾਂਡ ਸਿਆਣਪਾਂ ਚੱਲਦੀਆਂ ਸੀ, ਦਿਮਾਗੀ ਗੱਲਾਂ, ਸਿਆਣਪਾਂ ਨਾ ਪੁੱਠੇ ਲਟਕ ਜੋ, ਵਰਤ ਰੱਖ ਲਓ, ਰੱਬ ਦਾਨ ਕਰ ਦਿਓ, ਇਹ ਸਿਆਣਪਾਂ, ਇਹ ਸਾਰੀਆਂ ਚਤੁਰਾਈਆਂ। ਮਹਾਰਾਜ ਕਹਿੰਦੇ ਕੁਝ ਨਹੀਂ ਹੋਣਾ, ਐਸੀਆਂ ਐਸੀਆਂ ਸਿਆਣਪਾਂ ਚੱਲਣ ਲੱਗ ਪਈਆਂ। ਮਹਾਰਾਜ ਕਹਿੰਦੇ ਪੰਡਿਤਾਂ ਨੇ ਕਹਿਤਾ ਉੱਥੇ ਕਿ ਜਿਹੜਾ ਆ ਕੇ ਕਾਸ਼ੀ 'ਚ ਮਰੇਗਾ ਨਾ ਮੁਕਤ ਹੋ ਜਾਏਗਾ, ਜਿਹੜਾ ਕਿਤੇ ਹੋਰ ਮਰੇਗਾ ਮੁਕਤ। ਗੱਲ ਕਿਰਦਾਰ ਦੀ ਨਹੀਂ ਰਹਿ ਗਈ, ਗੱਲ ਇਹ ਰਹਿ ਗਈ ਕਿੱਥੇ ਆ ਕੇ ਮਰੇਗਾ। ਤੇ ਮਹਾਰਾਜ ਬਾਣੀ ਲਿਖਦੇ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਮ ਤਤਰਾਏ। ਉੱਥੇ ਪੰਡਿਤਾਂ ਨੇ ਕੀ ਕੀਤਾ, ਜਦੋਂ ਬਹੁਤ ਲੋਕ ਆ ਕੇ ਆਪਣੇ ਬਜ਼ੁਰਗਾਂ ਨੂੰ ਛੱਡ ਜਾਂਦੇ, ਕਹਿੰਦੇ ਇੱਥੇ ਤੂੰ ਮੁਕਤ ਹੋ ਜਾਣਾ, ਉਹ ਕਹਿੰਦੇ ਅਸੀਂ ਵੀ ਮੁਕਤ ਹੋ ਗਏ, ਬਜ਼ੁਰਗਾਂ ਨੂੰ ਸਾਂਭਣਾ ਨਹੀਂ ਪੈਣਾ, ਇਹਨਾਂ ਨੂੰ ਉੱਥੇ ਕਾਸ਼ੀ ਬਨਾਰਸ ਜਾ ਕੇ ਛੱਡ ਆਓ। ਉਹ ਕਈ ਵਿਚਾਰੀਆਂ ਵਿਧਵਾਵਾਂ ਹੋ ਗਈਆਂ, ਕੋਈ ਅਜੇ ਵੀ ਜਾਓ ਉੱਥੇ ਮਿਲ ਜਾਂਦੀਆਂ, ਉਹ ਕੋਨੇ ਛੱਡ ਜਾਂਦੇ ਉੱਥੇ ਧਰਮ ਦਾ ਨਾਂ ਲੈ ਕੇ ਕਿ ਉਹਨੂੰ ਛੱਡ ਆਓ ਉੱਥੇ। ਉੱਥੇ ਪੰਡਿਤਾਂ ਨੇ ਕੀ ਕੀਤਾ, ਐਸਾ ਜ਼ੁਲਮ ਕੀਤਾ, ਆਰਾ ਲਵਾ ਤਾ, ਆਰਾ ਲਵਾ ਕੇ ਜਿਹਨੂੰ ਕਰਮਤ ਕਹਿੰਦੇ, ਕਹਿੰਦੇ ਸਿਰ ਰੱਖੀ ਜਾਓ, ਸਿਰ ਵੱਢੀ ਜਾਵਾਂਗੇ ਤੁਸੀਂ ਮੁਕਤ ਹੋਈ ਚਲੋ, ਕਹਿੰਦੇ ਬਹੁਤ ਰੋਟੀ ਟਿਖਾਈ ਜਾਂਦੇ ਤੰਗ ਕਰੀ ਜਾਂਦੇ ਚਲੋ। ਏਦਾਂ ਧਰਮ ਦਾ ਦੇਖੋ ਕਿੰਨਾ ਭਿਆਨਕ ਰੂਪ ਬਣ ਗਿਆ। ਹੁਣ ਮੈਂ ਇਹ ਗੱਲ ਕੋਈ ਇਹ ਨਹੀਂ ਕਹਿ ਰਿਹਾ ਸਿਰ ਕਰਮਤ ਧਰਾਏ, ਮਹਾਰਾਜ ਕਹਿੰਦੇ ਸਿਰ ਕਰਮਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ। ਤੇ ਇਹ ਮਨ ਦੀ ਮੈਲ ਤਾਂ ਵੀ ਨਹੀਂ ਲੱਥਦੀ, ਅਰਧ ਸਰੀਰ ਕਟਾਈ ਹੈ, ਸਿਰ ਕਰਮਤ ਧਰਾਏ, ਤਨ ਹੈ ਮੰਚਲ ਗਾਲੀ ਹੈ, ਵੀ ਮਨ ਤੇ ਰੋਗ ਨਾ ਜਾਏ। ਹੁਣ ਕਹਿੰਦੇ ਹਿਮਾਚਲ 'ਚ ਚਲੇ ਜਾਓ, ਗੁਫਾਵਾਂ 'ਚ, ਕੰਦਰਾਵਾਂ 'ਚ, ਬਰਫ਼ ਦੇ ਵਿੱਚ ਜਾ ਕੇ ਤਪ ਕਰ ਲਓ। ਮਹਾਰਾਜ ਕਹਿੰਦੇ ਤੇਰੇ ਤਨ ਗਲ ਕਿਉਂ ਨਾ ਜਾਏ ਹਿਮਾਚਲ ਦੇ ਅੰਦਰ, ਹਿਮਾਲਿਆ ਦੇ ਅੰਦਰ ਜਾ ਕੇ ਤੂੰ ਇੰਨੀ ਜਾਪੀ ਤਪੀ ਬਣ ਜਾਵੇ, ਫਿਰ ਵੀ ਤੇਰੇ ਮਨ ਦਾ ਰੋਗ ਨਹੀਂ ਜਾਏਗਾ। ਇਹ ਗੁਰੂ ਨਾਨਕ ਸਾਹਿਬ ਪੂਰੇ ਵੈਦ ਹੋਏ, ਪੂਰੇ ਵੈਦ ਨੇ
ਵੈਦਾ ਵੈਦ ਸੁਵੈਦ ਤੋਂ ਪਹਿਲਾ ਰੂਪ ਪਛਾਣ ਐਸਾ ਦਾਰੂ ਲੋੜ ਲਓ ਜਿਤ ਵੰਜੇ ਰੋਗਾ ਘਾਣ ਜਿਤ ਦਾਰੂ ਰੋਗ ਪੁੱਠੀ ਹੈ ਤਨ ਸੁਖ ਵਸੇ ਆਏ ਰੋਗ ਵਾਵੇ ਆਪਣਾ ਤਾਂ ਨਾਨਕ ਵੈਦ ਸਦਾਏ ਇਹ ਦੁਨੀਆਂ 'ਚ ਜੇ ਕੋਈ ਵੈਦ ਆਇਆ ਨਾ ਸੱਚਾ ਤੇ ਪੂਰਾ ਉਹ ਗੁਰੂ ਨਾਨਕ ਮੇਰਾ ਪੂਰਾ ਆਇਆ ਹੋਰ ਕੋਈ ਨਹੀਂ ਆਇਆ ਕਿਉਂਕਿ ਵੈਦ ਕੀ ਹੁੰਦਾ ਵੈਦ ਉਹ ਹੁੰਦਾ ਹੈ ਡਾਕਟਰ ਉਹ ਹੁੰਦਾ ਹੈ ਜਿਹੜਾ ਤੁਹਾਡੀ ਬਿਮਾਰੀ ਲੱਭੇ ਤੇ ਬਿਮਾਰੀ ਜਿਹੜਾ ਲੱਭ ਲਵੇ ਡਾਕਟਰ ਕੋਲ ਜਾਈਏ ਬਿਮਾਰ ਹੋਈਏ ਤੇ ਉਹ ਸਾਡੀ ਬਿਮਾਰੀ ਲੱਭਦਾ ਉਹ ਕਹਿੰਦਾ ਇਹ ਟੈਸਟ ਕਰਕੇ ਪਤਾ ਲੱਗਾ ਤੇਰੀ ਆਹ ਬਿਮਾਰੀ ਹੈ ਅਸੀਂ ਕਹਿੰਦੇ ਬੜਾ ਡਾਕਟਰ ਸਿਆਣਾ ਹੈ ਕਈ ਕਹਿੰਦੇ ਡਾਕਟਰ ਨੂੰ ਪਤਾ ਹੀ ਨਹੀਂ ਲੱਗਾ ਜੀ ਮੈਨੂੰ ਬਿਮਾਰੀ ਕੀ ਸੀ ਮੈਂ ਕਈ ਸਾਲ ਤੋਂ ਉੱਥੇ ਖਾਂਦਾ ਰਿਹਾ ਫਿਰ ਜੇ ਉਹ ਡਾਕਟਰ ਨੇ ਦਵਾਈ ਲੱਭ ਵੀ ਲਈ ਆਪਣਾ ਤੁਹਾਨੂੰ ਰੋਗ ਲੱਭ ਲਿਆ ਤੇ ਰੋਗ ਲੱਭਣ ਤੋਂ ਬਾਅਦ ਉਹ ਡਿਸੀਜ਼ ਲੱਭਣ ਤੋਂ ਬਾਅਦ ਉਹਦੇ ਕੋਲ ਕਿਉਰ ਨਹੀਂ ਹੈ ਮੈਡੀਸਿਨ ਨਹੀਂ ਹੈ ਤਾਂ ਵੀ ਕਿਸ ਕੰਮ ਦਾ ਕਹਿੰਦੇ ਲਾ ਇਲਾਜ ਬਿਮਾਰੀ ਆ ਕੈਂਸਰ ਹੋ ਗਿਆ ਬਲੱਡ ਕੈਂਸਰ ਹੋ ਗਿਆ ਇਹਦੀ ਕੋਈ ਇਲਾਜ ਨਹੀਂ ਆ ਫਿਰ ਵੀ ਕਾਹਦਾ ਵੈਦ ਉਹ ਹੈ ਜਿਹਦੇ ਕੋਲ ਤੁਹਾਡਾ ਰੋਗ ਵੀ ਪਕੜ ਸਕੇ ਤੇ ਉਹਦਾ ਇਲਾਜ ਵੀ ਕਰ ਸਕੇ ਦੁਨੀਆਂ ਦੇ ਬੜੇ ਪੀਰ ਪੈਗੰਬਰ ਅਵਤਾਰ ਆਏ ਅਵਤਾਰ ਨਾ ਜਾਣੇ ਅਰਥ ਪਰਮੇਸ਼ਰ ਬਾਹਰ ਕਰੋ ਤੇ ਮਹਾਰਾਜ ਕਹਿੰਦੇ ਜੁਗੇ ਜੁਗੇ ਕੇ ਰਾਜੇ ਹੋਏ ਗਾਵੇਂ ਕਰੇ ਅਵਤਾਰੀ ਉਹਨਾਂ ਨੂੰ ਕੋਈ ਰੋਗ ਦਾ ਪਤਾ ਨਹੀਂ ਲੱਗਾ ਉਹ ਆਪ ਤ੍ਰੈਗੁਣ ਦੇ ਮਾਇਆ ਮੋਹ ਦੇ ਵਿੱਚ ਫਸੇ ਰਹਿ ਗਏ ਬ੍ਰਹਮਣ ਵੇਦ ਜਿੰਨੇ ਵੀ ਹੋਏ ਆ ਮਹਾਰਾਜ ਨੇ ਆ ਕੇ ਉਹ ਤੁਹਾਡਾ ਰੋਗ ਲੱਭਾ ਕਹਿੰਦੇ ਰੋਗ ਤੇ ਸਰੀਰ ਉੱਥੋਂ ਨਾ ਲੱਗਾ ਇਹਨੂੰ ਨਵਾਈ ਜਾ ਤੀਰਥ ਨਹਾਈ ਜਾ ਮਨ ਮੈਲਾ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਮਹਾਰਾਜ ਨੇ ਉਹ ਰੋਗ ਲੱਗਾ ਰੋਗ ਤੇਰੇ ਮਨ ਨੂੰ ਲੱਗਾ ਮਹਾਰਾਜ ਨੇ ਕਿਹਾ ਇਹ ਮਨ ਤੇਰਾ ਨਾ ਇਹ ਮਨ ਜਨਮ ਲੈਂਦਾ ਇਹ ਮਨ ਕਈ ਜਨਮਾਂ ਦਾ ਇਹ ਮਨ ਕਿਤੜਿਆ ਜੁਗ ਭਰਨਿਆ ਫਿਰ ਰਹੇ ਨਾ ਆਵੇ ਜਾ ਇਹ ਮਨ ਜਨਮ ਲੈਂਦਾ ਇਹ ਮਨ ਜੀਵੜੇ ਦੇ ਨਾਲ ਜੁੜਿਆ ਹੋਇਆ ਇਹਨੂੰ ਮੈਲ ਲੱਗੀ ਆ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆ ਇਹ ਮਨ ਨੂੰ ਕਾਲਾ ਹੋ ਗਿਆ ਜਨਮਾਂ ਦੀ ਮੈਲ ਲੱਗੀ ਆ ਹੁਣ ਜੇ ਮਨ ਕਈ ਜਨਮਾਂ ਦਾ ਹੋਏਗਾ ਤੇ ਮੈਲ ਲੱਗੇਗੀ ਨਾ ਤੇ ਜੇ ਮੇਰਾ ਇਸੇ ਜਨਮ ਦਾ ਮਨ ਹੈ ਫਿਰ ਇਹਨੂੰ ਕਈ ਜਨਮਾਂ ਦੀ ਕਿਵੇਂ ਲੱਗ ਸਕਦੀ ਹੈ ਹੁਣ ਜਿੱਦਾਂ ਆਪਾਂ ਸ਼ਬਦ ਪੜ੍ਹਦੇ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਮਿਲਦੇ ਮੇਰੇ ਦੀਨੋ ਜਨਮ ਜਨਮ ਕੀ ਮੈਲ ਗਈ ਹੁਣ ਜਨਮਾਂ ਜਨਮਾਂ ਦੀ ਮੈਲ ਲੱਗੀ ਉਹ ਜਨਮਾਂ ਜਨਮਾਂ ਦੀ ਮੈਲ ਲੱਗ ਲੱਗ ਕੇ ਕਾੜਾ ਹੋ ਗਿਆ ਆ ਤੇ ਉਹ ਜਨਮ ਲੈਂਦਾ ਮਨ ਤੇ ਮਨ ਨੂੰ ਰੋਗ ਲੱਗਾ ਤੇ ਇਸ ਜਨਮ ਚ ਆ ਕੇ ਮਨੁੱਖਾ ਜਨਮ ਚ ਆ ਕੇ 84 ਜੋਨ ਪਾਈ ਮਨ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋਨ ਅਰ ਚੁੱਕੇ ਆਏ ਜਾਏ ਲੁਕ ਪਾ ਇਹ ਤੇਰਾ ਧਰਮਸ਼ਾਲ ਹੈ ਇੱਥੇ ਆ ਕੇ ਤੂੰ ਰੱਬ ਦਾ ਨਾਂ ਜਪਣਾ ਹੈ ਤੂੰ ਜਪ ਨਹੀਂ ਸਕਦਾ ਕਿਸੇ ਹੋਰ ਜੋਨ ਚ ਤੂੰ ਨਾਮ ਨਹੀਂ ਜਪ ਸਕਦਾ ਜਦੋਂ ਕੀ ਬਣਾ ਮੰਗ ਚਾਰ ਪੈਰ ਦੋਏ ਸਿੰਘ ਗੁੰਮ ਮੁਕਤਾ ਕੈਸੇ ਗੁਣ ਗਈ ਹੈ ਠੇਗਾ ਪੜਖੇ ਕੌਕਰ ਮੋੜ ਲੁਕਾਈ ਹੈ ਫਿਰ ਕਿੱਦਾਂ ਗਾਵੇਗਾ ਮੂੰਹ ਚੋਂ ਜਵਾਨ ਨਹੀਂ ਨਿਕਲਦੀ ਆਵਾਜ਼ ਬੋਲ ਨਹੀਂ ਨਿਕਲਦੇ ਫਿਰ ਉਸ ਵੇਲੇ ਕਿੱਥੋਂ ਨਾਮ ਜਪ ਲਏਗਾ ਇਹ ਕਈ ਜਨਮਾਂ ਦਾ ਮੰਤਰ ਲਈ ਜਾਂਦਾ ਹੈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਪੁਰੰਗਾ ਕਈ ਜਨਮ ਪੰਖੀ ਸਕੋਏ ਕਈ ਜਨਮ ਹੈਵਰ ਬਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਇਹ ਤੈਨੂੰ ਦੇਹ ਮਿਲੀ ਆ ਕਈ ਜਨਮ ਸੈਲ ਗਿਰ ਕਰਿਆ ਇਹ ਸੈਲ ਇਹ ਗਿਰ ਪਹਾੜ ਵੀ ਤੇਰੇ ਜਨਮ ਹੋਏ ਕਈ ਜਨਮ ਗਰਭ ਹਿਰਖ ਰਿਹਾ ਮੈਂ ਬੜਾ ਹੈਰਾਨ ਹੋ ਗਿਆ ਕਹਿੰਦੇ ਗਰਭ ਹਿਰਖ ਰਿਹਾ ਕਈ ਕਹਿ ਦਿੰਦੇ ਨੇ ਕਿ ਬੱਚਾ ਮਾਂ ਦੇ ਪੇਟ 'ਚ ਆਇਆ ਪਰ ਜਨਮ ਨਹੀਂ ਲੈ ਸਕਿਆ ਫਿਰ ਉੱਥੇ ਚਲਾ ਗਿਆ ਮਹਾਰਾਜ ਕਹਿੰਦੇ ਉਹ ਵੀ ਤੇਰੀ ਇੱਕ ਜੌਨ ਸੀ ਉਹ ਵੀ ਤੇਰਾ ਇੱਕ ਜਨਮ ਸੀ ਕਈ ਜਨਮ ਗਰਭ ਹਿਰਖ ਰਿਹਾ ਤੂੰ ਜਨਮ ਲਿਆਸਦਾ ਉਹ ਗਰਭ ਜੌਨ 'ਚ ਆਇਆ ਉਹ ਗਰਭ ਜੌਨ 'ਚੋਂ ਆ ਕੇ ਬਾਹਰ ਨਹੀਂ ਆ ਸਕਿਆ ਚਲਾ ਗਿਆ ਇਹ ਤੇਰੀ ਇੱਕ ਜੌਨ ਸੀ ਕਈ ਜਨਮ ਸਹਿਰ ਗਿਰ ਕਰਿਆ ਕਈ ਜਨਮ ਗਰਭ ਹਿਰਖ ਰਿਹਾ ਕਈ ਜਨਮ ਸਾਹ ਕਰ ਪਾਇਆ 84 ਜੌਨ ਸਾਧ ਸੰਗ ਭਇਓ ਜਨਮ ਪ੍ਰਾਪਤ ਤਾਂ ਤੇਰਾ ਜਨਮ ਪ੍ਰਾਪਤ ਮੰਨਿਆ ਜਾਣਾ ਸਾਧ ਕਰ ਸੇਵਾ ਭਜ ਹਰ ਹਰ ਗੁਰਮਤ ਜੇ ਹਰ ਹਰ ਗੁਰਮਤ ਭਜੇਗਾ ਇਹ ਮਹਾਰਾਜ ਨੇ ਉਹ ਨਾਮ ਦਾਰੂ ਦਿੱਤਾ ਹੈ ਉਹ ਨਾਮ ਮਹਾਰਾਜ ਨੇ ਸਾਨੂੰ ਆ ਕੇ ਪ੍ਰਗਟ ਕੀਤਾ ਹੈ ਇਹ ਨਾਮ ਸੱਚਾ ਹੁਣ ਕਈ ਸਵਾਲ ਕਰ ਦਿੰਦੇ ਆ ਕਿ ਭਾਈ ਹੋਰਾਂ ਦੇ ਵੀ ਤੇ ਗ੍ਰੰਥ ਆ ਉਹਨਾਂ ਦੇ ਨਾਲ ਕਿਉਂ ਨਹੀਂ ਕਿਸੇ ਦਾ ਉਪਦੇਸ਼ ਉਹ ਕਿਉਂ ਨਹੀਂ ਪਾਰ ਉਤਾਰਾ ਹੋ ਸਕਦਾ ਉਹ ਮੁਬਾਰਕ ਨੇ ਸਾਰਿਆਂ ਦੇ ਪਰ ਇੱਕ ਗੱਲ ਜਾਣਿਆ ਜੀ ਕਿ ਜਦੋਂ ਜਿੰਨੀ ਵੀ ਦੁਨੀਆਂ ਦੇ ਵਿੱਚ ਫਿਲੋਸਫੀ ਆਈ ਹੈ ਨਾ ਉਹ ਉਹਨਾਂ ਦੇ ਮਨ ਦੇ ਧਰਾਤਲ ਤੋਂ ਆਈ ਹੈ
ਉਹਨਾਂ ਦੇ ਬੁੱਧ ਤੋਂ ਆਈ ਹੈ। ਜਿੱਦਾਂ ਦੀ ਉਹਦੀ ਸੋਚ ਆਈ, ਜਿੱਦਾਂ ਉਹਨੂੰ ਸਮਝ ਆਈ, ਉਹਨੇ ਲਿਖੀ ਆ। ਤੇ ਮਨ ਜਿਹੜਾ ਆ ਉਹ ਪੰਜ ਵਿਕਾਰਾਂ 'ਚ ਲਿਬੜਿਆ ਹੋਇਆ। ਵੱਡੇ ਵੱਡੇ ਗਿਆਨੀ ਪ੍ਰਚਾਰਕ ਆ ਕੇ ਬੜੀ ਗੱਲਾਂ ਕਰਦੇ ਆ, ਕਹਿੰਦੇ ਆਪਸ ਵਿਚਾਰ ਕਰੀਏ, ਇਹ ਕਰੀਏ, ਝਗੜਾ ਹੋ ਜਾਂਦਾ, ਗੱਲ ਨਹੀਂ ਨਿਕਲਦੀ। ਬੜੇ ਵੱਡੇ ਵੱਡੇ ਫਿਲੋਸਫਰ ਹੋਏ ਆ, ਪਰ ਉਹ ਪੰਜ ਰੋਗ ਨੂੰ ਨਾ ਕਾਬੂ ਨਹੀਂ ਕਰ ਸਕੇ। ਤੇ ਜਦੋਂ ਤੱਕ ਮੇਰਾ ਮਨ ਪੰਜਾਂ ਰੋਗਾਂ ਨੂੰ ਕਾਬੂ ਨਹੀਂ ਕਰ ਸਕਿਆ, ਉਹ ਮਿਟੇ ਨਹੀਂ ਆ, ਤੇ ਮੈਂ ਜੋ ਕੁਝ ਵੀ ਬੋਲਾਂਗਾ, ਜੋ ਕੁਝ ਵੀ ਕਹਾਂਗਾ, ਜੋ ਕੁਝ ਵੀ ਮੇਰੇ ਚੋਂ ਉਪਜੇਗਾ, ਉਹ ਮੈਲਾ ਹੀ ਹੋਏਗਾ, ਉਹ ਸੁੱਚਾ ਨਹੀਂ ਹੋ ਸਕਦਾ, ਉਹ ਸੁੱਚਾ ਨਹੀਂ ਹੋ ਸਕਦਾ। ਤੇ ਜਦੋਂ ਧੋਣਾ ਹੁੰਦਾ ਮਨ ਨੂੰ, ਮੈਲੇ ਨੂੰ ਧੋਣਾ ਆ, ਤਾਂ ਤੁਹਾਨੂੰ ਸੁੱਚਾ ਚਾਹੀਦਾ, ਸਾਨੂੰ ਉਹ ਸਾਬਣ ਚਾਹੀਦਾ। ਤੇ ਉਹ ਸਾਬਣ, ਉਹ ਨਾਮ, ਉਹ ਗੁਰੂ ਨੇ ਲਿਆਂਦਾ, ਇਹ ਕਿਸੇ ਮਨ ਦੀ ਖੇਡ ਨਹੀਂ, ਇਹ ਕਿਸੇ ਦੇ ਦਿਮਾਗ ਚੋਂ ਨਹੀਂ ਉਪਜੀ। ਦਿਮਾਗ ਜਿਹੜਾ ਨਾ, ਬੁੱਧ ਜਿਹੜੀ ਹੈ ਨਾ, ਘੜੀ ਜਾਂਦੀ ਹੈ। ਬੁੱਧ ਅਜੇ ਘੜੀ ਜਾਣੀ, ਅੱਜ ਤੋਂ 200 ਸਾਲ ਪਹਿਲੇ ਲਾਈਟ ਨਹੀਂ ਸੀ ਹੁੰਦੀ। ਜੇ ਕਿਸੇ ਨੂੰ ਕਹੋ ਕਿ ਬਈ ਇੱਕ ਲਾਟੂ ਚੋਂ ਲਾਈਟ ਨਿਕਲਾਈ, ਉਹ ਕਹਿੰਦਾ ਪਾਗਲ ਹੈ, ਕੋਈ ਜੀ ਗੱਲਾਂ ਕਰਦਾ, ਉਹਦੀ ਬੁੱਧ ਉੱਥੇ ਸੀ, ਬੁੱਧ ਦਾ ਸਤਾਰ ਉੱਥੇ ਸੀ। ਫਿਰ ਜੇ ਕੋਈ ਕਹਿ ਦਿਓ ਵੀ ਅੱਜ ਤੋਂ 100 ਸਾਲ ਪਹਿਲਾਂ ਕਿ ਬਈ ਇੱਕ ਟੀਵੀ ਹੋਏਗਾ, ਉਹਦੇ ਵਿੱਚ ਤੁਹਾਨੂੰ ਸਭ ਕੁਝ ਲਾਈਵ ਦਿਸੇਗਾ, ਕਹਿੰਦਾ ਜਾਦੂਗਰੀਆਂ ਦੀਆਂ ਗੱਲਾਂ ਕਰਦਾ, ਕੀ ਕਰਦਾ, ਇਹ ਕਿਹੋ ਜਿਹੀ ਗੱਲਾਂ ਕਰਦਾ, ਇੱਦਾਂ ਪੋਸੀਬਲ ਆ? ਕਿਉਂਕਿ ਉਹਦੇ ਬੁੱਧ ਦਾ ਲੇਵਲ ਉੱਥੇ ਸੀ। ਫਿਰ ਅੱਜ ਤੋਂ 50 ਸਾਲ ਪਹਿਲੇ ਕਿਉਂਕਿ ਤੁਹਾਡੇ ਕੋਲ ਫੋਨ ਹੋਏਗਾ, ਤੁਸੀਂ ਸਭ ਜਿੱਥੇ ਮਰਜ਼ੀ ਗੱਲਾਂ ਕਰਨਾ, ਇੰਟਰਨੈਟ ਸਭ ਕੁਝ ਇਹਦੇ ਵਿੱਚ ਆਏਗਾ। ਉਹ ਕਹਿੰਦਾ ਕਿਹੋ ਜਿਹੀਆਂ ਗੱਲਾਂ? ਕਿਉਂਕਿ ਬੁੱਧ ਵਿਕਾਸ ਕਰਦੀ ਹੈ, ਬੁੱਧ ਅਲਟੀਮੇਟ ਨਹੀਂ ਹੈ, ਬੁੱਧ ਆਪਣੇ ਟਿਕਾਣੇ ਤੱਕ ਅੱਜ ਤੱਕ ਪਹੁੰਚੀ ਨਹੀਂ। ਉਸ ਬੁੱਧ ਦੇ ਲੇਵਲ ਤੋਂ ਨਿਕਲੀ ਹੋਈ ਚੀਜ਼ ਅਜੇ ਅਧੂਰੀ ਹੋਏਗੀ। ਤੇ ਗਿਆਨ ਜਿਹੜਾ ਬਾਣੀ ਵਾਲੀ ਆ, ਉਹ ਅਕਾਲ ਪੁਰਖ ਤੋਂ ਆਈ ਹੈ, ਉਹ ਇਸ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਤੋਂ ਦੂਰ ਹੈ, ਇਸ ਮਨ ਦੇ ਲੇਵਲ ਤੋਂ ਦੂਰ ਹੈ। ਇਸ ਕਰਕੇ ਮਹਾਰਾਜ ਨੇ ਕਹਿ ਦਿੱਤਾ, ਮੈਂ ਨਹੀਂ ਕਹਿੰਦਾ ਕਿ ਗੁਰੂ ਨੇ ਬਾਣੀ ਉਚਾਰੀ, ਮਤਲਬ ਗੁਰੂ ਨੇ ਬਾਣੀ, ਗੁਰੂ ਦੀ ਬਾਣੀ, ਇਹ ਵੀ ਨਹੀਂ ਕਹਿੰਦੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਹੈ ਪ੍ਰਭੂ ਸਾਰੇ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਉਹ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਧੁਰ ਕੀ ਬਾਣੀ ਆਈ, ਸ਼ਬਦ ਲਾਗੋ ਫਰਸ਼ੋ ਰਹੋ। ਤੇ ਜੇ ਅਸੀਂ ਮਨ ਨਾ ਧੋ ਕੇ ਗਏ, ਜੇ ਮਨ ਸਾਡਾ ਨਾ ਧੋਤਾ ਗਿਆ, ਜੇ ਇਹ ਮੈਲਾ ਚਲਾ ਗਿਆ, ਫਿਰ ਮਨਮੁੱਖਾਂ ਨੂੰ ਫਿਰ ਉਹਨੂੰ ਫਿਰ, ਕਿਉਂਕਿ ਉਹਦੇ ਮਨ ਦੀ, ਉਹਦੀ ਜਿਹੜੀ ਜੀਵਨ ਦੀ ਕਿਰਿਆ, ਉਹ ਮਨ ਦੇ ਵੱਲ ਹੈ, ਮੁੱਖ ਉਹਦਾ ਮਨ ਦੇ ਵੱਲ ਹੈ। ਤੇ ਮਨ ਦੀ ਅਜੇ ਡਿਜ਼ਾਇਰਸ ਖਤਮ ਨਹੀਂ ਹੋਈਆਂ, ਉਹਨੂੰ ਫਿਰ ਜਨਮ ਲੈਣਾ ਪਏਗਾ, ਬਾਰ ਬਾਰ ਆਉਣਾ ਪਏਗਾ ਉਸ ਡਿਜ਼ਾਇਰ ਨੂੰ ਪੂਰਾ ਕਰਨ ਵਾਸਤੇ। ਉਹ ਫਿਰ ਭਗਤ ਲੋਚਨ ਜੀ ਵੀ ਕਹਿੰਦੇ, ਬਾਰ ਬਾਰ ਫਿਰ ਅੰਤਕਾਲ ਦੇ ਲਕਸ਼ਮੀ ਸਿਮਰੇ ਆ, ਅੰਤਕਾਲ ਦੇ ਲੜਕੇ ਸਿਮਰੇ, ਬਾਹਰ ਉਹ ਜਿਹਾ ਜਨਮ ਕਿਹੜਾ ਹੁੰਦਾ ਜਾਏ, ਇਹ ਆਟੋਮੈਟਿਕਲੀ ਹੋਣਾ, ਕਿਉਂਕਿ ਮਨ ਦਾ ਜਿਹੜਾ ਕਈ ਜਨਮਾਂ ਦਾ, ਉਹਨੇ ਉਹ ਆ ਕੇ ਜੋਨ ਧਾਰਨ ਕਰ ਲੈਣੀ। ਤੇ ਮਨ ਜਦ ਤੱਕ ਸਾਡਾ ਮੈਲ ਹੈ, ਤੇ ਮਨ ਵੇਲੇ ਤੱਕ ਸਾਡਾ ਮਨ ਜੇ ਕਾਬੂ ਨਹੀਂ ਆਇਆ, ਜੇ ਮਨ ਮਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ, ਬਿਨਾਂ ਉਹਦੇ ਮਰਿਆਂ ਮਰਦਿਆਂ ਤੁਹਾਡੇ ਗੱਲ ਗੱਤ ਨਹੀਂ ਹੋ ਸਕਦੀ। ਮਨ ਸਾਫ਼ ਹੋਣਾ ਪਏਗਾ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੁਣ ਦੇ ਜੇ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੇ ਕੇ ਰੰਗ, ਇਹ ਨਾਮ ਤੇ ਰੰਗ ਦਾ ਧੋਤੀ ਜਾ। ਹੁਣ ਕਈ ਕਹਿ ਰਹੇ ਹੋ ਬੀਬੀਆਂ ਇੱਥੇ ਬੈਠੀਆਂ, ਜੇ ਤੁਹਾਡੇ ਕੋਲ ਕੱਪੜੇ ਹੋਣ, ਦੋ ਮੈਲੇ ਕੱਪੜੇ ਹੋਣ, ਤੁਸੀਂ ਦੋ ਮੈਲੇ ਕੱਪੜਿਆਂ ਨੂੰ ਰਗੜੀ ਚੱਲੋ ਆਪਸ 'ਚ, ਮੈਂ ਕਹਿੰਦਾ ਚਾਰ ਕੱਪੜੇ ਹੋਣ, ਚਾਰ ਕੱਪੜੇ ਮੈਲੇ ਆਪਸ 'ਚ ਰਗੜੀ ਚੱਲੋ, ਕਿਸੇ ਦੀ ਮੈਲ ਖਤਮ ਹੁੰਦੀ ਕਿ ਮੈਲ ਦੂਰ ਹੋ ਸਕਦੀ ਕਿਸੇ ਕੱਪੜੇ ਦੀ? ਉਹਦੀ ਇਹਨੂੰ ਲੱਗ ਜਾਏਗੀ, ਉਹਦੀ ਇਹਨੂੰ ਲੱਗ ਜਾਏਗੀ। ਇਸ ਕਰਕੇ ਜਿੰਨੀਆਂ ਕਹਿੰਦੇ ਨੇ ਵਿਚਾਰਾਂ ਕਰ ਰਹੇ ਸੀ ਆਪਣੀ ਬੜੀ ਜੀ ਬੁੱਧ ਦੇ ਹਿਸਾਬ ਨਾਲ, ਆਓ ਜੀ ਅਸੀਂ ਸੋਚੀਏ, ਵਿਚਾਰ ਕਰੀਏ ਕਿੱਦਾਂ ਹੋ ਸਕਦਾ। ਇਹ ਵਿਚਾਰਾਂ ਕੁਝ ਨਹੀਂ ਕਰ ਸਕਦੀਆਂ, ਮਨ ਦੇ ਧਰਾਤਲ ਤੋਂ ਨਿਕਲੀਆਂ ਹੋਈਆਂ ਵਿਚਾਰਾਂ। ਉਹਦੀ ਮੈਲ ਥੋੜ੍ਹੀ ਉਹਨੂੰ ਲੱਗ ਜਾਏਗੀ, ਉਹਦੀ ਮੈਲ ਥੋੜ੍ਹੀ ਉਹਨੂੰ ਲੱਗ ਜਾਏਗੀ। ਜਦ ਤੱਕ ਤੂੰ ਉਸ ਅਕਾਲ ਪੁਰਖ ਦਾ ਨਾਮ ਨਹੀਂ ਜਪੇਗਾ, ਉਹ ਸਾਬਣ ਨਹੀਂ ਲਾਏਗਾ ਜਿਹੜਾ ਇਸ ਦੁਨੀਆਂ ਦਾ ਨਹੀਂ ਹੈ, ਤਦ ਤੱਕ ਤੇਰੀ ਮੈਲ ਉੱਤਰ ਹੀ ਨਹੀਂ ਸਕਦੀ, ਕਿਉਂਕਿ ਸਾਬਣ ਕਿਸੇ ਹੋਰ ਕੋਲ ਨਹੀਂ। ਕਿਸੇ ਦੀ ਵੀ ਬੁੱਧ ਦੇ ਵਿੱਚ, ਕਿਸੇ ਦੀ ਵੀ ਮਤ ਦੇ ਵਿੱਚ ਉਹ ਤਾਕਤ ਹੀ ਨਹੀਂ ਹੈ। ਉਹ ਜਿੰਨੀ ਮਰਜ਼ੀ ਫਿਲਾਸਫੀਆਂ ਘੋਟ ਲਵੇ, ਜਿੰਨਾ ਮਰਜ਼ੀ ਮੇਰਾ ਵਰਗਾ ਸਿਆਣਾ ਬਣ ਕੇ ਦਿਖਾ ਲਵੇ, ਪਰ ਉਹਦੀ ਗੱਲ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਪੈਣਾ, ਤੁਹਾਡੇ ਮਨ ਦੀ ਮੈਲ ਨਹੀਂ ਧੋਤੀ ਜਾਣੀ ਜਦ ਤੱਕ ਉਹ ਨਾਮ ਨਹੀਂ ਹੋਏਗਾ। ਇਹ ਨਾਮ ਨਾਲ ਮੈਲ ਧੋਤੀ ਜਾਂਦੀ ਹੈ, ਤੇ ਸਾਡਾ ਇਹ ਕਰਮ ਹੈ। ਇਹ ਮੈਂ ਫਿਰ ਕਹਿ ਰਿਹਾ, ਮਹਾਰਾਜ ਨੇ ਆ ਕੇ ਪਹਿਲਾਂ ਰੋਗ ਪਛਾਣਿਆ, ਰੋਗ ਪਛਾਣ ਕੇ ਫਿਰ ਦਾਰੂ ਦਿੱਤਾ, ਫਿਰ ਕਹਿੰਦੇ ਆਹ ਤੈਨੂੰ ਮੈਂ ਨਾਮ ਦੇਣਾ, ਨਾਮ ਜਪੋ, ਨਾਮੋ ਅਰਾਦੋ, ਨਾਮ ਰਹੋ ਜਿਵ ਲਾਏ, ਇਹ ਨਾਮ ਦੇ ਨਾਲ ਹੀ ਵਿਸਤਾਰਾ ਹੋ ਸਕਦਾ ਹੈ, ਹੋਮੇ ਨਾਮੇ ਨਾ। ਇਹ ਰੋਗ ਲੱਗੇ ਸਾਨੂੰ,
ਪੰਜ ਵਿਕਾਰ ਪਾਪ ਸਿਰ ਲੱਗੇ ਹਉਮੈ ਰੋਗ ਮਾਨੁਖ ਕੋ ਜਿੰਨਾ ਕਾਮ ਰੋਗ ਮੈਕਲ ਬਸ ਦੀਨਾ ਦ੍ਰਿਸ਼ਟ ਰੋਗ ਪਚ ਹੋਏ ਪਤੰਗਾ ਹੈ ਨਾਦ ਰੋਗ ਖੱਪ ਗਏ ਕੁਰੰਗਾ ਕਹਿੰਦੇ ਹਾਥੀ ਜਿਹੜਾ ਨਾ ਕਾਮ ਰੋਗ ਵਿਆਪਦਾ ਉਹਨੂੰ ਫਿਰ ਉਹਨੂੰ ਕੁਝ ਨਹੀਂ ਸੋਚਦਾ ਉਹਨੂੰ ਫੜਨ ਦਾ ਤਰੀਕਾ ਵੀ ਹੁੰਦਾ ਹੈ ਦ੍ਰਿਸ਼ਟ ਰੋਗ ਪਚ ਹੋਏ ਪਤੰਗਾ ਦ੍ਰਿਸ਼ਟ ਰੋਗ ਹੁੰਦਾ ਪਤੰਗਾ ਹੁੰਦਾ ਨਾ ਜਿਹੜਾ ਇਨਸੈਕਟ ਜਿਹੜਾ ਲਾਈਟ ਕੋਲ ਜਾਂਦਾ ਉਹ ਦੀਵੇ ਕੋਲ ਜਾਂਦਾ ਦੀਵੇ ਦੀ ਲਾਈਟ ਵਿੱਚ ਜਲ ਕੇ ਮਰ ਜਾਂਦਾ ਉੱਤੋਂ ਸਵੇਰ ਨਹੀਂ ਜਾਂਦਾ ਉਹ ਅਟਰੈਕਸ਼ਨ ਹੁੰਦੀ ਖਿੱਚ ਕੇ ਚਲਾ ਜਾਂਦਾ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੈ ਬਾ ਰੋਗ ਮੀਨ ਦਰਸਿਆ ਨੂੰ ਹੁਣ ਜਿਹੜੀ ਮੱਛੀ ਆ ਉਹਨੂੰ ਹੁੰਦਾ ਜੀਭ ਦਾ ਰੋਗ ਹੁੰਦਾ ਉਹ ਜਾ ਕੇ ਹਰ ਜਗ੍ਹਾ ਜੀਭ ਮਾਰਦੀ ਜੇ ਵੀ ਕੀ ਆ ਤੇ ਫੜੀ ਜਾਂਦੀ ਆ ਜੈ ਬਾ ਰੋਗ ਮੀਨ ਦਰਸਿਆ ਨੂੰ ਬਾਸਨ ਰੋਗ ਭਵਰ ਬਿਨ ਸਾਨੂੰ ਸਾਰਿਆਂ ਦਾ ਉਹੀ ਹਾਲ ਹੈ ਹੇਤ ਰੋਗ ਕਾ ਸਗਲ ਕਾਰਾ ਤਿਬਦ ਰੋਗ ਮੇ ਬਧੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਜੋਨੀ ਭਰਮੇ ਮਹਾਰਾਜ ਕਹਿੰਦੇ ਸਾਰਿਆਂ ਦਾ ਰੋਗ ਰਹਿਣ ਰਤੀ ਰੋਗ ਬੰਦ ਰਹਿਣ ਰਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਦੇ ਨਾ ਜਾਏ ਪਾਰ ਬਨ ਜਿਸਕੀ ਨਹੀਂ ਰਿਹਾ ਬਾਂਹ ਪਕੜ ਰੋਗੋਂ ਕੱਢ ਲਿਆ ਉਹਨੂੰ ਬਾਂਹ ਪਕੜ ਕੇ ਮਹਾਰਾਜ ਨੇ ਕੱਢ ਲਿਆ ਟੁੱਟੇ ਬੰਧਨ ਸਾਸ ਨੇ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਉਹ ਸੱਚੇ ਵੈਦ ਨੇ ਵੈਦਾ ਵੈਦ ਸੁਵੈਦ ਪੂਜਣੀ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਪੁੱਜੇ ਤਾਂ ਵੈਦ ਸੁਜਾਣ ਉਹ ਰੋਗ ਮਹਾਰਾਜ ਨੇ ਕੱਟੇ ਆ ਇਹ ਜਾਣਦੇ ਕਰੈਕਟਰ ਘੜਦੀ ਜਿਹੜੀ ਮੈਂ ਗੱਲ ਕਰਨਾ ਕਿਰਦਾਰ ਉਹ ਸਿੱਖੀ ਨੇ ਸਭ ਤੋਂ ਮੂਲ ਮੁੱਲ ਜਿਹੜਾ ਮੇਰੇ ਬਾਪੂ ਜੀ ਜਿਹੜੀ ਗੱਲ ਕਹਿ ਰਹੇ ਸੀ ਕਿ ਨਾਮ ਜਪੋ ਇਹ ਨਾਮ ਮੂਲ ਆ ਸਾਡਾ ਮੂਲ ਆ ਇਹ ਮਨ ਦਾ ਜਿਹੜਾ ਰੋਗ ਲੱਗਾ ਨਾ ਤੇ ਨਾਮ ਸਾਨੂੰ ਜਿਹੜਾ ਦ੍ਰਿੜ ਕਰਾ ਸਕਦੇ ਆ ਪੰਜਾਬ ਪਿਆਰ ਨੇ ਕਹਿਣਾ ਗੁਰੂ ਸਾਹਿਬ ਤੋਂ ਬਾਅਦ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਨਾ ਉਹ ਦ੍ਰਿੜ ਹੋ ਸਕਦਾ ਇਸ ਕਰਕੇ ਗੁਰਸਿੱਖ ਇਹ ਜਿਹੜੀ ਰੀਤ ਚਲਾ ਦਿੱਤੀ ਨਾ ਮਹਾਰਾਜ ਨੇ ਇਹੀ ਇੱਕ ਪੰਥ ਆ ਉਸ ਪੰਥ ਤੇ ਸਾਨੂੰ ਮਾਣ ਹੋਣਾ ਚਾਹੀਦਾ ਇਸ ਪੰਥ ਤੇ ਚੱਲਦਿਆਂ ਸਾਡੇ ਅੰਦਰ ਗੁਣ ਪ੍ਰਗਟ ਹੁੰਦੇ ਆ ਅਕਾਲ ਪੁਰਖ ਵਰਗੇ ਹੋ ਜਾਂਦੇ ਆ ਸੱਚ ਜਾਣਿਆ ਜੇ ਜੀਵਨ ਐਸਾ ਹੋ ਜਾਂਦਾ ਸੁਗੰਧ ਆਉਣ ਲੱਗ ਪੈਂਦੀ ਆ ਨਿਮਰਤਾ ਵਾਲਾ ਸਿੱਖ ਹੋ ਜਾਂਦਾ ਸਿਦਕ ਵਾਲਾ ਸਿੱਖ ਹੋ ਜਾਂਦਾ ਸਬਰ ਵਾਲਾ ਸਿੱਖ ਹੋ ਜਾਂਦਾ ਨਿਰਭਉ ਸਿੱਖ ਹੋ ਜਾਂਦਾ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖੋ ਕਈ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੋ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਧਾਂਤ ਹੋ ਰਿਹਾ ਮਹਾਰਾਜ ਨੇ ਪਿਆਰ ਕੀਤਾ ਮਹਾਰਾਜ ਫਿਰ ਦੇਖੋ ਚਾਰ ਮਹਾਰਾਜ ਨੇ ਉਦਾਸੀਆਂ ਕੀਤੀਆਂ ਸ਼੍ਰੀਲੰਕਾ ਬਗਦਾਦ ਮੱਕਾ ਮਦੀਨਾ ਤਿੱਬਤ ਕਿੱਥੇ ਕਿੱਥੇ ਹਰਿਦੁਆਰ ਤੋਂ ਹੋ ਕੇ ਇੱਕ ਜਿਹੜੇ ਜਿਹੜੇ ਧਰਮ ਦਾ ਉਸ ਵੇਲੇ ਦਾ ਮੁੱਖ ਕੇਂਦਰ ਸੀ ਨਾ ਗੁਰੂ ਨਾਨਕ ਸਾਹਿਬ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਨਿਵਾਇਆ ਇਹ ਸੱਚ ਜਾਣਿਆ ਜੀ ਭਾਵੇਂ ਹਰਿਦੁਆਰ ਗਏ ਬਨਾਰਸ ਗਏ ਜਗਨਨਾਥਪੁਰੀ ਗਏ ਤਿੱਬਤੀਆਂ ਦੇ ਤਿੱਬਤ ਉੱਥੇ ਜਿੱਥੇ ਬੋਧ ਧਰਮ ਦਾ ਬੋਧ ਪ੍ਰਚਾਰ ਉੱਥੇ ਤੱਕ ਗਏ ਮੁਸਲਮਾਨਾਂ ਦੇ ਕੇਂਦਰ ਤੱਕ ਗਏ ਇੱਕ ਡਾਕਟਰ ਸੋਹਨ ਸਿੰਘ ਜੀ ਉਹਨਾਂ ਦੀ ਕਿਤਾਬ ਕਹਿੰਦੇ ਉੱਥੇ ਯਰੂਸ਼ਲਮ ਤੱਕ ਵੀ ਗਏ ਉਹਨੇ ਕਿਉਂਕਿ ਪੁੱਛੋ ਐਵੀਡੈਂਸ ਕਹਿੰਦੇ ਆ ਮਹਾਰਾਜ ਨੇ ਸਿੱਧਾ ਤੱਕ ਗਏ ਜਿਹੜਾ ਜਿਹੜਾ ਮਤ ਉਸ ਵੇਲੇ ਬੜਾ ਭਾਰੀ ਸੀ ਮਹਾਰਾਜ ਨੇ ਸਾਰੇ ਮਤਾਂ ਕੋਲ ਜਾ ਕੇ ਉੱਥੇ ਉਹਨਾਂ ਨੂੰ ਨਿਵਾ ਦਿੱਤਾ ਕਿੱਡਾ ਵੱਡਾ ਵਿਜ਼ਨ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਅਕਾਲ ਪੁਰਖ ਆਏ ਨੇ ਤੇ ਅੱਜ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਨਿਵਾ ਕੇ ਕਿਹਾ ਤੁਸੀਂ ਇੱਥੇ ਆ ਜਾਓ ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਪਿਆਰ ਵੰਡਿਆ ਮੇਰੇ ਸੱਚੇ ਪਾਤਸ਼ਾਹ ਨੇ ਉਹ ਦੁਨੀਆਂ ਦੇ ਧਰਮ ਨੂੰ ਕੀ ਬਣਾਤਾ ਡਰਾਉਣਾ ਬਣਾਤਾ ਕਰਮ ਕਾਂਡੀ ਬਣਾਤਾ ਕਹਿੰਦੇ ਸੂਰਜ ਨੂੰ ਗ੍ਰਹਿਣ ਲੱਗੇ ਡਰ ਜਾਓ ਚੰਦਰਮਾ ਨੂੰ ਗ੍ਰਹਿਣ ਲੱਗੇ ਡਰ ਜਾਓ ਹੈ ਵੀ ਤੁਸੀਂ ਬਿੱਲੀ ਮਰ ਗਈ ਕਹਿੰਦੇ ਸੋਨੇ ਦੀ ਬਿੱਲੀ ਜਾ ਰਹੀ ਕਰ ਉਹ ਕਹਿੰਦੇ ਨੀਵੇ ਦਾ ਪਛਾਵਾ ਪੈ ਗਿਆ ਉਹ ਜੀ ਨੂੰ ਗੰਗਾ ਜਾ ਕੇ ਨਹਾਉਣਾ ਪੈਣਾ ਇਹ ਹਾਲਾਤ ਬਣਾਏ ਹੋਏ ਸੀ ਮਹਾਰਾਜ ਕਹਿੰਦੇ ਪਖੰਡ ਨਹੀਂ ਪਰਮਾਤਮਾ ਤੁਸੀਂ ਡਰਾਉਣਾ ਬਣਾਤਾ ਘਰ ਚ ਬਾਹਰ ਡਰਾਉਣਾ ਲਗਾ ਦਿੰਦਾ ਕਿ ਡਰ ਜਾਓ ਮਹਾਰਾਜ ਕਹਿੰਦੇ ਡਰਾਉਣਾ ਨਹੀਂ ਪਰਮਾਤਮਾ ਉਹ ਤਾਂ ਪਿਓ ਮਾਤੇ ਹਰ ਮਾਤਾ ਹਰ ਗਿਆ ਮੇਰਾ ਮਾਤ ਪਿਤਾ ਹਰ ਆਇਆ ਕਰ ਕਿਰਪਾ ਪ੍ਰਤਪਾਲਨ ਕਰੀ ਤੇਰਾ ਕਰਾਇਆ ਉੱਥੇ ਬਖਸ਼ਾਂਦੇ ਆ ਦੀਨ ਆ ਦਿਆਲ ਆ ਤੁਸੀਂ ਇਹ ਪੰਡਤਾਂ ਨੇ ਡਰਾ ਡਰਾ ਕੇ ਉਹਨਾਂ ਦੀਆਂ ਜੇਬਾਂ ਚੋਂ ਪੈਸੇ ਕੱਢਣ ਇਹ ਲੋਕ ਅੱਜ ਵੀ ਇਹ ਪੋਪ ਵੀ ਕੀ ਕਰਦਾ ਸੀ ਅੱਜ 500 ਸਾਲ ਪਹਿਲਾਂ ਨੇ ਕਿਹਾ ਅਸੀਂ ਤੁਹਾਨੂੰ ਸਵਰਗ ਭੇਜ ਦਿਆ ਕਿ ਤੁਹਾਨੂੰ ਅਸੀਂ ਨਾ ਲਿਖ ਕੇ ਦਿਆਂਗੇ ਤੂੰ ਇੰਨੇ ਪੈਸੇ ਦੇ ਤਾਂ ਤੇਰੀ ਸੀਟ ਪੱਕੀ ਆ ਉੱਥੇ ਇਹਨਾਂ 'ਚ ਵੀ ਹੋਇਆ ਕਹਿੰਦੇ ਉਹ ਬਹਿਸ਼ਤ ਬੈਠੀ ਆ ਉੱਥੇ ਬਹਿਸ਼ਤ ਤੈਨੂੰ ਭੇਜਾਂਗੇ ਉੱਥੇ ਤੈਨੂੰ ਹੂਰਾਂ ਮਿਲਦੀਆਂ ਉਹ ਕਹਿੰਦੇ ਉੱਥੇ ਉੱਥੇ ਸੁੰਦਰੀਆਂ ਮਿਲਦੀਆਂ ਕਿਹਾ ਇਹਨਾਂ ਨੇ ਪਖੰਡ ਬਣਾ ਦਿੱਤਾ ਲੋਕਾਂ ਨੂੰ ਮਹਾਰਾਜ ਕਹਿੰਦੇ ਇਹ ਕੁਝ ਨਹੀਂ ਆ ਸੱਚ ਦੇ ਸੱਚ ਦ੍ਰਿੜੋ ਆਪਣਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਨਾਮ ਦਾਨ ਇਸ਼ਨਾਨ ਦ੍ਰਿੜਾਇਆ ਮਹਾਰਾਜ ਨੇ ਆ ਕੇ ਉਹ ਸੱਚੇ ਦਾ ਫਿਰ ਮੈਂ ਕਹਿ ਰਿਹਾ ਆ ਕੇ ਆਪਣਾ ਨਾਮ ਵਿੱਚ ਪਾਇਆ ਉਸ ਅਕਾਲ ਪੁਰਖ ਦਾ ਸਦੀਵੀ ਧਰਮ ਸੱਚਾ ਧਰਮ ਕੁਦਰਤੀ ਧਰਮ ਮਹਾਰਾਜ ਨੇ ਆ ਕੇ ਉਤਾਰ ਦਿੱਤਾ ਸੀ ਕੁਦਰਤ ਰੂਪ ਚ ਰਹਿੰਦੇ ਆ ਇਹ ਕੁਦਰਤ ਹੈ ਕੁਦਰਤੀ ਰੂਪ ਚ ਰਹਿੰਦੇ ਆ
ਤੇ ਕੁਦਰਤੀ ਕੋਈ ਪਖੰਡ ਨਹੀਂ ਕਰਨਾ, ਕੋਈ ਕਰਮ ਕਾਂਡ ਨਹੀਂ ਕਰਨਾ, ਉਹਦਾ ਨਾਮ ਜਪਣਾ, ਉਹਨੂੰ ਪਿਆਰ ਪਾਉਣਾ ਤੇ ਪ੍ਰੇਮ ਕੀ ਉਹਦੇ ਨਹੀਂ ਪ੍ਰਾਪਤ ਪਾਇਆ। ਇਹ ਪ੍ਰੇਮਾ ਭਗਤੀ ਦਾ ਮਾਰਗ ਮਹਾਰਾਜ, ਪਰ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦੇ ਆ, ਨਾਮ ਦੇ ਖੱਡੇ ਖੜਕਾਉਂਦੇ ਆ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਬਰ ਹੁੰਦਾ, ਜ਼ੁਲਮ ਹੁੰਦਾ, ਨਿਰਭਉਤਾ। ਮਹਾਰਾਜ ਕਹਿੰਦੇ ਹੈ ਬਾਬਰ ਨੇ ਹਮਲਾ ਕਰਤਾ, ਕੋਈ ਨੀ ਖੜਾ ਹੋਇਆ ਇਤਿਹਾਸ ਦੇ ਅੰਦਰ। ਉਹ ਕਹਿੰਦੇ ਜੀ ਨਹੀਂ ਜੀ ਅਸੀਂ ਮੰਤਰ ਪੜ੍ਹ ਕੇ ਇਹਨੂੰ ਮਾਰ ਦਿਆਂਗੇ, ਇਹਦੀ ਅੱਖਾਂ ਨੰਨੀਆਂ ਕਰ ਦਿਆਂਗੇ। ਮਹਾਰਾਜ ਕਹਿੰਦੇ ਕੋਈ ਮੁਗਲ ਨਾ ਹੋਵਾ ਆਉਂਦਾ, ਕਿਹਨੇ ਨਾ ਪਰਚਾ ਲਾਇਆ, ਇਹ ਪਖੰਡ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਨੇ ਖੜੇ ਹੋ ਕੇ ਕਹਿੰਦੇ ਬਾਬਰ ਤੂੰ ਜਾਫਰ ਹੈ। ਇੱਥੋਂ ਸਾਨੂੰ ਗੁੜਤੀ ਮਿਲਦੀ ਹੈ ਕਿ ਕੋਈ ਹਕੂਮਤ ਹੋਏ, ਕੋਈ ਸਰਕਾਰ ਹੋਵੇ, ਜ਼ੁਲਮ ਕਰਦੀ ਹੋਏ ਤੁਸੀਂ ਖੜਾ ਹੋ ਜਾਂਦਾ। ਕਲ ਕਾਤੀ ਰਾਜੇ ਕਸਾਈ ਧਰਮ ਪਰ ਕਰੁੜ ਰਿਹਾ, ਕੂੜ ਮਾਵਸਾ ਚੰਦਰਮਾ ਦਿਸੇ ਨਾ ਕਿਆ ਚੜਿਆ ਭਾਲ ਕੁੰਨੀ, ਅੰਧੇਰਾ ਨਾ ਕੋਈ ਛੋਮੇ ਕਰ ਦੋ, ਕੋਈ ਕੌਣ ਨਾਨਕ ਮਿਲ ਗਾ ਤੁਹਾਨੂੰ। ਪਾਪ ਕੀ ਜੰਜ ਲੈ ਕਾਬ ਨੂੰ ਧਾਇਆ, ਜੋਰੀ ਮੁੰਗੇ ਦਾਨ ਦੇ ਦਾਲ, ਸਰ ਧਰਮ ਤੋਂ ਛੱਪ ਖੜੇ ਕੂੜ ਗਰੇ ਪ੍ਰਧਾਨ, ਕਾਜਲਾ ਕਾਜੀਆਂ ਬਾਮਨਾ ਦੀ ਦਾਲ ਥੱਕੀ ਅਗਦ ਪੜੇ ਸ਼ੈਤਾਨ। ਮਹਾਰਾਜ ਨੇ ਸ਼ੈਤਾਨ ਨੂੰ ਸ਼ੈਤਾਨ ਕਹਿਣਾ ਧਰਮ ਹੈ। ਰਾਜੇ ਸੀ ਮੁਕੱਦਮ ਕੁੱਤੇ ਜਾਇ ਲਗਾਏ ਬੈਠੇ, ਅੱਜ ਕਹਿ ਦਿੰਦੇ ਕਿ ਨਹੀਂ ਕੀ ਲੋੜ ਸਰਕਾਰ ਨੂੰ ਕਹਿਣ ਦੀ, ਕੀ ਫਾਇਦਾ ਟਕਰਾਉਣ ਦਾ। ਮੈਂ ਦੱਸੋ ਗੁਰੂ ਨਾਨਕ ਸਾਹਿਬ ਕੀ ਕਰਦੇ, ਮਹਾਰਾਜ ਬਾਬਰ ਦੇ ਸਾਹਮਣੇ ਖੜੇ ਹੋ ਕੇ ਕਹਿੰਦੇ ਸੱਚ ਦਾ, ਸੱਚ ਜਿਹਦੇ ਅੰਦਰ ਸੱਚ ਹੋਏਗਾ ਉਹ ਸੱਚ ਬੋਲਣ ਤੋਂ ਰਹਿ ਨਹੀਂ ਸਕਦਾ, ਜਿਹਦੇ ਹਿਰਦੇ ਅੰਦਰ ਸੱਚ ਹੋਏਗਾ ਉਹ ਝੂਠ ਦੇ ਸਾਹਮਣੇ ਕਦੇ ਨਹੀਂ ਝੁਕਦਾ, ਤੇ ਸਾਹਮਣੇ ਖਰੇ ਬੋਲਣ ਦੀ ਹਿੰਮਤ ਕਰਦਾ। ਜਿਹਦੇ ਸੱਚ ਹੋਏਗਾ ਉਹ ਹੀ ਸੱਚ ਬੋਲ ਸਕਦਾ, ਇਹ ਸੱਚ ਜਾਣ ਲਿਆ ਜੇ। ਨਹੀਂ ਤੇ ਕਈ ਹੋਏਗਾ ਜਿਹੜਾ ਕਹਿੰਦਾ ਬਹੁਤ ਨਾਮ ਜਪਦਾ ਤੇ ਪਰ ਜਦੋਂ ਸਾਹਮਣੇ ਕੋਈ ਪੰਜ ਦੀ ਲੁੱਟੀ ਜਾਂਦੀ ਹੈ, 84 ਹੋਰ ਕੁਛ ਹੋ ਗਈ, ਕਹਿੰਦੇ ਕੋਈ ਨੀ ਜੀ ਮੈਂ ਇੱਥੇ ਬਸ ਇੱਥੇ ਗਗਨ ਮਾਮਾ ਜੀ ਰਾਜ ਹੋ ਜਾਣਾ। ਉਹ ਸਿੱਖ ਨਹੀਂ ਕਰ ਸਕਦਾ। ਭਾਈ ਰਣਜੀਤ ਸਿੰਘ ਜੀ ਨੇ ਗੁਰਮਤ ਵਿਵੇਕ ਚ ਲਿਖਿਆ, ਕਹਿੰਦੇ ਨਹੀਂ ਜੇ ਤੇਰੇ ਅੰਦਰ ਗੁਰਮਤ ਵਿਵੇਕ ਜਾਗਰਤ ਹੋ ਗਿਆ, ਸੱਚ ਤੇ ਝੂਠ ਪਛਾਣਨ ਦੀ, ਗਲਤ ਤੇ ਸਹੀ ਪਛਾਣਨ ਦੀ ਤੇਰੀ ਵਿਵੇਕ ਜਾਗਰਤ ਹੋ ਗਈ, ਤੇਰੇ ਸਾਹਮਣੇ ਜ਼ੁਲਮ ਹੁੰਦਾ ਹੈ, ਕਿਸੇ ਪੱਤ ਰੁੱਟੀ ਜਾਂਦੀ ਹੋਏ ਤੇ ਤੇਰਾ ਹੱਥ ਤੇਰੀ ਸ੍ਰੀ ਸਾਹਿਬ ਤੇ ਨਾ ਪਾਵੇ, ਤੇ ਝੂਠਾ ਹੈ, ਤੂੰ ਪਖੰਡੀ ਆ, ਕਿਉਂਕਿ ਜ਼ੁਲਮ ਨਹੀਂ ਸਹਾ, ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਦਿੱਤਾ ਹੈ, ਇਹ ਜ਼ੁਲਮ ਨਹੀਂ ਸਹਾ ਸਕਦਾ ਸਿੱਖ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੋਲਤਾ, ਉੱਥੇ ਜੇਲ੍ਹ ਕੱਟੀ ਹੈ, ਪਹਿਲੀ ਜੇਲ੍ਹ ਮਹਾਰਾਜ ਨੇ ਕੱਟੀ, ਇਹ ਸਿਧਾਂਤ ਸਾਨੂੰ ਦ੍ਰਿੜ ਕਰਾਇਆ, ਅਗਮਰਜ ਦੇਵ ਮਹਾਰਾਜ ਨੇ ਦ੍ਰਿੜ ਕਰਾਇਆ, ਗੁਰਦੇਵ ਬਾਦਸ਼ਾਹ ਸਾਹਿਬ ਨਹੀਂ ਮਹਾਰਾਜ ਦੀ ਵੈਰਾਗਮਈ ਬਾਣੀ ਹੈ, ਵੈਰਾਗ ਹੀ ਵੈਰਾਗ ਆ। ਉਹ ਤਾਂ ਕਹਿੰਦੇ ਆ ਜੋ ਜੋ ਸੁਬਿੰਦ ਸਰ ਪਰਵਾਜ ਕੇ ਕਾਲ ਨਾਨਕ ਹਰ ਗੰਗਾ ਜੇ ਛਾੜ ਸਰ ਜੋ ਸੁਖਨਾਰ ਵੇਖਣਾ ਐਸੇ ਜਗ, ਇੰਨੀ ਵੈਰਾਗਮਈ ਬਾਣੀ। ਉੱਥੇ ਕਈ ਹਿੰਦੂ ਸਿਆਣੇ ਵੀ ਆ, ਉਹ ਆਪਣਾ ਇੱਕ ਚਲਾਉਂਦੇ ਆਸ਼ਰਮ ਜਿਹਾ, ਕਹਿੰਦੇ ਜੇ ਤੁਸੀਂ ਵੈਰਾਗ ਦੀ ਉੱਚ ਅਵਸਥਾ ਤੱਕ ਜਾਣਾ ਨਾ, ਤੇ ਨੌਵੇਂ ਮਹੱਲੇ ਦੇ ਸਲੋਕ ਉਹ ਹਿੰਦੀ 'ਚ ਜਾ ਕੇ ਪੜ੍ਹਾਉਂਦੇ, ਕਹਿੰਦੇ ਪੜ੍ਹੋ ਤੁਸੀਂ ਦੇਹ ਤੋਂ ਵਿਦੇਹ ਹੋਣਾ ਨਾ, ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹੋ, ਇਹ ਤੋਂ ਉੱਤਮ ਹੋਏ। ਪਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਵੈਰਾਗ ਦੀ ਮੂਰਤੀ ਆ, ਉਹ ਤੇਗ ਦੇ ਵੀ ਧਰਨੀ ਆ, ਤੇਗ ਬਹਾਦਰ ਆ। ਉਹ ਕਹਿੰਦੇ ਭੈ ਕਾ ਹੁਣ ਕੋ ਦੇਤ ਨਹਿ, ਨਹਿ ਭੈ ਮਨ ਧਿਆਨ, ਕਹ ਕਬੀਰ ਸੁਖ ਸਹਿ ਸੁਭਾਓ, ਆਪ ਨਾ ਡਰੋ ਨਾ ਅਵਰ ਡਰਾਓ। ਇਹ ਸਿੱਖੀ ਦਾ ਇੱਕ ਕਿਰਦਾਰ ਹੈ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ, ਨਿਰਭੈਤਾ, ਦਿਆਲਤਾ ਉਹਦੇ ਵਿੱਚ ਹੁੰਦੀ ਆ। ਇੰਨਾ ਸਿੱਧਕ ਸਿੱਖ ਦਾ ਮੈਂ ਇੱਕ ਪੜ੍ਹਦਾ ਸੀ ਦਰਵੇਸ਼ੀ ਗਾਥਣੀ, ਉਹਦੇ ਵਿੱਚ ਇਸਲਾਮ ਦੇ ਇੱਕ ਦਰਵੇਸ਼ ਹੋਇਆ ਇਬਰਾਹਿਮ ਅਦਕ ਕਰਕੇ, ਉਹਦਾ ਨਾਂ ਆ ਇਬਰਾਹਿਮ ਅਦਕ। ਨੇ ਉਦੋਂ ਇੱਕ ਸਫੀਕ ਨਾਮ ਦਾ ਇੱਕ ਹੋਰ ਦਰਵੇਸ਼ ਮਿਲਣ ਆਉਂਦਾ, ਤੇ ਉਹ ਕਹਿੰਦਾ ਸਫੀਕ ਪੁੱਛਦਾ ਇਬਰਾਹਿਮ ਅਦਕ ਨੂੰ, ਕਹਿੰਦਾ ਤੁਹਾਡਾ ਗੁਜ਼ਾਰਾ ਕਿੱਦਾਂ ਹੁੰਦਾ, ਗੁਜ਼ਰ ਕਿਵੇਂ ਕਰਦੇ ਹੋ? ਉਹ ਕਹਿੰਦਾ ਜੋ ਮਿਲ ਜਾਂਦਾ ਮੈਂ ਸ਼ੁਕਰ ਕਰ ਲੈਂਦਾ, ਜੇ ਨਹੀਂ ਮਿਲਦਾ ਮੈਂ ਸਬਰ ਕਰ ਲੈਂਦਾ। ਕਿੰਨੀ ਵੱਡੀ ਗੱਲ ਆ, ਜੇ ਕੁਝ ਮਿਲ ਜਾਂਦਾ ਮੈਂ ਸ਼ੁਕਰ ਕਰ ਲੈਂਦਾ, ਜੇ ਨਹੀਂ ਮਿਲਦਾ ਮੈਂ ਸਬਰ ਕਰ ਲੈਂਦਾ। ਤੇ ਸਫੀਕ ਨੇ ਕੀ ਜਵਾਬ ਦਿੱਤਾ? ਕਹਿੰਦਾ ਇਹ ਤਾਂ ਮੇਰੇ ਗਲੀ ਦੇ ਕੁੱਤੇ ਵੀ ਕਰਦੇ ਆ। ਕਹਿੰਦਾ ਕਿਉਂ? ਕਹਿੰਦਾ ਕੁੱਤੇ ਨੂੰ ਕੋਈ ਰੋਟੀ ਪਾ ਦਿੰਦਾ ਤੇ ਖਾ ਲੈਂਦਾ, ਜਿਹਨੂੰ ਨਹੀਂ ਮਿਲਦੀ ਤੇ ਵਿਚਾਰਾ ਕੋਨੇ ਤੇ ਬੈਠਾ ਰਹਿੰਦਾ। ਕਹਿੰਦਾ ਫਿਰ ਤੁਸੀਂ ਕੀ ਕਰਦੇ ਹੋ? ਕਹਿੰਦਾ ਜੇ ਜਦੋਂ ਮੈਨੂੰ ਕੁੱਝ ਮਿਲ ਜਾਂਦਾ ਮੈਂ ਵੰਡ ਕੇ ਛਕਦਾ, ਤੇ ਨਹੀਂ ਮਿਲਦਾ ਤੇ ਮੈਂ ਸਬਰ ਕਰਦਾ। ਉਹ ਹੋਰ ਉੱਪਰ ਲੈ ਗਿਆ ਸਬਰ ਦੇ ਸਿਰੇ ਨੂੰ। ਹੁਣ ਫਿਰ ਮੈਂ ਪ੍ਰਾਚੀਨ ਪੰਥ ਪ੍ਰਕਾਸ਼ 'ਚ ਗੱਲ ਪੜ੍ਹੀ ਕਿ ਸਿੱਖ ਇਹਦੇ ਤੋਂ ਵੀ ਅੱਗੇ ਚਲਾ ਜਾਂਦਾ। ਕਹਿੰਦਾ ਦੇ ਜੇ ਕਿਤੇ ਸਿੱਖ ਨੇ ਬਹੁਤ ਸਮੇਂ ਬਾਅਦ ਕਿਤੇ ਪ੍ਰਸ਼ਾਦਾ ਛਕਣ ਨੂੰ ਮਿਲਿਆ ਸੀ, ਉਹਨੂੰ ਆਪ ਜੋ ਤਿਆਰ ਕੀਤਾ, ਅਜੇ ਭੁੱਖਾ ਭਾਣਾ ਮਹੀਨਿਆਂ ਦਾ, ਫਿਰ ਵੀ ਪ੍ਰਸ਼ਾਦਾ ਮਿਲ ਗਿਆ ਨਾ। ਪ੍ਰਸ਼ਾਦਾ ਬਣਾਉਣ ਤੋਂ ਬਾਅਦ ਉਹ ਕਹੇਗਾ ਦੇਲ ਆਵਾਜ਼ਾ ਭੁੱਖਾ, ਕੋਈ ਕੋਈ ਭੁੱਖਾ ਹੈ, ਕਿਸੇ ਨੂੰ ਭੁੱਖ ਤਾਂ ਨਹੀਂ ਲੱਗੀ ਆਸ ਪਾਸ, ਜ਼ੋਰ ਵੀ ਬੋਲੂਗਾ ਦੇਲ ਆਵਾਜ਼ਾ ਭੁੱਖਾ ਕੋਈ ਆਓ ਦੇਖ ਤਿਆਰ ਕਿਉਂ ਹੋਈ। ਕਹਿੰਦਾ ਇਮ ਵੇਲੇ ਵੈਰੀ ਕਿਵੇਂ ਆਵੇ, ਜੋ ਤਾਂ ਵੈਰੀ ਵੀ ਆਵੇ, ਪਰਮ ਮੀਤ ਕਰਤਾ ਨਹੀਂ ਸ਼ਿਕਾਵੇ, ਵੈਰੀ ਮਿੱਤਰਨ ਕੋ ਸਮਝੇ ਆ ਬਰਾਬਰ ਦੇਗਾ, ਇਹਦੀ ਵੈਰੀ ਆ ਦੇਗਾ। ਤੇ ਫਿਰ ਅੱਗੇ ਕਹਿੰਦਾ ਪਾਛੇ ਬਚੇ
सो खुद खा लिया जे नहीं बचिया जे बच गया उन्हें खा छक लिया कहते छक लिया सबर की नाल कहते नहीं छकिया जे नहीं बचिया उन्हें वढ दिता हुण की कहते फिर भी उन्हें शिकायत नहीं करनी कहता नहीं तो लंगर मस्त बने लंगर मस्ताना हो गया नहीं मिले ये नहीं कहना मैं नहीं मिले फिर भी तुम जाओ बाहर जान देंगे जी हाँ तो
पैसे दे के तुहाडे बच्चे नौकरियां दे देंगे। ये सारी फोर्स आए, ताकत आए, जोर आ, और जोर करके किसी का धर्म परिवर्तन कर दे, जोर होता है। कोई ब्राह्मण का की करता और मुझे कर लिया सी, ते कोई लालच दे के करता है, कोई कुछ होर ढंग करता है। ये जोर सिख नहीं मिलता, ना सिखा ने कदे सिखा का करैक्टर दूजिया नूं बचाउणा भी सिखी का धर्म है। सिखा दे जंग दे भी अपने नियम आ, भावे दूजे की बेटी हाथ च आ गई पर वो पराया धन उन्होंने जाके उ दे के आएगा। ये नहीं कि मैं सिखा दे इतिहास चाहता, मारे साढ़े बच्चियों की बेइज्जती करते हैं महाराज कहते नहीं, वो अपनी उन्होंने किरदार है। तो जिदन तुम ये काम किया सिख ही नहीं रहो, क्योंकि मेरा किरदार खत्म हो गया। हम कई कह देंगे कि बई मैंने गल होंगी मैंने कह दी गल औखी हो जाती, कहते नहीं जी ये होया वो होया। मैं हम कह देना हूं कि भाई कोई भी निर्दोष मारिया जाए, 84 साल बहुत बड़ा कतलेआम होया, पर यह नहीं कि सिख किसी निर्दोष को मार देगा। क्योंकि जितने मैं किसी इनोसेंट को मारागा, किसी निहत्थे को मारागा, उदन मेरा किरदार खत्म हो गया। वो एवें तो मेरे को नहीं जित सकते, ना मेरे सिदक तो सबक तो सिखी तो मैं नहीं जित सकते, पर जो मैं आप ही सिखी का गुण त्याग दिता तो सिखी गई, फिर तो कंप्लीट लॉस हो गया, क्योंकि मेरे तो सिखी चली गई। ये सिखी की गल है, इत नहीं कि आप काम कर लग पाइए। गुरसिखा ने कदे काम नहीं किया जो उन्होंने जुल्म किया हो। गुरु गोबिंद सिंह महाराज के जंग के विस्तार से जे शस्त्र उन्हें छड़ दिता शरण पै गया छड़ दो, भज्जिया जाता कहते छड़ दो। नियम असी नियमों की पालना करते हैं कि कीती के नहीं कीती, ग्रस्त की भी गल। नाम दान इशनान लड़ाया, नाम जपना हूं दान किया। सिख ने अपने दसवंध कड़ने सारा किरदार का लिखाए कि हथों दे नानक राह पछाणे से। इशनान उन्हें सुच मताई रखनी है, शरीर की भी रखनी है, अंतरात्मे की भी रखनी है। किरत करो, नाम जपो, वंड छको, साडा बेसारा करैक्टर महाराज ने इत्थे कर। फिर मैं कह दिया दीन ते दुनी दोनों विच तेरा मुख उजल होएगा। ये नहीं कि तू दुनिया के पिछे लग पवे, नहीं दुनिया इदा कहती मैं दुनिया में देख के हूँ मैं केस की नहीं सजाने जी, हूँ दुनिया मैं की कहूगी तो मैं इदा नहीं करना। वो तेन कि परवाह है, तेरे दुनिया की परवाह। दीन गवाया दुनी सो दुनी न चाली साल, पाए कुहाड़ा मारिया का फल निहाल। महाराज कहते तू दुनिया के पिछे लगा सी, दुनिया तेरे नाल नहीं चली। ए दुनिया किसे दुनिया की वड़ियां या कौन है आवे काम, माया का रंग सब फिक्का जल दो तेरे सिंदा। महाराज कहते खत्म हो जाना कोई ए तेरा रंग नहीं। वो कहते मैं बड़ा चौधरी बन जा, मैं कोई प्रधान बन जा, मैं ए बन जा। जो सिखा नूं ए नहीं लोड़ींदा। दुनिया की जिन्नियां भी तुसी देखोगे एक दौड़ चल रही है, एक दौड़ आ। मैं खासकर चाहुंदा जिहड़े मेरे नौजवान वीर ध्यान दे, गुरबाणी च गल मन कहिंदे आ की दौड़ आ, अत सुंदर कुलीन चतुर मुख ज्ञानी धनवान। ये दौड़ है, तुम वेख लो दुनिया एक दौड़ लगी हुई है। अत सुंदर मैं सोहना बन जा, एक करीमा ला लव, मैं इतना सोहना बना, मैं अपने हाथों के बाल ला लव, मैं मूँह के बाल ला लव, क्या मैं सोहना बन जाएगा। इतना झूठा सोहना महाराज कहते सोहने कहे होंगे सही सुंदर सोहने साथ जिन्हों के अंदर नाम होंगे जिन्हें अंदर गुण होंगे। शरीर एक सोहने वाली गल नहीं, पर दुनिया की दौड़ वेख लो। बीबियां कहने मैं सोहनी ऐदा बन देव, मैं ये लिपस्टिक ला ला, मैं ये चाहिए। कईयों को पता लगे कि नहीं केसकी भी सजा मेकअप भी करती है, भरवटे भी मुला। ये भी देखे मैं कई जगह बड़ी बुरी गल हुई पी है, कहनी आप भी कर लेना। ये अब सुंदर दुनिया दो सारिया एडवरटाइजमेंट सही होंगी, ऐदा सोने बन जाओगे, ऐदा गोरे बन जाओगे, ऐदा हो जाएगा। सारी दुनिया इसे दौड़ च लगी हुई है, मैं कितना सोना बन जा। बंदा कहना मैं कितना सोना, पर गुणा नाल नहीं। अत सुंदर कुली एलीट किवें बन जा, मैं उच्चा किवें बन जा, बट्टा किवें बन जा, मैनूं सारे कहण मैं उच्च जात वाला कितना बन गया, मैं उच्चा किवें बन। सारी दौड़ लगी हुई कहिंदे मेरा बच्चा कहिंदे नाम जपिया कर, इक बीबी मैनूं शिकायत कर रही मैं पिछले गल कर, कहते मेरी बच्ची जी बहुत नाम जप तुर पी आ, पढ़ाई तो बहुत ज्यादा उन्हें ध्यान नहीं दी। मैं क्या कोई नहीं थोड़ा घट नंबर आ जाएगी, वैसे गुरु की कृपा ना होंगे नहीं इदा। मैं क्या उन्होंने जो जपती चंगा रहन दौ। अभी कहते नहीं साड़ी दुनिया के अंदर साड़ी एलीट होने चाहिए, अभी कुलीन होने चाहिए। कुलीन कुल राजे जिता उच्च उच्च जातों वाले आ उच्च लोग, ये दौड़ लगी हुई है। मैं भी उच्चा हो जाऊँ
अब सुंदर कुलीन चलो मैं बड़ा सियाणा बन गया। बच्चा को सियाणा की गल करता कहते बड़ा सियाणा हो गया बहुत वधिया बच्चे झूठ बोलता वाह 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 बहुत सोहना छुपाती गल चतुर सियाणपा महाराज कहते हैं चतुराई न चतुर बोली पाई सह सियाणपा लख होए तो एक न चले लाल जो सच्चाई हो कि कूड़े टुटे पार कमर जाए चलना नानक लिखिया चतुराई एक चतुर बन जावा मैं बड़ा सियाणा बन जावा एक अपने आप में मनुख बहुत सियाणा बनना चाहता दुनिया दिया पढ़ाइया कर करके असल पढ़ाई नहीं करता बोझ पा लिया मन के उत्ते पड़ पड़ गड्डी लगती है मगर चतुर बन जा अत सुंदर दौड़ के कुलीन चतुर मुख गया एक होर आ गया बड़े कहते मैं मैं बड़ा गया भगत नहीं बनना चाहता कोई ए नहीं है भगती करा नाम जपा प्यार नाल बैठा वो कहने नहीं मैं पुच्छा हो जा हुण मेरी शोभा होवे मुख ज्ञानी मैनू लोग मेरी तरीफा करन कहण बड़ा सियाणा वो आके कहने मैं मेरे वर्गे थोड़ा कोई लैक्चर देवा तो सारे कहण वाह वाह बड़ा काम किया तो ये मुख ज्ञानी उपरों दी कई कहते जी मैं बहुत निम्रता है जी वो कहने मैं तुहाडे चरणा दी धूड़िया कहते बड़ा नहीं माड़ा कोई वो कह दे तू मेरे चरणा दी धूड़िया ठीक है मेरे जोड़े चक के लिया कहता है झूठा झूठा करता पखंड करता है कहना मैं बहुत जी मैं तुहाडा दास हां जी हाँ जी हुक्म करो मैं तुहाडा दास हां वो कहता मेरा दास है ठीक है फिर मेरा गुलाम बन के रहा कहता क्यों जी गल करता क्योंकि असं बनना नहीं ना चाहते अच्छे मुखो हर हर सब को करे बिरले हिरदे वसाया नानक तिनके हिरदे वसिया मोख मुख तिन पाया मुख ज्ञानी फिर धनवंत पैसा हो सारी दुनिया अमरीका अफरीका कनेडा तो लैके लगी हुई है इतों तक चंगा करते हैं कहते तेल ले लीए उ वो ले लीए चंगा करते पैसा साड़ी इकोनोमी ठीक रहे दूजे देशों के अंदर भावें भुखमरी हो जाए यह है दूजा देश भावें इन्हें बंब मार दीए कि बेचारा भुखे तड़के मर जाए कहते नहीं साढ़े को पैसा होना चाहिए धनवंत होना चाहिए माया धारी अन्ना बोला वो कहना मेरे को माया होनी चाहिए मेरे को पैसा होना चाहिए अत सुंदर कुलीन चतुर मुख ज्ञानी धनवंत महाराज कहते सारी दुनिया की दौड़ ऐसे पासे है ते महाराज कहते मृतक कहिए नानका जे प्रीत नहीं भगवान ए तू मृतक वर्गा है तू मरिया होया जे तेरी दौड़ इत्थे आ सो जीवे आ जिस मन वसिया सोए नानक अवरना हुण ए नहीं कि सिख कोल धन नहीं होना चाहिए ए नहीं कि सिख का उच्चा अहुदा नहीं होना चाहिए महाराज कहते कई कहते ना पैसा ही माया माया पैसा नहीं है ये नहीं कि पैसा है माया माया की है ये माया जित हर विसरै मोह उपजै भाव दूजा लाया तीन निशानियां एक तो परमात्मा विसर जाए एक मोह च पै जाए एक दुतिया भाव दे चा जाए एक नु छड़ के दूजे के पिछे पिछे जाके वह कहें ना बिरथा कहो कौन से मन की लोग रस्यो दसो दावत आसा लागो धन की सुके हे बोध पाओ सेवक जंजन की द्वार द्वार स्वान जो डोलत ने सुराम भजन की द्वार कुत्ते वांग घूमता फिरता है ये माया पैसा होना चाहिए इहदे च कोई माड़ी गल नहीं पर जे तेरे कोल पैसा आया ते तू रब नूं विसार दिता फिर तां ये माया फिर तां ये माया ते जे तू रब नूं नहीं विसारिया तू कहना मैं ये दसवंध कटा होर सिखा की मैं लोड़ पूरी करा तो यह मेरा नहीं महाराज तेरा ही है कि चंगे मैं कम लावा माया नहीं है मैं रब नहीं विसरिया मैं मोह नहीं उपजिया मैं भाव दूजा नहीं हूँ मेरा गृहस्थ है मेरे बच्चे है मेरी वाइफ आ मेरे सब आ तो मैं इन्होंने इन्ना क्रोध हो गया मैं रब भुल गया हूँ मैं द्वितीया भाव मोह पै गया क्या फिर माया आया फिर तो माया जे दुनिया की कोई भी शह कोई भी वस्तु कोई भी ज्ञान माया हो सकता है सच कर ज्ञान भी माया हो सकता है जे मैं तो हंकार आ गया नाम जपना भी माया बन सकता है सच जाने जी गुरु नानक साहब महाराज एक बार आ रहे थे उतो गुरदास वालों के साखी हो गई कहते एक बहुत जटी सटी सी वह कहना मैं चलिया कटना उन्होंने एक बह गया भोरे च जाके 40 दिन बाद ढोल बजाने वाला कहते जो एक दिन हो जाए करो एक ढोल बजा
पता लगता जाएगा फिर चालिया कट लेना, 40 दिन बाद नहीं आना रब का ना जा पाऊंगा। महाराज आए थोड़े दिन रहते थे, महाराज कहने ढोलिया तू जा तेरा काम नहीं, ढोली चला गया। ढोल बजने बंद हो गए, संतों को पता लगा पिंडा ने पता बंद हो गया। 40 दिन हुए वो बाहर आया, ना कोई मेला लगा, ना कोई मिलन आया, ना कोई कहन आया, कहना निराश जहा हो गया बेचारा। कहना है कोई नहीं आया, मैं 40 दिन हो गए। महाराज ने कहा ढोली बुलाओ, ढोली बुलाया कहते 40 टके ला, उन्हें 40 टके ला, वो संता कहने 40 दिन पूरे हो पहुंचो जी, आ रहे रह के ठाल लैके आ रहे, कोई फल लैके आ रहे। कहते बाबा जी जकार हो हूं बड़ा खुश होया, कहते तू नाम जपदा सी रब का पर होमे करके जपदा सी, मैं करके जपदा सी, मैं वड्डा कहावा ओदे लई जपदा सी, मैं भी वड्डा कहा लवा मैनू भी लोकी पूजा कर। कहते वो भी माया बन गया, बन गया ना माया, सेवा करते कि सेवा झगड़ा हो जाता। कहते जोड़े मैं साफ करा था तीजे लैन देनी, हद हो गई माया बन गई, यह हाल माया था। एक बार की होया मस्कीन जी कहते एक कॉन्फ्रेंस सर्व धर्मां दी उन्होंने उत्थे बजा के एक बंदा आया, उन्होंने इंट्रोडक्शन दी, कहते गुजरात का एक बड़ा वाला हीरे का व्यापारी आ, इन्हें बड़ा वाला व्यापार शुरू किया, मिलियनर बन गया, इहदे कोल अरबां रुपये आ गए। तो कहते एक दिन इन्हें सब कुछ छड्ड गया, सब कुछ छड्ड के ना एक धर्म के दुनिया वाल आ गया, तो हुण धर्म के वल तुरे। बहुत चंगी गल है, उन्हें सब कुछ छड्ड दिता, त्यागी हो गया। हुण वो आया, आके उन्हें जो सारे संबोधन किया, कहिंदा मैं इन्ना कमाया, मैं इन्नियां मिलां खड़ियां कीतियां, इन्ना व्यापार खड़ा किया, मेरा बैंक बैलेंस इन्ना सी, मेरा टर्नओवर इन्ने हजार करोड़ां दा सी, पर मैं सब कुछ छड्ड के हुण इधर आ गया। हुण मस्कीन जी दी वारी आई, कहिंदे ओह कहिंदे मैनूं सच बोलण थोड़ी आदत आ। कहिंदे देखो भाई साहब जी तुसीं छड्डिया कुछ नहीं। कहिंदे क्यों? मैं छड्डिया। कहिंदे तुहानूं पहलां इस गल दा माण सी कि मैं इन्ना कमाया, अज इस गल का माण है कि मैं देखो छड़ के आया, हूँ मैं छड़ के आने का भी माण हो गया। कई ग्रस्त छड़ के कहते ग्रस्ती छड़ दी, माण में होमे च आ जाते, देखे मेरे वर्ग है कोई, एक कितना बड़ी होमे आ, होमे रोग मानक को दीना, एक खड़ी बड़ी सूक्ष्म आ, खड़ी हो जाती है। अच्छा मैं बड़ा सोहना कीर्तन किया, वाह अज तो मेरी गल बन गई, अज मेरे सारे कहे होमे खड़ी हो गई, बड़ा सुचेत होके चलना। साडे जीवन का कर्म तीन अवस्था में चलना आ, मन एक अपना मनसा वाचा करमना, एक तो मैं कर्म करता, मेरे च मैं कल भी बच्चों गल करता सी, कर्म करते हैं मेरा चित करता, मैं अंदरों मेरे विकार आता काम का उठता, मैं कहना बीबी आया बंदा आया, मैं काम उठा, मैं वो कर्म कर दिता, माड़ा कम कर दिता, मेरा कर्म बन गया कर्म है। एक मेरे बोल च आया, मैं वचन करता बोलता पर मैं किया, एक मेरे मन में आया, तीनों अवस्था एक मन में आया, मैं बोलिया भी मैं कर्म नहीं किया। साढ़े जीवन से कितने ना कि उस लेवल पर आ, असं कर्म उतो बच गए हैं, वो नहीं करते, कोई बचन पर है, कोई बचन पर है, कोई मन पर है, कोई बिरला जो मन में भी फुरना नहीं होता। अवस्था साड़ी अपनी अपनी आप झाते मारी से बहुत मलीन है कि असं कितने खड़े, जे मेरे मन में उठ रहा तो रोग कितने से, रोग मन में सी, अजे मेरा मन तो निर्मल होया नहीं, फिर फस जाना। कहते लई सी मैं एडमिशन, मैं दूजी क्लास पास की, चौथी की, पर मैं डिग्री हासिल नहीं की, उन्हें भी नहीं की, मेरी फस गया। मान सभी को खाए, मन मेरा उत्थे खड़ा है, मन मेरा उस फसया होया, मनसा वाचा करमना जो मन के उ हूँ की महाराज कहते हैं, महाराज कहते जो जीए हुए सो उगले, मूह का कया वाओ बीजे वेख मंगे अमृत वेखो ही नहीं आओ। ओदे हिरदे दे अंदर जे ओ कर्म है, जे ओदे हिरदे दे जो ओदे हिरदे विच होएगा कोई उगेगा। एक बंदा बड़ा धर्मात्मा बनिया, कहिंदा मैं पढ़ा जी बहुत चंगा जी, मैं इत्थे दान भी करदा पुन करदा, मैं नाम जपदा, पर जो ओदे हिरदे विच होएगा उगेगा कोई, भावें दुनिया नहीं वेख पा रही या मैनूं वेख के कहो जी हाँ बड़ी सोहणी गल्लां करदा, पर मेरे हिरदे अंदर नहीं देख पाते, जो मेरे हिरदे विच होएगा ओही उगेगा। ते एक कर्मा सुंदरा खेते ही मेरा कर्म बन जाएगा, ते मन जब तक मैला है
ਮਨ ਮੈਲ ਲੈ ਸਭ ਕਿਛੁ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ। ਹੁਣ ਉਹਨਾਂ ਨੇ ਸਿਆਣਪਾ ਕਹਿੰਦੇ ਤੀਰਥ ਨਾ ਦੋ ਤੀਰਥ ਮਨ ਚਾਹ ਕੋਈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾ ਉਹਦੇ ਕੰਮ ਪੂਰਨ ਹੁੰਦੇ ਆ। ਇਹ ਪੁੰਨ ਵੀ ਪੁੰਨ ਕਰਕੇ ਵੀ ਮੈਨੂੰ ਮਾਣ ਆ ਗਿਆ, ਦਾਨ ਕਰਕੇ ਮਾਣ ਆ ਗਿਆ, ਜਪ ਕਰਕੇ ਮਾਣ ਆ ਗਿਆ, ਤਪ ਕਰਕੇ ਮਾਣ ਆ ਗਿਆ। ਮਹਾਰਾਜ ਨਿਯੋਲੀ ਕਰਮ ਕਰੇ ਵੋ ਆਸਨ ਜੈ ਮਾਰ ਸੰਜੈ ਮਾਰ ਸੰਜੈ ਮਤ ਨੂੰ ਕਸ਼ੀਰ ਕਟਾਵੇ ਤੋ ਵੀ ਹੋਮੈ ਇਹ ਹੋਮੈ ਰੂਪ ਮਾਨ ਕੋ ਦੀਆ ਇਹ ਨਾਨਕ ਹੋਮੈ ਰੂਪ ਇਹ ਸ਼ਬਦ ਨਾ। ਹੁਣ ਕੀ ਅਸੀਂ ਇਹ ਜਿਹੜੇ ਜਾਨਵਰ ਆ ਨਾ ਉਹਨਾਂ ਨੂੰ ਕਿਸੇ ਨੂੰ ਕੋਈ ਇੱਕ ਰੋਗ ਆ, ਤੁਸੀਂ ਕਹੋ ਨਾ ਕਿਸੇ ਜਾਨਵਰ ਨੂੰ ਹੋਮੈ ਹੈਗੀ, ਜਾਨਵਰ ਨੂੰ ਤਾਂ ਹੋਮੈ ਹੈ ਨੀ। ਉਹਨੂੰ ਕਾਮ ਰੋਗ ਦਾ ਵਿਚਾਰਾ ਉਹ ਹਾਥੀ ਆ, ਪਰ ਉਹਨੂੰ ਕੋਈ ਕਹੇ ਕਿ ਜੀ ਉਹਨੂੰ ਬਈ ਬੜਾ ਲੋਭ ਵੀ ਆ। ਜਾਨਵਰ ਕਿੰਨਾ ਇਕੱਠਾ ਕਰਦਾ, ਅੱਜ ਖਾਧਾ ਪਤਾ ਨੀ ਕੱਲ ਦਾ ਕੀ ਆ, ਮਨੁੱਖ ਇਕੱਠਾ ਕਰਦਾ, ਇਕੱਠੇ ਕਰਕੇ ਵੀ ਕਹਿੰਦਾ ਮੇਰੀ ਪੀੜ੍ਹੀਆਂ ਖਾੜ ਗਈਆਂ, ਲੋਭ ਹੈ ਨਾ। ਕਿਸੇ ਜਾਨਵਰ ਨੂੰ ਇੱਕ ਰੋਗ ਆ, ਕਿਸੇ ਨੇ ਕੋਈ ਰੋਗ ਆ, ਮਨੁੱਖ ਨੂੰ ਸਾਰੇ ਰੋਗ ਆ। ਇਹਦਾ ਵਿਸਤਾਰ ਕਿੰਨਾ ਔਖਾ, ਪਰ ਇਹ ਬਚ ਸਕਦਾ, ਇਹਦੀ ਚੇਤਨਾ ਦਾ ਲੈਵਲ ਵੀ ਹੁੰਦਾ ਹੀ ਆ। ਇਹ ਹੈ ਵੀ ਮਨੁੱਖਾ ਜਨਮ ਦੇ ਅੰਦਰ, ਬਚ ਵੀ ਇਹੀ ਸਕਦਾ, ਕਿਉਂਕਿ ਇਹਨੂੰ ਅੰਤਰ ਵਿਵੇਕ ਵੀ ਇਹਨੂੰ ਦਿੱਤਾ ਆ, ਗਿਆਨ ਇਹਨੂੰ ਹੋ ਸਕਦਾ ਆ। ਤੇ ਇਸ ਕਰਕੇ ਉਹਨੇ ਜਿੰਨਾ ਉਹਨੂੰ ਰੋਗ ਵੀ ਲੱਗਾ ਨਾ ਉਹਨਾਂ ਉਹਦਾ ਦਾਰੂ ਵੀ ਹੋ ਸਕਦਾ, ਉਹ ਨਾਮ ਵੀ ਜਪ ਸਕਦਾ। ਇਹ ਚੇਤਨਾ ਦਾ ਉਹਦਾ ਸਥਾਰ ਆ, ਉਹਦਾ ਦੇਵਲ ਆ, ਉਹਨੂੰ ਉਹ ਉੱਥੇ ਉਹਨੀ ਧਰਤੀ ਚ ਲੱਖ 84 ਜੋ ਉਹਨੂੰ ਪਾਈ ਮਾਨਸ ਕੁਟੰਬੀ ਵੜਿਆ ਸਗਲ ਧਰਤੀ ਮੈਂ ਤੇਰੀ ਸਿਕਦਾਰੀ ਔਰ ਜੋ ਤੇਰੀ ਪਨਿਹਾਰੀ। ਹੁਣ ਸਾਰੀ ਪਨਿਹਾਰੀ ਉਹਦੀ ਜੋ ਉਹ ਸਾਰਿਆਂ ਦਾ ਮਾਲਕ ਬਣ ਕੇ ਬੈਠਾ ਹੋਇਆ, ਪਰ ਉਹ ਉਹਨੇ ਧਿਆਨ ਰੱਖਣਾ ਕਿ ਉਹਨੂੰ ਉਹ ਰੋਗ ਲੱਗੇ ਆ ਇੰਨੇ, ਮੈਨੂੰ ਸਾਰੇ ਰੋਗ ਲੱਗੇ ਆ, ਮੈਨੂੰ ਲੋਭ ਵੀ ਆ, ਮੈਨੂੰ ਕਾਮ ਵੀ ਆ, ਮੈਨੂੰ ਕ੍ਰੋਧ ਵੀ ਆ, ਮੈਨੂੰ ਹਉਮੈ ਵੀ ਆ, ਹੰਕਾਰ ਵੀ ਆ, ਮੈਨੂੰ ਸਭ ਕੁਛ ਲੱਗਾ ਹੋਇਆ, ਪੰਜ ਰੋਗ ਪਰ ਅਹੰਗ ਰੋਗ ਇਹ ਜੇ ਗੁਰੂ ਚਾਹੇ ਨਾ ਤਾਂ ਕੱਟੇ ਜਾ ਸਕਦੇ ਆ, ਉਹਦੀ ਕਿਰਪਾ ਦੇ ਨਾਲ ਕੱਟੇ ਜਾ ਸਕਦੇ ਆ। ਪਰ ਕਿੱਦਾਂ ਫਿਰ ਇੱਕ ਗੱਲ ਜਾਣ ਲਿਆ, ਕਈ ਕਹਿੰਦੇ ਕਿਰਦਾਰ ਨੂੰ ਫਿਰ ਗੱਲ ਕਰਾਂ, ਮੈਨੂੰ ਇੱਕ ਆਉਂਦੀ ਗੱਲ। ਹੁਣ ਪੰਜਾਬ ਬਹੁਤ ਬੁਰਾ ਹਾਲ ਹੈ ਜੀ, ਸ਼ਰਾਬ ਭਾਈ ਸਾਹਿਬ ਕੱਲ੍ਹ ਫਿਲਮ ਦਿਖਾਈ ਸਾਡਾ ਰੋਣਾ ਨਿਕਲਦਾ ਸੀ, ਕਿਉਂ ਉਹਦੇ ਸ਼ਰਾਬਾਂ ਵਿੱਚ ਨਸ਼ਿਆਂ ਦੇ ਵਿੱਚ ਪਤਾ ਨੀ ਕਿਹੜੇ ਕਿਹੜੇ ਟੀਕੇ ਲਾ ਕੇ ਕਿਰਦਾਰ ਖਤਮ ਹੋਇਆ ਪਿਆ, ਸਰੀਰ ਦਾ ਕਹਿੰਦੇ ਕਿਤਾ ਦੜਾ ਆ ਗਿਆ, ਇਹ ਆ ਗਿਆ, ਮੈਂ ਕੀ ਬਣਾ ਕੀ ਕਰਾਂ, ਕਿਉਂ ਕਿਉਂਕਿ ਉਹਨੇ ਆਪਣੇ ਸਰੀਰ ਨੂੰ ਨਹੀਂ ਸਮਝਿਆ, ਉਹਨੇ ਆਪਣੀ ਦੇਹੀ ਨੂੰ ਸਮਝਿਆ ਨਹੀਂ ਕਿ ਦੇਹੀ। ਹੁਣ ਮੈਂ ਕੱਲ ਵੀ ਇੱਕ ਗੱਲ ਜ਼ਿਕਰ ਕੀਤੀ ਸੀ ਵਰਕਸ਼ਾਪ 'ਚ, ਜੇ ਕੋਈ ਬੜਾ ਵੱਡਾ ਸ਼ਰਾਬੀ ਹੋਏ ਉਹਨੂੰ ਕਹੋ ਆਹ ਸ਼ਰਾਬ ਦੀ ਬੋਤਲ ਲੈ ਤੇ ਤੂੰ ਹਰਿਮੰਦਰ ਸਾਹਿਬ ਉੱਥੇ ਅੰਦਰ ਚੱਲ ਜਾ, ਉਹ ਵੀ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਲੈ ਕੇ, ਕਹਿੰਦਾ ਕਿਉਂ ਤੂੰ ਪੀਂਦਾ ਤੇ ਹੈ, ਕਹਿੰਦਾ ਨਹੀਂ 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 ਮੈਂ ਨਹੀਂ ਲੈ ਕੇ। ਉਹਨੂੰ ਕਿਹਾ ਡਰੱਗਸ ਆ ਤਮਾਕੂ ਆ ਲੈ ਕੇ ਚੱਲ ਜਾ, ਕਹਿੰਦਾ ਨਹੀਂ ਨਹੀਂ ਉੱਥੇ ਨਹੀਂ ਜਾਣਾ, ਪਵਿੱਤਰ ਥਾਂ ਆ, ਉਹ ਪਵਿੱਤਰ ਥਾਂ ਤੇ ਮੈਂ ਕੀ ਕਰਾਂਗਾ ਜਾ ਕੇ, ਨਹੀਂ ਨਹੀਂ ਮੈਂ ਉਹ ਸ਼ਰਾਬ ਪੀਤੀ ਵੀ ਹੋਣਾ, ਕਹਿੰਦੇ ਉਹ ਨਹੀਂ ਰਾਤੀ ਮੈਂ ਪੀਤੀ ਸੀ ਨਾ, ਮੈਂ ਉਹ ਸਵੇਰੇ ਜਾ ਤੱਕ ਜ਼ਰੂਰਤ ਪੈ ਜਾਏ ਮੈਂ ਨਹਾ ਕੇ ਜਾਵਾਂ ਤਾਂ ਹੀ ਜਾਵਾਂਗਾ, ਮੈਂ ਨਹੀਂ ਜਾਵਾਂਗਾ। ਮਤਲਬ ਜਿਹੜਾ ਉਸ ਲੈਵਲ ਤੇ ਵੀ ਆ, ਕਹਿੰਦਾ ਪਵਿੱਤਰ ਥਾਂ ਆ, ਮੈਂ ਨਹੀਂ ਜਾਵਾਂਗਾ ਲੈ ਕੇ। ਤੇ ਮਹਾਰਾਜ ਕਹਿੰਦੇ ਹਰਿਮੰਦਰ ਇਹ ਉਹ ਸਰੀਰ ਹੈ ਗਿਆਨ ਦਾ ਤਨ ਪ੍ਰਗਟ ਹੋਏ, ਜਿੱਦਾਂ ਤੈਨੂੰ ਇਹ ਸਮਝ ਆ ਗਈ ਉਹ ਪਰਮਾਤਮਾ ਨੇ ਹਰੀ ਨੇ ਅਕਾਲ ਪੁਰਖ ਨੇ ਤੇਰੇ ਹਿਰਦੇ ਵਿੱਚ ਪ੍ਰਗਟ ਹੋਣਾ, ਇਹ ਸਰੀਰ ਦੇ ਅੰਦਰ ਪ੍ਰਗਟ ਹੋਣਾ, ਇਹ ਹਰਿਮੰਦਰ ਬਣ ਜਾਣਾ, ਮਾਨੇ ਅੰਦਰ ਪ੍ਰਗਟ ਹੋਣਾ, ਉਹਨੇ ਹਰ ਮਾਨੇ ਅੰਦਰ, ਮਾਨੇ ਅੰਦਰ ਪ੍ਰਗਟ ਹੋਣਾ ਨਾ, ਅੰਦਰ ਪ੍ਰਗਟ ਹੋਣਾ ਨਾ, ਇੱਥੇ ਹੀ ਹੋ ਜਾਣਾ ਸਭ ਕੁਛ, ਕਿਤੇ ਬਾਹਰ ਨਹੀਂ, ਸਭ ਕੁਛ ਘਰ ਨੇ, ਬਾਹਰ ਨਾ ਹੀ, ਬਾਹਰ ਟੋਲੇ ਸੁਭਾਗ ਭੁਲਾਏ, ਤੇ ਇਹ ਤੇ ਅੰਦਰ ਹੋ ਜਾਣਾ। ਹੁਣ ਉਹਨੂੰ ਅੰਦਰ ਹੋ ਜਾਏ ਤੇ ਮੇਰਾ ਸਰੀਰ ਕਹਿੰਦਾ ਅਕਾਲ ਤਖ਼ਤ ਤੇ ਹਮਲਾ ਕਰਤਾ, ਦਰਬਾਰ ਸਾਹਿਬ ਤੇ ਹਮਲਾ ਕਰਤਾ, ਗੋਲੀ ਚਲਾ ਦਿੱਤੀ, ਭੰਨ ਦਿੱਤਾ, ਉਹ ਮੇਰਾ ਤੇ ਅੱਗ ਲੱਗੀ ਹੋਈ ਹੈ, ਭਾਵੇਂ ਕਹਿੰਦਾ ਮੈਂ ਕਲੀਨ ਸ਼ੇਵਰ ਉਹ ਜੀ ਨਹੀਂ ਅਸੀਂ ਲੜ ਪੈਣਾ। ਜੇ ਤੈਨੂੰ ਪਤਾ ਹੋਵੇ ਤੇਰਾ ਸਰੀਰ ਹਰਿਮੰਦਰ ਆ ਤੇ ਤੂੰ ਇਹਦੀ ਭੰਨਣ ਭੰਨਦਾ ਕਿਉਂ, ਇਹਨੂੰ ਤੂੰ ਇਹਨੂੰ ਕਿਉਂ ਕੱਟਦਾ, ਤੂੰ ਕਿਉਂ ਉਹਨੂੰ ਤੋੜਦਾ, ਤੂੰ ਖਿਆਲ ਕਿਉਂ ਕਰਦਾ। ਕਹਿੰਦਾ ਨਹੀਂ ਇਹ ਤੇ ਮੇਰੇ ਅਕਾਲ ਪੁਰਖ ਦਾ ਸਰੀਰ ਆ, ਉਹਨੇ ਮੈਨੂੰ ਦਿੱਤਾ ਆ ਤੇ ਮੈਂ ਇਹਨੂੰ ਭੰਨਣਾ ਨਹੀਂ ਤੋੜਨਾ ਨਹੀਂ, ਇਹਦੇ ਵਿੱਚ ਉਹਨੇ ਪ੍ਰਗਟ ਹੋਣਾ। ਕਹਿੰਦਾ ਮੇਰੇ ਅਕਾਲ ਪੁਰਖ ਦਾ ਦਿੱਤਾ ਆ, ਇਹ ਦੇਹੀ ਪਵਿੱਤਰ ਆ, ਇਹਦੇ ਵਿੱਚ ਮੈਂ ਸ਼ਰਾਬ ਨਹੀਂ ਪਾਉਣੀ, ਇਹਦੇ ਵਿੱਚ ਮੈਂ ਡਰੱਗਸ ਨਹੀਂ ਪਾਉਣੀ, ਕਿਉਂ ਇੱਥੇ ਜਦੋਂ ਮੇਰੇ ਹਿਰਦੇ ਦਾ ਆਸਨ ਸਾਫ਼ ਹੋਏਗਾ ਵਿਕਾਰ ਹਟ ਕੇ ਇੱਥੇ ਉਹਨੇ ਪ੍ਰਗਟ ਹੋਣਾ। ਜਿੱਧਰ ਉਹਨੂੰ ਇਹ ਗੱਲ ਸਮਝ ਆਏਗੀ ਉਧਰ ਮੈਨੂੰ ਇਹ ਗੱਲ ਸਮਝ ਆਏਗੀ ਕਿ ਮੈਂ ਆਪਣੇ ਸਰੀਰ ਦਾ ਸੰਭਾਲ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਤੂੰ ਆਪਣੇ ਸਰੀਰ ਇਸ ਦੇਹੀ ਨੂੰ ਪਾਲ, ਇਸ ਦੇਹੀ ਨੂੰ ਪਾਲਣਾ, ਇਹ ਨਹੀਂ ਕਿ ਭੁੱਖਿਆ ਰਹਿ ਕੇ ਤੂੰ ਮਰ ਜਾ ਨਾ। ਕਹਿੰਦੇ ਜਦ ਤੱਕ ਦੇਹੀ ਹੈ ਤੇਰੇ ਬਚਣ ਦੀ ਆਸ ਹੈ, ਤੇ ਜਦੋਂ ਇਹ ਮਨ ਜਿਹੜਾ ਇਹ ਦੇਹੀ ਚ ਟਿਕਿਆ ਹੋਇਆ, ਇਹਦੇ ਵਿੱਚ ਹੀ ਟਿਕਿਆ ਹੋਇਆ ਨਾ ਜੀਵਨ, ਜੇ ਇਹ ਨਹੀਂ ਹੋਏਗਾ ਤਾਂ ਰਹਿਣਾ ਨਹੀਂ ਉਹਨੇ।
ਇਸ ਕਰਕੇ ਤੈਨੂੰ ਟਿਕ ਕੇ ਜੇ ਰਹਿਣਾ ਉਹਦੇ ਵਿੱਚ ਤੇ ਤੈਨੂੰ ਧਿਆਨ ਰੱਖਣਾ ਪਏਗਾ ਮੈਂ ਇਸ ਸਰੀਰ ਦੀ ਪਾਲਣਾ ਕਰਨੀ ਮੈਂ ਇਹਨੂੰ ਜਿੱਦਾਂ ਉਹਨੇ ਦਿੱਤਾ ਮੈਂ ਉਹਦੇ ਹੁਕਮ ਵਿੱਚ ਰਹਿਣਾ ਆ ਉਹਦੇ ਹੁਕਮ ਨੂੰ ਮੰਨਣਾ ਆ ਹੁਕਮ ਮੰਨੀਏ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ ਜੇ ਹੁਕਮ ਨਹੀਂ ਮੰਨਿਆ ਤੇ ਜਿੱਦਾਂ ਅਸੀਂ ਧਰਤੀ ਦਾ ਹਾਲ ਕਰ ਲਿਆ ਸਿੱਖ ਨੇ ਕਿਰਦਾਰ ਨੂੰ ਕੀ ਸੰਧਾਰੀ ਨਹੀਂ ਹੋਣਾ ਸਿੱਖ ਨੇ ਉਹਦਾ ਕੋਈ ਵਚਨ ਕੁਰਤਾਂ ਚ ਮਹਾਰਾਜ ਨੇ ਕਹਿ ਦਿੱਤਾ ਪਰ ਇਸਤਰੀ ਗਮਨ ਨਹੀਂ ਕਰਨਾ ਇਹ ਨਹੀਂ ਕਰ ਮਹਾਰਾਜ ਨੇ ਤੈਨੂੰ ਸਮਝਾ ਦਿੱਤਾ ਸਰੀਰ ਦਾ ਵੀ ਧਿਆਨ ਰੱਖਣਾ ਦੀਨ ਦਾ ਵੀ ਦੁਨੀ ਦਾ ਵੀ ਮਨ ਦਾ ਵੀ ਤਨ ਦਾ ਵੀ ਸੁਚਮਤਾਈ ਦੋਵੇਂ ਪਾਸੇ ਹੋਣੀ ਚਾਹੀਦੀ ਆ ਮਨ ਦਾ ਅਸਰ ਤਨ ਤੇ ਪੈਂਦਾ ਤੇ ਤਨ ਦਾ ਅਸਰ ਮਨ ਤੇ ਪੈਂਦਾ ਹੁਣ ਕਈ ਇੱਕ ਵਾਰੀ ਇੱਕ ਗੱਲ ਕਰ ਦਿੰਦੇ ਆ ਕਈ ਜਿਹਨਾਂ ਦਾ ਸਿਧਾਂਤ ਕਹਿੰਦੇ ਨਹੀਂ ਅੱਜ ਕੱਲ੍ਹ ਇੱਕ ਨਵੀਂ ਬਿਮਾਰੀ ਸ਼ੁਰੂ ਹੋ ਗਈ ਮੈਂ ਸਮਾਂ ਬਹੁਤ ਨਿਕਲ ਗਿਆ ਮੈਂ ਥੋੜ੍ਹੀ ਜਿਹੀ ਪੰਜ ਮਿੰਟ ਕਰਦਾ ਅੱਜ ਕੱਲ੍ਹ ਇੱਕ ਗੱਲ ਹੋ ਗਈ ਆ ਕਹਿੰਦੇ ਜੀ ਸਾਇੰਟਿਸਟ ਜਿਹੜਾ ਉਹ ਵੱਡਾ ਹੈ ਜਿਹੜਾ ਵਿਗਿਆਨਿਕ ਆ ਨਾ ਅੱਜ ਕੱਲ੍ਹ ਕਈ ਨਾਲ ਲੈਂਦਾ ਜੀ ਮਿਸ਼ਨਰੀ ਆ ਜਾਓ ਇਹ ਜਾਓ ਮੈਂ ਕਹਿੰਦਾ ਪਰ ਉਹ ਕਹਿੰਦੇ ਜੀ ਸਾਇੰਸ ਸਾਇੰਟਿਫਿਕ ਧਰਮ ਆ ਸਾਡਾ ਹੱਦ ਹੋ ਗਈ ਸਾਡਾ ਧਰਮ ਸੱਚ ਦਾ ਆ ਸਾਇੰਸ ਵੀ ਅਧੂਰੀ ਹੈ ਸਾਇੰਸ ਪੂਰੀ ਨਹੀਂ ਹੈ ਸਾਇੰਸ ਵੀ ਅਜੇ ਖੋਜ ਰਹੀ ਹੈ ਕਿ ਉਹਨੇ ਖੋਜ ਲਿਆ ਉਹਨੇ ਆਦਿ ਪਾ ਲਿਆ ਉਹਨੇ ਅੰਤ ਪਾ ਲਿਆ ਦੋਹਾਂ ਸਿਰਿਆਂ ਦਾ ਇੱਕ ਸਵਾਮੀ ਉਹਨੇ ਵਿਕਸੇ ਅੰਦਰ ਜਾ ਕਿ ਪਾ ਲਿਆ ਦੁਨੀਆਂ ਤੋਂ ਕਦੋਂ ਸ੍ਰਿਸ਼ਟੀ ਆਰੰਭ ਹੋਈ ਸੀ ਪਤਾ ਲਗਾ ਲਿਆ ਕਦੋਂ ਸ੍ਰਿਸ਼ਟੀ ਦਾ ਅੰਤ ਹੋ ਜਾਏਗਾ ਪਤਾ ਲਗਾ ਲੇਗਾ ਕੋਈ ਅੰਤ ਨਹੀਂ ਜਾਣਦਾ ਇਹ ਅੰਤ ਨਾ ਜਾਣੇ ਕੋਈ ਬਹੁਤ ਤੱਕ ਜੇ ਬਹੁਤ ਤੱਕ ਉਹ ਅੰਤ ਨਹੀਂ ਕੋਈ ਜਾਣ ਸਕਦਾ ਉਹ ਕਾਲ ਪੁਰਖ ਦੀ ਖੇਡ ਹੈ ਸਾਇੰਟਿਸਟ ਵੀ ਨਹੀਂ ਜਾਣਦਾ ਸਾਇੰਟਿਸਟ ਵੀ ਅਧੂਰਾ ਹੈ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਗੁਰੂ ਰਾਮਦਾਸ ਮਹਾਰਾਜ ਦਾ ਕਹਿੰਦੇ ਆ ਪਾਂਚ ਤੱਤ ਕਰ ਸਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕੀਤਾ ਹੋਵੇ ਤੂੰ ਬਹੁਤ ਵੱਡਾ ਨਾ ਵਿਗਿਆਨਿਕ ਤੇ ਛੇਵਾ ਤੱਤ ਕਰਕੇ ਦਿਖਾ ਦੇ ਇਹ ਸ੍ਰਿਸ਼ਟੀ ਸਾਜੀ ਆ ਧਰਤੀ ਆਕਾਸ਼ ਪਤਾਲ ਹਵਾ ਅੱਗ ਸਾਰਿਆਂ ਚ ਮਿਲਾ ਕੇ ਕਹਿੰਦੇ ਛੇਵਾਂ ਤੱਤ ਕਰਕੇ ਦਿਖਾ ਦੇ ਜੇ ਤੂੰ ਬਹੁਤ ਵੱਡਾ ਹੈ ਇਹ ਛੇ ਪੰਜ ਤੱਤਾਂ ਚ ਉਹਨੇ ਸ੍ਰਿਸ਼ਟੀ ਸਾਜੀ ਹੈ ਤੂੰ ਛੇਵਾਂ ਕਰ ਸਕਦਾ ਤੇ ਕਰ ਕਹਿ ਕੇ ਮੱਟਾ ਦੇ ਦੇ ਹੋਰ ਅੱਗੇ ਆ ਰਹੀ ਹੈ ਇੱਕ ਵਾਰ ਮੇਰੇ ਖਿਆਲ ਆਇਆ ਮੈਂ ਇੱਕ ਚੈਲੰਜ ਮੈਂ ਕਿਹਾ ਸਾਇੰਟਿਸਟ ਅਗਰ ਵੱਡਾ ਹੈ ਵਿਗਿਆਨਿਕ ਅਗਰ ਵੱਡਾ ਹੈ ਇੱਕ ਮਿੱਟੀ ਦਾ ਕਣ ਬਣਾ ਕੇ ਦਿਖਾ ਦੇ ਤੇ ਮੈਨੂੰ ਸਵਾਲ ਅੱਗੋ ਦਿਆ ਕਹਿੰਦੇ ਸਾਇੰਟਿਸਟ ਨੇ ਹਵਾਈ ਜਹਾਜ਼ ਬਣਾਇਆ ਠੀਕ ਆ ਕਹਿੰਦੇ ਸਾਇੰਟਿਸਟ ਨੇ ਕਾਰਾਂ ਬਣਾਤੀਆਂ ਮੈਂ ਕਿਹਾ ਠੀਕ ਆ ਮੈਂ ਕਿਹਾ ਉਹਨੇ ਹਵਾਈ ਜਹਾਜ਼ ਕਿੱਥੋਂ ਬਣਾਇਆ ਮੈਂ ਕਿਹਾ ਮੈਟਲ ਕਿੱਥੋਂ ਲਿਆ ਉਹਨੇ ਮੈਟਲ ਆਇਰਨ ਕਿੱਥੋਂ ਲਿਆ ਉਹਨੇ ਧਾਤ ਕਿੱਥੋਂ ਲਈ ਆ ਕਹਿੰਦੇ ਜਿਹੜੀ ਸੀ ਮੈਂ ਕਿਹਾ ਨਹੀਂ ਮਿੱਟੀ ਦਾ ਕਣ ਉਹਨੇ ਬਣਾਉਣਾ ਪਰ ਜੋ ਇੱਥੇ ਅਵੇਲੇਬਲ ਆ ਗੈਸਿਸ ਆ ਮਟੀਰੀਅਲ ਆ ਸੋਲਿਡ ਆ ਉਹਦੇ ਵਿੱਚੋਂ ਉਹਨੇ ਕੁਝ ਨਹੀਂ ਲੈਣਾ ਉਹ ਇੱਕ ਨੂੰ ਦੂਜੀ ਸ਼ੇਪ ਦੇ ਸਕਦਾ ਇੱਕ ਲਿਕੁਇਡ ਨੂੰ ਠੋਸ ਕਰ ਸਕਦਾ ਉਹਨੂੰ ਗੈਸ ਚ ਲਿਜਾ ਸਕਦਾ ਗੈਸ ਨੂੰ ਇੱਧਰ ਕਰ ਸਕਦਾ ਇਹ ਲੱਕੜ ਵੀ ਆ ਤੇ ਲੱਕੜ ਉਹਨੇ ਇੱਥੋਂ ਲਈ ਆ ਪੱਥਰ ਆ ਤੇ ਪੱਥਰ ਉਹਨੇ ਇੱਥੋਂ ਲਿਆ ਉਹਨੇ ਜੋ ਕੁਝ ਵੀ ਲਿਆ ਜੋ ਅਵੇਲੇਬਲ ਆ ਉਹਦੇ ਵਿੱਚੋਂ ਲਿਆ ਉਹ ਇੱਕ ਨੂੰ ਦੂਜਾ ਰੂਪ ਦੇ ਸਕਦਾ ਪਰ ਆਪਣੇ ਤੋਂ ਇੱਕ ਮਿੱਟੀ ਦਾ ਕਣ ਨਹੀਂ ਬਣਾ ਸਕਦਾ ਜਿਹਨੂੰ ਕਹੋ ਕੁਝ ਵੀ ਯੂਜ਼ ਨਹੀਂ ਕਰਨਾ ਇਸ ਬ੍ਰਹਿਮੰਡ ਦਾ ਗਲੈਕਸੀ ਦਾ ਇਸ ਯੂਨੀਵਰਸ ਦਾ ਤੂੰ ਆਪਣੇ ਆਪ ਤੋਂ ਇੱਕ ਮਿੱਟੀ ਦਾ ਕਣ ਬਣਾ ਸਕਦਾ ਕੀ ਬਣਾ ਸਕਦਾ ਅਗਰ ਕੋਈ ਕਹਿੰਦਾ ਬਣਾ ਕੇ ਦੱਸ ਬਣਾ ਸਕਦਾ ਆਪਣੇ ਆਪ ਤੋਂ ਕਿਸੇ ਤੋਂ ਕੁਝ ਨਹੀਂ ਲੈਣਾ ਜੋ ਅਵੇਲੇਬਲ ਆ ਇਹ ਨਹੀਂ ਕਿ ਆਈਸ ਤੋਂ ਪਾਣੀ ਬਣ ਗਿਆ ਪਾਣੀ ਤੋਂ ਗੈਸ ਬਣ ਗਏ ਕਿ ਇਸ ਮੈਟਰ ਤੋਂ ਮੈਂ ਬਣਾ ਲਿਆ ਤੋਂ ਇਹ ਕੱਢ ਲਿਆ ਇਹ ਨਹੀਂ ਜੋ ਅਵੇਲੇਬਲ ਹੈ ਤੇ ਜੇ ਉਹ ਕੁਝ ਬਣਾ ਨਹੀਂ ਸਕਦਾ ਉਹ ਰਚਨਾ ਨਹੀਂ ਕਰ ਸਕਦਾ ਉਹ ਰਚਨਹਾਰ ਨਹੀਂ ਹੋ ਸਕਦਾ ਉਹ ਕਰਤਾਰ ਨਹੀਂ ਹੋ ਸਕਦਾ ਉਹ ਕਰਤਾ ਪੁਰਖ ਨਹੀਂ ਹੋ ਸਕਦਾ ਇਸ ਕਰਕੇ ਉਹ ਵੀ ਅਧੂਰਾ ਉਹ ਪੂਰਾ ਨਹੀਂ ਪੂਰਾ ਉਹ ਪ੍ਰਮਾਤਮਾ ਆਪ ਹੈ ਉਹ ਪੂਰੇ ਦੀ ਖੇਡ ਹੈ ਉਹ ਪੂਰਾ ਆਪ ਜਾਣਦਾ ਆਪਣੇ ਆਪ ਨੂੰ ਉਹਨੂੰ ਤਾਂ ਕੋਈ ਜਾਣ ਵੀ ਨਹੀਂ ਸਕਦਾ ਲਿਵ ਧਾਤ ਤੋਂ ਇਹ ਰਾਹ ਹੈ ਇੱਕ ਲਿਵ ਦਾ ਰਾਹ ਹੈ ਪੰਥ ਇੱਕ ਧਾਤ ਦਾ ਰਾਹ ਹੈ ਇੱਕ ਕਹਿੰਦੇ ਪਰਮਾਰਥ ਦਾ ਰਾਹ ਹੈ ਇੱਕ ਪਦਾਰਥ ਦਾ ਰਾਹ ਹੈ ਸਾਇੰਟਿਸਟ ਪਦਾਰਥ ਨੂੰ ਖੋਜ ਰਿਹਾ ਪਦਾਰਥ ਕੀ ਕਹਿੰਦਾ ਉਸ ਗ੍ਰਹਿ ਚ ਕੀ ਹੈ ਉੱਥੇ ਕੀ ਹੈ ਤੇ ਗਿਆਨੀ ਜਿਹੜਾ ਭਗਤ ਹੈ ਨਾ ਉਹ ਆਤਮ ਨੂੰ ਖੋਜ ਰਿਹਾ ਤੇ ਮਹਾਰਾਜ ਕਹਿੰਦੇ ਪਦਾਰਥ ਬਿਨਸ ਜਾਣੇ ਧਰਤੀ ਵੀ ਬਿਨਸ ਜਾਣੀ ਹੈ ਰਬ ਸੱਚ ਚੱਲੇ ਨਿਸ ਸੱਚ ਚੱਲੇ ਤਾਰ ਇੱਕ ਲੱਖ ਕਲੋਏ ਸਭ ਚਲੇ ਜਾਣਾ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਕਹੋਏ ਉਹੀ ਇੱਕ ਮੁਕਾਮ ਹੈ ਬਾਕੀ ਸਭ ਨੂੰ ਚਲਾ ਜਾਣਾ ਹੁਣ ਜਿਹਨੂੰ ਮੈਂ ਖੋਜ ਰਿਹਾ ਉਹਨੇ ਬਿਨਸ ਜਾਣਾ ਤੇ ਕੀ ਨਹੀਂ ਬਿਨਸਣਾ ਪਰਮਾਤਮਾ ਨੇ ਨਹੀਂ ਬਿਨਸਣਾ ਤੇਰਾ ਆਤਮੇ ਨੇ ਉਹਦੇ 'ਚ ਮਿਲ ਜਾਣਾ ਤੇ ਇਸ ਕਰਕੇ ਸਾਡੀ ਖੋਜ ਪਰਮਾਰਥ ਵੱਲ ਚੱਲਦੀ ਹੈ ਜਿਹੜਾ ਬਿਨਸੇਗਾ ਨਹੀਂ ਜਿਹੜਾ ਨਾਲ ਜਾਏਗਾ ਤੇ ਜਿਹਨੇ ਬਿਨਸ ਜਾਣਾ ਉਹਨੂੰ ਜਿੰਨਾ ਮਰਜ਼ੀ ਖੋਜੀ ਜਾਈਏ ਅੰਤ ਫਿਰ ਵੀ ਤੁਹਾਡੇ ਹੱਥ ਕੁਝ ਨਹੀਂ ਲੱਗਣਾ
साइंटिस्ट पदार्थ खोजता है, भगत जिहड़ा आत्म नूं खोजता है परमार्थ, ते भगतां ऐसी ऐसी महाराज ने खोज की आ जो ब्रह्मंडे सोई पिंड जो खोजे सो पाए। वह कहते इतने खोजते तो सब पता लग गया। महाराज ने मैंने भी दसता धरती कि बड़े साचे पाना पे पाने के जल हो जल त्रिपुर साझिया घट घट जो सुन हुए। महाराज कि बनी गया मैंने दस दिया गर्भ निर्भ चुंदू काला धर्म न करना हुक्म पाला कोई है ही नहीं सी की सी मैं पूछता मैं दस दिया। वह जरा अंदर जाता ना वह सब ज्ञान हो जाता है, अंदर आत्मे का ज्ञान हो जाता है, वह ज्ञान अंदरों प्रगट होता है। यह नहीं कि ज्ञानी है तो ज्ञान ये नहीं हर हर रसना जो जपे पूर्ण काम उस तो उपर कोई ज्ञान नहीं है। उदम करत आनंद पया सिमरत सुख सार जप जप नाम गोविंद का पूर्ण विचार है। तो उच्ची विचार भी कोई नहीं, ऐतो उपर विचार भी कोई नहीं। वो भी ज्ञान जरा तेरे अंतरात्मे तो आएगा जो तो नाम जप के तेरा प्रकाश होके ज्ञान आएगा ना वो सच्चा ज्ञान होएगा। जरा दुनिया दिया पाई जरा बोझ पाई जरा बंदा चलाक हो जाता है की है वो बंदा बहुत दिमाग चंक हो जाता है मन जरा बहुत चंट हो जाता है। हम बड़िया लॉजिका पता नहीं ऐदा नहीं जी ऐदा नहीं जी नहीं जी भगत ने अमृत छकिया हूँ वो अपने मन में इना ट्रेट कर लेता है इना पक्का कर लेता हूँ वो भोला नहीं रह जाता भोले भाव नहीं रह जाता फिर क्यों फिर निस्तारा होना औखा हो जाता है मैल ओनी हो जाती है। तो ये जब तक आप सच्चे की गल नहीं मना अकाल पुरख नहीं आवे जब विश्वास कर गुरु नानक महाराज ने अर्जुन प्रमाण नानक गुरु अंदर अमर कहायो श्री गुरु राज अबचल अटल आदि गुरु प्रमाण। ये श्री गुरु राज अबचल अटल है ये सारे का निस्तारा गुरु नानक ने किया उस ज्योत निरंकारी ने किया है। आप नारायण कला धर जग में परवरियो उन्हें यह धर्म चलाया मारिया सिक्का जगत विच नानक निर्मल पंथ। ये निर्मल पंथ है ये मन की मैल धोन वाला पंथ है नानक राज चलाया कब कल सुजस गावो गुरु नानक राज जोग जिन माने पास चंदर दे बसावो तो परम गुरु नानक गुरु का परम गुरु गुरुआ का गुरु है। उस नु असि जान लईए असि कितने खड़े हाँ असि ये ना हो गए साढ़े को एक्सेस असि गुरु के दर से पता नहीं किन्नी कृपा हुई कि गुरु ग्रंथ साहब महाराज तक साड़ी पहुँच है। कई तो बिलकुल पर्दे चले कई कितों की करना की समझ नहीं कृपा हुई है चरणा च आओ जे मैं कोई कहना हो गलत कह गया हो गुरमुख अनुकूल हो ठीक जो विपरीत कह गया हाथ जोड़ के बेनती कर मैं माफ कर दिया जो तू सो महाराज बड़ा मेरी मत थोड़ी राम टकराव होंगे टकराव तद नहीं होंगे जो गुरमत हो गुरमत
ਫੇਟ ਕਰਾਂਗੇ ਰੋਟਾ ਗੁਰ ਕੀ ਮਤ ਤੁਲੇ ਜਾਂਦੇ ਭਗਤ ਬਿਨਾ ਗੁਰਦੁਖੇ ਛਾਦੇ ਉਹ ਭਗਤੀ ਦਾ ਮਾਰਗ ਸਾਡੇ ਤੋਂ ਨਿਕਲ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਗਤੀ ਦਾ ਮਾਰਗ ਚਲਾਇਆ ਫਿਰ ਮਹਾਰਾਜ ਨੇ ਬੇਨਤੀ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਲੈ ਤੇ ਉਹ ਦਸ ਮਨ ਚਾਓ ਭਗਤੀ ਮਨ ਠਹਿਰਾਵੇ ਪਰ ਅੱਜ ਨਹੀਂ ਸਾਡਾ ਕੀ ਹੈ ਸਾਡਾ ਕੋਈ ਅਖੰਡ ਬਣਾਤਾ ਕਰਮ ਕਾਂਡ ਬਣਾਤਾ ਹਾਂ ਜੀ ਮੁੰਡਾ ਹੋ ਗਿਆ ਤੇ ਜੀ ਅਸੀਂ ਇਹ ਕਰਨਾ ਐਸੀ ਹੁਣ ਇੱਥੇ ਜਾ ਕੇ ਗੁਰੂ ਸਾਹਿਬ ਤੋਂ ਇਹ ਕਰਨਾ ਜੀ ਉਹ ਕਰਨਾ ਪਰ ਅਸੀਂ ਮਨੋਂ ਨਹੀਂ ਕਿਹੋ ਬਣਾਤਾ ਅੱਜ ਨਾ ਸੁਣਦਾ ਕਿਸੇ ਨੇ ਅਖੰਡ ਪਾਠ ਨਾ ਬਹਿਣਾ ਕਿਸੇ ਨੇ ਅਖੰਡ ਪਾਠ ਤੇ ਪਰ ਅਸੀਂ ਉਹਨੇ ਕਿਹੋ ਬਣਾਤਾ ਅਰਦਾਸ ਕਰਾ ਲਿਓ ਜੀ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਵਿਵਰਜਤ ਕਰੈਕਟਰ ਦੀ ਗੱਲ ਕਰ ਉਸਤਤ ਨਿੰਦਾ ਦੋ ਵਿਵਰਜਤ ਹੁਣ ਕੀ ਆ ਉਹ ਜ਼ਿੰਦਗੀ ਭਰ ਤਾਂ ਸ਼ਰਾਬ ਪੀਂਦਾ ਰਿਹਾ ਤੇ ਭਾਈ ਸਾਹਿਬ ਫਿਰ ਵੀ ਕਹਿੰਦੇ ਗੁਰੂ ਜੀ ਮੁਰਾਦ ਅਰਗੇ ਚਲੇ ਬਹੁਤ ਚੰਗੇ ਸੀ ਭਾਈ ਸਾਹਿਬ ਜੀ ਇਹ ਉਸਤਤ ਆ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਵਿਵਰਜਤ ਤੇ ਜੇ ਕੋਈ ਬੜਾ ਨਾਮ ਜਪਦਾ ਕਹਿੰਦੇ ਉਹ ਉੱਥੇ ਹੋਣਾ ਕਿਤੇ ਬੈਠਾ ਲੰਗਰਾਂ 'ਚ ਬੈਠਾ ਹੋਣਾ ਐਵੇਂ ਬੇਵਕੂਫ ਜਿਹਾ ਪਾਗਲ ਜਿਹਾ ਤੁਸੀਂ ਸਮਝ ਆਉਂਦੇ ਇਹ ਨਿੰਦਿਆ ਸੱਚ ਨੂੰ ਸੱਚ ਕਹਿਣਾ ਸਿੱਖ ਭੁੱਲ ਗਿਆ ਜਾਂ ਤੇ ਵਧਾ ਕੇ ਕਹਿਣਾ ਉਸਤਤ ਜਾਂ ਘਟਾ ਕੇ ਕਹਿਣਾ ਨਿੰਦਿਆ ਦੋਨੋਂ ਵੀ ਵਰਜਤ ਆ ਪਰ ਸੱਚ ਨੂੰ ਸੱਚ ਕਹਿਣਾ ਸੱਚ ਕੀ ਬਾਣੀ ਨਾਨਕ ਆ ਕੇ ਅੱਜ ਕਹਿੰਦੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਨੇ ਸਾਨੂੰ ਇਹ ਕਲੂ ਦਿਖਾ ਦੇਣਗੇ ਜੀ ਸੱਚ ਗੁਰੂ ਨਾਨਕ ਸਾਹਿਬ ਦੇ ਮੂੰਹ ਦੇ ਉੱਤੇ ਹੱਥ ਰੱਖਤਾ ਇਹਨਾਂ ਨੇ ਗੁਰਦੁਆਰਾ ਸਾਹਿਬ 'ਚ ਜੋ ਬੋਲਣਾ ਗੁਰੂ ਨਾਨਕ ਸਾਹਿਬ ਨੇ ਬੋਲਣਾ ਸੀ ਪਰ ਉੱਥੇ ਵੀ ਮੂੰਹ ਦੇ ਉੱਤੇ ਹੱਥ ਰੱਖਦੇ ਫਿਰ ਕਿਰਦਾਰ ਕਿੱਥੋਂ ਮਿਲੇ ਫਿਰ ਕਿੱਦਾਂ ਦੇ ਕਿਰਦਾਰ ਹੋ ਗਏ ਕਿੱਦਾਂ ਦੇ ਪ੍ਰਧਾਨ ਹੋ ਗਏ ਕਿੱਦਾਂ ਦੀਆਂ ਕਮੇਟੀਆਂ ਗਲਤ ਸਿਸਟਮ ਹਾਸਲ ਕਰ ਲਿੱਤਾ ਸਾਡੇ 'ਚ ਇਲੈਕਸ਼ਨਾਂ ਵੜ ਦਿੱਤੀਆਂ ਹੋਰ ਸਿਸਟਮ ਵੜ ਕੇ ਸਿਲੈਕਸ਼ਨ ਸੀ ਗੁਰੂ ਨਾਨਕ ਦੇ ਘਰ ਦੇ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋਤ ਅੱਗੇ ਦੇਣੀ ਆ ਗੁਰੂ ਅੰਗਦ ਦੇਵ ਮਹਾਰਾਜ ਨੂੰ ਮਹਾਰਾਜ ਇੱਕ ਪ੍ਰੀਖਿਆ ਦਿੱਤੀ ਆ ਪ੍ਰੀਖਿਆ ਲੈ ਕੇ ਮਹਾਰਾਜ ਕਹਿੰਦੇ ਜਾ ਤੂੰ ਉੱਥੇ ਮੁਰਦਾ ਖਾ ਅਖੀਰ ਤੱਕ ਮੁਰਦਾ ਖਾਣ ਕੇ ਪੈਰੋਂ ਖਾਵਾਂ ਸਿਰ ਵੱਲੋਂ ਖਾਵਾਂ ਜਦੋਂ ਦੇਖ ਲਿਆ ਕਿ ਹਾਂ ਪੂਰੇ ਨੇ ਫਿਰ ਮਾਰ ਕੇ ਜੋਤ ਕਰ ਗੁਰੂ ਅਰਜਨ ਗੁਰੂ ਅਮਰਦਾਸ ਜੀ ਨੂੰ ਜੋਤ ਦੇਣੀ ਆ 70 ਸਾਲ 75 ਸਾਲ ਦੀ ਉਮਰ ਆ 10 ਸਾਲ ਪਾਣੀ ਢੋਂਦੇ ਪਏ ਆ ਕੱਢੀ ਸੇਵਾ ਕਰਦੇ ਪਏ ਆ ਸੇਵਾ ਦੇ ਇਹ ਨਹੀਂ ਕਿ ਸੰਗਤ ਜੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਤੁਸੀਂ ਦੱਸੋ ਸਾਰਿਆਂ ਨੂੰ ਕਿਹਨੂੰ ਬਣਾਉਣਾ ਗੁਰੂ ਨਾ ਪ੍ਰੀਖਿਆ ਲੈ ਕੇ ਗੁਰੂ ਰਾਮਦਾਸ ਕਹਿੰਦੇ ਉਹ ਤਾਂ ਨਿਥਾਣੇ ਦੇ ਥਾਂ ਬਣ ਗਏ ਨਿਤਾਣਿਆਂ ਦੇ ਮਾਣ ਬਣ ਗਏ ਕੀ ਸੀ ਕਹਿੰਦੇ ਸੀ ਉਹ ਤਾਂ ਨਾਥ ਨੇ ਜੀ ਅਨਾਥਾਂ ਦੇ ਨਾਥ ਬਣ ਗਏ ਮਹਾਰਾਜ ਨੇ ਇਹ ਸਿਸਟਮ ਚਲਾਇਆ ਸੀ ਸਾਡੇ ਅੰਦਰ ਸਿਲੈਕਸ਼ਨ ਦਾ ਪ੍ਰੀਖਿਆ ਲੈ ਕੇ ਜਿਹੜਾ ਕੌਮ ਦੇ ਲਈ ਵਾਰ ਸਕਦਾ ਹੈ ਆਪਣਾ ਆਪਾ ਉਹਨੂੰ ਮਹਾਰਾਜ ਨੇ ਚੁਣਿਆ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਮਾਂ ਆਇਆ ਨਾ ਮਹਾਰਾਜ ਨੇ 16ਵੀਂ ਵਿਸਾਖੀ ਮਹਾਰਾਜ ਕਹਿੰਦੇ ਸਿਰ ਲਿਆਓ ਪ੍ਰੀਖਿਆ ਫਿਰ ਪ੍ਰੀਖਿਆ ਖੜੀ 80 ਹਜ਼ਾਰ ਦਾ ਇਕੱਠ ਆ ਕਹਿੰਦੇ ਬੜੇ ਭੱਜ ਗਏ ਮਹਾਰਾਜ ਕਹਿੰਦੇ ਸਿਰ ਲਿਆਓ ਇੱਕ ਹੋਰ ਲਿਆਓ ਇੱਕ ਹੋਰ ਲਿਆਓ ਬਹੁਤ ਭੱਜ ਗਏ ਮਾਤਾ ਜੀ ਕੋਲ ਚਲੇ ਗਏ ਕਹਿੰਦੇ ਮਾਤਾ ਜੀ ਉਹ ਤਾਂ ਪਤਾ ਨਹੀਂ ਕੀ ਹੋ ਗਿਆ ਚੰਡੀ ਚੜ ਗਈ ਜੀ ਕੋਈ ਹੋਰ ਤੇ ਉਸ ਵੇਲੇ ਵੋਟਾਂ ਲਾ ਲੈਂਦੇ ਨੇ ਉਹ ਕਹਿੰਦੇ ਗੁਰੂ ਦਾ ਦਿਮਾਗ ਖਰਾਬ ਮਾਫ ਕਰਨਾ ਇਹਨੂੰ ਹਟਾਓ ਦੂਜਾ ਗੁਰੂ ਬਣਾਓ ਇਹੀ ਹੋ ਜਾਂਦਾ ਤੇ ਇਹ ਕੰਮ ਸਾਡੇ ਚ ਹੋ ਗਿਆ ਹੁਣ ਜਿਹੜਾ ਕੁਰਬਾਨੀ ਕਰ ਸਕਦਾ ਜਿਹੜਾ ਪੰਥ ਦੀ ਲੀਡ ਕਰ ਸਕਦਾ ਸੀ ਜੇ ਜਿਹੜਾ ਆਪਣਾ ਆਪਾਂ ਵਾਰ ਸਕਦਾ ਜਿਹੜਾ ਪੰਥ ਦੇ ਲਈ ਆਪਣੇ ਕੁਰਬਾਨ ਕਰਦਾ ਜਿਹਦਾ ਆਪਣਾ ਹਿੱਤ ਨਹੀਂ ਆ ਉਹਦੀ ਕੋਈ ਇੱਛਾ ਨਹੀਂ ਆ ਉਹ ਲੀਡਰ ਨਹੀਂ ਰਹਿ ਗਿਆ ਤੇ ਹੁਣ ਘਰ ਘਰ ਗੁਰਦੁਆਰੇ ਗੁਰਦੁਆਰੇ ਉਹੋ ਜਿਹੀ ਲੀਡਰਸ਼ਿਪ ਆ ਤੇ ਬੱਚਾ ਜਦੋਂ ਜਾਂਦਾ ਉਹਨਾਂ ਨੂੰ ਵੇਖਦਾ ਉਹਦੇ ਆਈਡਲ ਬਣ ਜਾਂਦੇ ਕਹਿੰਦੇ ਇਹਦੀ ਬੜੀ ਚੜ੍ਹਦੇ ਆ ਇਹ ਪ੍ਰਧਾਨ ਆ ਦੂਜਾ ਤੇ ਆਵੇ ਖੜਾ ਹੁੰਦਾ ਤੇ ਉਹਨੂੰ ਜਿਹੜੀ ਇੰਸਪੀਰੇਸ਼ਨ ਮਿਲਣੀ ਹੁੰਦੀ ਆ ਉਹਨੇ ਇਹ ਤੇ ਜਿਹੜੇ ਕੋਈ ਮਾੜੇ ਮੋਟੇ ਆਪਣਾ ਗੁਰਮੁਖ ਜੀਵਨ ਸੰਭਾਲ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਥੋੜ੍ਹੀ ਸੋਝੀ ਆ ਬਾਕੀ ਤੇ ਆਵਾ ਹੀ ਉੱਤੇ ਇੱਥੇ ਵੀ ਮੈਨੂੰ ਬੜਾ ਦੁੱਖ ਹੋਇਆ ਕੱਲ੍ਹ ਉਹ ਭਾਈ ਸਾਹਿਬ ਕਹਿੰਦੇ ਜਗਤਾਰ ਸਿੰਘ ਹਵਾਲੇ ਨੂੰ ਜਾਣਦਾ ਕੋਈ ਭਾਈ ਫੌਜਾ ਸਿੰਘ ਨੂੰ ਕੋਈ ਜਾਣਦਾ ਕੋਈ ਧਿਆਨ ਹੀ ਨਹੀਂ ਕਿਸੇ ਦਾ ਪਤਾ ਹੀ ਨਹੀਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਮੈਨੂੰ ਨਹੀਂ ਲੱਗਦਾ ਇਹ ਜੇ ਕਿਸੇ ਨੂੰ ਇਹ ਵੀ ਪਤਾ ਹੋਣਾ ਮੈਂ ਜੁੱਤੀ ਮਾਰੀ ਹੋਣੀ ਇਹ ਵੀ ਨਹੀਂ ਪਤਾ ਹੋਣਾ ਕਿਉਂਕਿ ਸਾਡਾ ਧਿਆਨ ਹੀ ਨਹੀਂ ਜਾਂਦਾ ਨਾ ਕੋਈ ਉੱਥੇ ਗੁਰਦੁਆਰੇ 'ਚ ਕੋਈ ਗੱਲ ਕਰਦਾ ਨਾ ਕੋਈ ਗੱਲ ਕਰਦਾ ਤੇ ਉਹ ਕਿਰਦਾਰ ਕਿੱਥੋਂ ਦੀ ਆਵੇ ਆਦਰਸ਼ ਨਹੀਂ ਰਹਿ ਜਾਂਦਾ ਨਾ ਫਿਰ ਹੁਣ ਕੀ ਆ ਗੁਰਦੁਆਰੇ ਖੰਡ-ਬੰਡ ਕਰਾ ਲਓ ਜੀ ਕੀਰਤਨ ਕਰਾ ਲਓ ਜੀ ਪਰ ਜਿਹੜਾ ਸਾਡੇ ਕਿਰਦਾਰ ਸੀ ਜਿਹੜੀ ਹਿਸਟਰੀ ਸੀ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਉਹਨੂੰ ਕੋਈ ਲੈ ਕੇ ਅੱਗੇ ਨਹੀਂ ਆਉਂਦਾ ਇਸ ਕਰਕੇ ਸਾਡੇ ਅੰਦਰੋਂ ਉਹ ਸਿੱਖੀ ਦਾ ਕਰੈਕਟਰ ਹੀ ਜਾਂਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਸਿੱਖੀ ਦਾ ਜਿਹੜਾ ਪਰ ਇਹ ਹਟੂਗਾ ਖਤਮ ਨਹੀਂ ਹੋਏਗਾ ਮੈਂ ਇੰਨਾ ਕਹਿ ਸਕਦਾ ਅਕਾਲ ਪੁਰਖ ਦੀ ਫੌਜ ਆ ਪ੍ਰਗਟ ਖਾਲਸਾ ਪ੍ਰਮਾਤਮਾ ਜੀ ਮੋਹ ਸੋ ਕਰਤਾ ਚਿੰਤਾ ਕਰ ਜੀ ਨੂੰ ਪਾਇਆ ਜਾ ਸਰਬ ਕਲਾ ਸਮਰੱਥ ਹੈ ਮੈਂ ਕਹਿੰਦਾ ਉਹਨਾਂ ਕੋਈ ਨਾ ਚਿੰਤਾ ਕਰੋ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਦੇ ਪਰਤ ਪਾਲੇ ਦੇ ਸਾਥ ਸੰਭਾਲੇ ਗੁਰੂ ਉਹ ਸਮਰੱਥ ਹੈ ਸਮਰੱਥ ਗੁਰੂ ਹੈ ਜੇ ਉਹਨੇ ਚਲਾਇਆ ਪੰਜ ਬਚਣ ਦੀ ਗਲਾ ਹੋਣੀ ਹੋਣੀ ਪਰ ਅਸੀਂ ਉਹ ਸਿੱਖੀ ਕਿਰਦਾਰ ਨੂੰ ਜਿਉਂਦਾ ਰੱਖੀ ਸਾਡੀ ਜ਼ਿੰਮੇਵਾਰੀ ਆ ਮੈਨੂੰ ਆਪਣਾ ਸਭੋ ਆਪੋ ਆਪਣੀ ਮੈਂ ਆਪਣੀ ਪਈ ਮੈਂ ਉਸ ਨੂੰ ਰੱਖਣਾ ਆ ਤੇ ਫਿਰ ਮੈਂ ਗੱਲ ਕਹਿ ਰਿਹਾ ਮਾਇਆ ਦੀ ਜਿਹੜੀ ਗੱਲ ਕਰਦਾ ਸੀ ਨਾ ਮੈਂ ਮੈਨੂੰ ਇੱਕਦਮ ਝੱਟ ਆ ਗਿਆ ਮਾਇਆ ਹੁਣ ਮੇਰਾ ਪਰਿਵਾਰ ਆ ਤੇ ਮੈਂ ਜੇ ਉਹਦੇ 'ਚ ਖੁੱਭਿਆ ਹੋਇਆ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਅੱਗੇ ਸਾਡੀ ਵੰਸ਼ ਨਹੀਂ ਚੱਲਣੀ ਚਾਹੀਦੀ ਸਿੱਖ ਨਹੀਂ ਹੋਣਾ ਚਾਹੀਦਾ ਅੱਗੇ ਨਿਆਣੇ ਨਹੀਂ ਹੋਣਾ ਇਹ ਤਾਂ ਨਹੀਂ ਕਿਹਾ ਪਰ ਜਦੋਂ ਮੈਂ ਮੇਰਾ ਪਰਿਵਾਰ ਆ ਮੈਂ ਉਹਨੂੰ ਸੰਗਤ ਬਣਾ ਲਵਾਂ ਜੇ ਮੈਂ ਸੰਗਤ ਬਣਾ ਲਈ ਤੇ ਮਾਇਆ ਨੇ ਜੇ ਮੇਰੇ ਜ਼ਿੰਮੇਵਾਰੀ ਲਾਈ ਹੈ ਮਹਾਰਾਜ ਨੇ ਇਹਨਾਂ ਬੱਚਿਆਂ ਨੂੰ ਸਿੱਖੀ ਦ੍ਰਿੜ ਕਰਾਉਣੀ ਹੈ ਇਹ ਜਿਹੜੇ ਅੱਗੇ ਹੁਣ ਪੰਥ ਫੈਲਣਾ ਚਾਹੀਦਾ 1% ਰਹਿਣਾ ਆਪਾਂ
ਵਧਣਾ ਚਾਹੀਦਾ ਪਰ ਮੇਰੀ ਜ਼ਿੰਮੇਵਾਰੀ ਹੈ ਮੈਂ ਇਹਨੂੰ ਵਧਾਵਾਂ ਇਹਨੂੰ ਸਿੱਖਿਆ ਦਿਆਂ ਇਹ ਮੇਰੀ ਜ਼ਿੰਮੇਵਾਰੀ ਮੈਂ ਸੰਗਤ ਲੈ ਕੇ ਜਾਵਾਂ ਇਹ ਮੇਰੀ ਸੰਗਤ ਬਣ ਜਾਏ ਮੈਂ ਆਪ ਬਹਿ ਕੇ ਕੀਰਤਨ ਕਰਾਂ ਮਾਇਆ ਦਾ ਪ੍ਰਭਾਵ ਘੱਟ ਗਿਆ ਹੁਣ ਮੈਂ ਕੁਛ ਛੱਕਣਾ ਹੈ ਛੱਕਣ ਤੋਂ ਪਹਿਲਾਂ ਮੈਂ ਮਹਾਰਾਜ ਸੋਚਦਾ ਤੂੰ ਦਿੱਤਾ ਮੈਨੂੰ ਲੰਗਰ ਆ ਲੰਗਰ ਖਾਧਾ ਮੈਨੂੰ ਦੇ ਲੇਖਾ ਨਹੀਂ ਦੇਣਾ ਪੈਣਾ ਮੈਨੂੰ ਜੇ ਦੂਜਾ ਛੱਕਣਾ ਤੈਨੂੰ ਲੇਖਾ ਦੇਣਾ ਪੈਣਾ ਇਹ ਇੱਕ ਯੁਗਤਾ ਹੁੰਦੀ ਹੈ ਉਹ ਸਾਡੇ ਚੋਂ ਨਿਕਲਦੀਆਂ ਜਾ ਰਹੀਆਂ ਕਿਉਂ 1947 ਵਿੱਚ ਸਿੱਖਾਂ ਦਾ ਟਿਕਾਣ ਹੋਇਆ 84 ਵਿੱਚ ਟਿਕਾਣ ਹੋਇਆ ਸਿੱਖਾਂ ਦੀ ਜਿਹੜੀ ਸੋਚ ਹੈ ਨਾ ਉਹ ਇਕਨੋਮਿਕ ਸਰਵਾਈਵਲ ਨੂੰ ਚਲੀ ਗਈ ਸਾਡੀਆਂ 2-3 ਪੀੜ੍ਹੀਆਂ ਇਕਨੋਮਿਕ ਸਰਵਾਈਵਲ ਜੇ ਬਾਹਰ ਆਏ ਨਾ ਉਹ ਕੇਸ ਕਟਾਏ ਉਸ ਕਹਿੰਦੇ ਬਾਬਾ ਕਿਤੇ ਗੱਡੀ ਗੁੱਡੀ ਚਲਾ ਲਾ ਮੈਂ ਇੱਦਾਂ ਕਰ ਲਾ ਬਸ ਆਪਣਾ ਘਰ ਮੈਂ ਚਲਾਈਏ ਕਿੱਦਾਂ ਉਹ ਤੇ ਖਾਣ ਨੂੰ ਨਹੀਂ ਮਿਲਦਾ ਧਿਆਨ ਸਿਰਫ ਇਕਨੋਮਿਕ ਸਰਵਾਈਵਲ ਚਲਾ ਗਿਆ ਤੇ ਜਿਹੜੇ ਗੁਣ ਸੰਸਕਾਰ ਜਿਹੜੇ ਸਾਰੇ ਪੀੜ੍ਹੀਆਂ ਤੋਂ ਆਉਂਦੇ ਸੀ ਨਾ ਉਹਦੇ ਵੱਲ ਧਿਆਨ ਕਰ ਬੱਚਾ ਨੂੰ ਪੜ੍ਹ ਲੈ ਪੜ੍ਹ ਕਿਲੋ ਕਿਲੋ ਚੰਗੀ ਕਰ ਕਹਿੰਦੇ ਗੁਰਦੁਆਰਿਆਂ ਨੂੰ ਕੀ ਜਾਣ ਇਹ ਸਾਡੇ ਵਿੱਚ ਕੁਛ ਸਮੇਂ ਤੋਂ ਆਇਆ 1-2 ਪੀੜ੍ਹੀਆਂ ਹੁਣ ਸਮਾਂ ਆ ਗਿਆ ਥੋੜਾ ਸੈਟਲ ਕਰਨ ਲੱਗ ਗਏ ਆ ਫਿਰ ਫਿਰ ਤੁਸੀਂ ਦੇਖੋ ਥੋੜਾ ਜਿਹਾ ਆਉਣ ਲੱਗਾ ਕਿ ਨਹੀਂ ਸਿੱਖੀ ਸੰਭਾਲੀਏ ਬੱਚੇ ਕਹਿਣ ਲੱਗ ਪਏ ਨਹੀਂ ਸਿੱਖੀ ਤੂੰ ਸੰਭਾਲੀਏ ਸਿੱਖੀ ਦੀ ਗੱਲ ਹੋਣ ਲੱਗ ਪਈ ਤੇ ਸਮਾਂ ਸਾਨੂੰ ਸੰਭਾਲਣ ਦੀ ਲੋੜ ਆ ਇਸ ਕਰਕੇ ਥੋੜਾ ਕਿਰਦਾਰ 'ਚ ਕਮੀ ਆ ਰਹੀ ਹੈ This is a request for the youth. If you want to ask any question in English, please go ahead and ask a question. For the youth, sir, sir, 5 minutes ke liye. Aap ji ko log lene question. Baat question hai ki baad mein se kya kar sakte hai? Is tarah ka to matlab ke lakhan improve karne. Ye Punjab mein hai thi. ਪਹਿਲਾਂ ਤਾਂ ਆਪ ਸਵਾਲ ਹੈ ਮੈਂ ਮਿਲਿਆ ਸੋ ਕੋਈ ਜੇ ਤੂੰ ਮੇਰਾ ਮਿਲੇ ਪਹਿਲਾਂ ਤਾਂ ਆਪਣਾ ਆਪ ਸਵਾਲ ਦਾ ਆਪਾਂ ਅਤੇ ਆਪਾਂ ਸਵਾਰਾਂ ਕਿ ਦੀਵੇ ਤੋਂ ਦੀਵਾ ਬਲਦਾ ਨਹੀਂ ਤਾਂ ਫਿਰ ਇੱਦਾਂ ਵੀ ਫੌਜਾਂ ਖੜੀਆਂ ਹੋ ਜਾਂਦੀਆਂ ਕਿ ਟਕਰਾਅ ਹੋਣ ਲੱਗ ਪੈਂਦੇ ਮੈਂ ਦੇਖਿਆ ਕਈ ਉਹ ਕਈ ਕਈਆਂ ਦੇ ਚੱਕ ਕੇ ਸਿੱਖ ਵੀ ਬਣ ਜਾਂਦੇ ਆ ਅੰਮ੍ਰਿਤ ਵੀ ਛੱਡ ਲੈਂਦੇ ਟਕਰਾਏ ਟੱਕਣ ਮੈਂ ਬਹੁਤ ਸਿਆਣਾ ਹੋ ਗਿਆ ਉਹ ਨਹੀਂ ਰਹੇ ਪਰ ਇੱਥੇ ਜਿਹੜੇ ਸਿੱਖ ਆ ਉਹਨਾਂ ਨੂੰ ਹੁਣ ਜਿੱਦਾਂ ਉਹ ਭਾਈ ਸਾਹਿਬ ਨੇ ਗੱਲ ਸਮਝੋ ਮੇਰੇ ਭਾਈ ਸੀ ਅਵੇਅਰਨੈਸ ਕ੍ਰੀਏਟ ਕਰਨੀ ਪਰ ਗੱਲ ਇਹ ਕਿ ਅਸੀਂ ਇੱਥੇ ਵੀ ਸਿੱਖੀ ਸਾਂਭ ਕੇ ਰੱਖੀਏ ਇੱਥੇ ਕਿਉਂ ਸਗਲੀ ਧਰਤੀ ਸਾਧ ਕੀ ਧਰਤੀ ਤਾਂ ਸਾਰੀ ਸਾਧੀ ਪੰਜਾਬ ਹੀ ਥੋੜ੍ਹਾ ਨਾ ਮਹਾਰਾਜ ਤਾਂ ਮੁਲਤਾਨ ਤੱਕ ਗਏ ਉਹਨੇ ਤੇ ਆਸਾਮ 'ਚ ਗਏ ਥੱਲੇ ਜਾ ਕੇ ਕੇਰਲਾ ਤੱਕ ਗਏ ਉੱਥੇ ਜਾ ਕੇ ਵੀ ਸਿੱਖ ਬਣਾਏ ਆ ਕੋੜੇ ਰਾਸ਼ਟਰ ਨੂੰ ਵੀ ਸਿੱਖ ਬਣਾਇਆ ਪੰਜਾਬ ਨੂੰ ਆਪਾਂ ਆਪਣੇ ਆਪਣੇ ਇੱਕ ਸੋਚ ਮਿਲ ਕੇ ਸ਼ਾਇਦ ਤੁਹਾਨੂੰ ਹਿੱਟ ਕਰੇ ਆਪਾਂ ਸਿਰਫ ਸਿੱਖੀ ਨੂੰ ਪੰਜਾਬ ਨਾਲ ਜੋੜ ਕੇ ਰੱਖ ਲਿਆ ਸਾਰੀ ਕੁਦਰਤ ਸਾਰੀ ਧਰਤੀ ਸਾਰੀ ਉਹਦੀ ਆ ਮਹਾਰਾਜ ਨੇ ਨੌ ਖੰਡ ਪ੍ਰਥਮੀ ਸੱਚਾ ਢੋਆ ਨੌ ਖੰਡ ਪ੍ਰਥਮੀ 'ਚ ਮਹਾਰਾਜ ਨੇ ਸ੍ਰਿਸ਼ਟੀ ਸਾਰੀ ਕੇ ਸਾਰਿਆਂ ਦਾ ਉਦਾਰ ਕਰਨਾ ਹੈ ਅਸੀਂ ਆਪਾਂ ਇੱਕ ਸੋਚ ਤੋਂ ਪਹਿਲਾਂ ਉਹਦੇ ਪਰ ਹਾਂ ਸਿੱਖੀ ਦਾ ਬੂਟਾ ਜੜਾਂ ਪੰਜਾਬ 'ਚ ਅਤੇ ਉਹ ਜੜਾਂ ਹਰੀਆਂ ਰਹਿਣੀਆਂ ਚਾਹੀਦੀਆਂ ਜੜਾਂ ਮਜ਼ਬੂਤ ਕਿ ਉੱਥੋਂ ਹੀ ਨਹੀਂ ਤਾਂ ਸਿੱਖੀ ਬਾਕੀ ਜਗ੍ਹਾ 'ਤੇ ਵੀ ਸਾਡਾ ਸਿੱਖ ਨੂੰ ਦਰਦ ਹੁੰਦਾ ਹੈ ਅਤੇ ਉਹ ਉੱਥੇ ਭਾਈ ਸਾਹਿਬ ਜਦ ਤੱਕ ਸਿਸਟਮ ਨਹੀਂ ਨਾ ਸੁਧਰੇਗਾ ਉਹ ਜਿਹੜਾ ਸਿਸਟਮ ਲੈ ਲਿਆ ਨਾ ਉਹਦੇ ਉੱਤੇ ਧਰਮ ਦੇ ਉੱਤੇ ਉਹ ਪੋਲੀਟਿਕਸ ਦਾ ਨਾ ਉਹ ਗਲਬਾ ਹੋ ਗਿਆ ਉਹ ਕੱਢਣ ਦਾ ਤਰੀਕਾ ਲੱਭਣਾ ਪੈਣਾ ਉਹ ਕਰਨਾ ਪਰ ਅਵੇਅਰਨੈਸ ਸਿੱਖੀ ਪ੍ਰਚਾਰ ਦੀ ਲੈ ਪੰਜਾਬ 'ਚ ਹੋਇਆ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਕਰਦਾ ਕੱਲ੍ਹ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਰੱਖੀ ਇੱਕ ਮਿੰਟ ਮੈਂ ਲੈ ਲੈਣਾ ਪੰਜਾਬ 'ਚ ਜੋ 84 ਹੋਈ ਨਾ ਉਹਨਾਂ ਨੇ ਇੱਕ ਸਟ੍ਰੈਟਜੀ ਬਣਾਈ ਕਹਿੰਦੇ ਹਾਲਾਤ ਇੱਥੇ ਤੱਕ ਪਹੁੰਚ ਗਏ ਸਿੱਖਾਂ ਨੂੰ ਫਿਜ਼ੀਕਲੀ ਐਲੀਮੀਨੇਟ ਕਰਨਾ ਸ਼ੁਰੂ ਕਰ ਦਿੱਤਾ ਐਲੀਮੀਨੇਟ ਕਰਦੇ ਕਰਦੇ ਕਹਿੰਦੇ ਬੜੀ ਬਦਨਾਮੀ ਵੀ ਹੁੰਦੀ ਹੈ ਦੁਨੀਆ 'ਚ ਬਈ ਤੁਸੀਂ ਇੱਕ ਮਾਈਨੋਰਟੀ ਨੂੰ ਮਾਰ ਰਹੇ ਹੋ ਕਹਿੰਦੇ ਅਸੀਂ ਸਿੱਖਾਂ 'ਚੋਂ ਸਿੱਖੇ ਖਤਮ ਕਰ ਦਈਏ ਤੇ ਐਲੀਮੀਨੇਸ਼ਨ ਹੋ ਗਿਆ ਕੰਮ ਸਾਡਾ ਪੂਰਾ ਹੋ ਗਿਆ ਕਹਿੰਦੇ ਜਿੱਦਾਂ ਕਹਿੰਦੇ ਇਹ ਕੀ ਕਰਦੇ ਆ ਉਹਨੇ ਇੱਕ ਸਟ੍ਰੈਟਜੀ ਬਣਾਈ ਸਟ੍ਰੈਟਜੀ ਬਣਾ ਕੇ ਕਹਿੰਦੇ ਕਿ ਇਹ ਅੰਮ੍ਰਿਤ ਛੱਕਦੇ ਆ ਕਹਿੰਦੇ ਇਹ ਤਾਂ ਨਹੀਂ ਕਹਿ ਸਕਦੇ ਤੁਸੀਂ ਅੰਮ੍ਰਿਤ ਨਾ ਛਕੋ ਤੇ ਕੋਈ ਸਰਕਾਰ ਨਹੀਂ ਕਹਿ ਸਕਦੀ ਹਿੰਦੁਸਤਾਨ ਦੀ ਬੁਰੇ ਤੋਂ ਕੋਈ ਸਰਕਾਰ ਨਹੀਂ ਕਹਿ ਸਕਦੀ ਤੁਸੀਂ ਅੰਮ੍ਰਿਤ ਨਾ ਛਕੋ ਕਦਰੀ ਰੋਕ ਲਾ ਸਕਦੇ ਪਰ ਕਹਿੰਦੇ ਕੀ ਕਰੋ ਕਹਿੰਦੇ ਤੁਸੀਂ ਇਹਨਾਂ ਨੂੰ ਨਾ ਸ਼ਰਾਬਾਂ ਦੇ ਠੇਕੇ ਖੋਲ ਦਿਓ ਇਹ ਜਿੱਦਣ ਸ਼ਰਾਬਾਂ ਪੀਣ ਲੱਗ ਪੈਣਗੇ ਤੇ ਆਪੇ ਅੰਮ੍ਰਿਤ ਭੁੱਲ ਜਾਣਗੇ ਪਿੰਡ ਪਿੰਡ 'ਚ ਸ਼ਰਾਬਾਂ ਦੇ ਠੇਕੇ ਖੋਲ ਦਿੱਤੇ ਹੁਣ ਜਿਹੜੇ ਸ਼ਰਾਬਾਂ ਪੀਂਦੇ ਅੰਮ੍ਰਿਤ ਦੇ ਨੇੜੇ ਨਹੀਂ ਆਉਂਦੇ ਫਿਰ ਕਹਿੰਦੇ ਇਹ ਬਾਣੀ ਪੜ੍ਹਦੇ ਆ ਇਹਨੂੰ ਸਾਰੀ ਜਿਹੜੀ ਤਾਕਤ ਮਿਲਦੀ ਬਾਣੀ ਤੋਂ ਮਿਲਦੀ ਆ ਇਹ ਨਹੀਂ ਕਹਿ ਸਕਦੇ ਬਾਣੀ ਨਾ ਪੜ੍ਹੋ ਬਾਣੀ ਨਾ ਪੜ੍ਹੋ ਕਹਿੰਦੇ ਆਪਾਂ ਇਹਨਾਂ ਨੂੰ ਗਾਣਿਆਂ 'ਚ ਲਾ ਦਿੰਦੇ ਹਾਂ ਲੱਚਰ ਕਿਰਦਾਰ 'ਚ ਲਾ ਦਿੰਦੇ ਹਾਂ ਉਹਨਾਂ ਨੇ ਜਿੰਨੇ ਗੰਦੇ ਗਾਣੇ ਉਹ ਸਾਰੇ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਵਧਾਉਣਾ ਸ਼ੁਰੂ ਕਰਤਾ ਕਹਿੰਦੇ ਹੁਣ ਇਹ ਸਮਾਗਮ ਘੱਟ ਕਰਾਉਣਗੇ ਖੰਡ ਕੀਰਤਨ ਘੱਟ ਕਰਾਉਣਗੇ ਜਾਂ ਉਹ ਕੀਰਤਨ ਸਮਾਗਮ ਨਹੀਂ ਕਰਾਉਣਗੇ ਹੁਣ ਇਹ ਗਾਣੇ ਗੁਣੇ ਗਾਉਣ ਲੱਗ ਪੈਣਗੇ ਤੇ ਇਹਨਾਂ ਨੇ ਪੁਲਿਸ ਜਿਹੜੀ ਹੁੰਦੀ ਸੀ ਨਾ ਇਹ ਪ੍ਰੋਗਰਾਮ ਲੱਚਰ ਜਿਹੜੇ ਪ੍ਰੋਗਰਾਮ ਹੁੰਦੇ ਸੀ ਨਾ ਕਲਚਰਲ ਪ੍ਰੋਗਰਾਮ ਨਾਮ ਦੇ ਦਿੱਤਾ ਕਲਚਰਲ ਪ੍ਰੋਗਰਾਮ ਉਹਦੇ ਵਿੱਚ ਗਾਣੇ ਗਾਣੇ ਸਾਰੇ ਹੁਣ ਭੱਗ ਪਾ ਕੇ ਸ਼ਰਾਬ ਨੱਚੀ ਜਾਂਦੇ ਬੁਰ ਰਬਰ ਕਰੀ ਜਾਂਦੇ ਇਹ ਹੋ ਗਿਆ ਹੁਣ ਕੀ ਹੋਇਆ ਉਹ ਭੁੱਲ ਗਿਆ ਉਹਨੂੰ ਬਾਣੀ ਨੂੰ ਭੁੱਲ ਗਿਆ ਚਲੋ ਬੰਦਾ ਗਾਣੇ ਸੁਣ ਲੱਗ ਪੈਂਦਾ ਬਾਣੀ ਭੁੱਲ ਗਿਆ ਇਹ ਵੀ ਕੰਮ ਹੋ ਗਿਆ ਹੁਣ ਕੀ ਕਹਿੰਦੇ ਕਹਿੰਦੇ ਕਾਲ ਤਖਤ ਨਾਲ ਇੱਕ ਧੁਰ ਨਾਲ ਜੁੜਦੇ ਆ ਕਹਿੰਦੇ ਜਿੰਨੇ ਜਿੰਨੇ ਨਿੱਕੇ ਨਿੱਕੇ ਡੇਰੇ ਇਹਨਾਂ ਨੂੰ ਤਾਕਤ ਦਿਓ ਉਹਨੂੰ ਜ਼ਮੀਨਾਂ ਲਾ ਦਿਓ ਇਹਨਾਂ ਦੀ ਥੋੜ੍ਹੀ ਪੁਲਿਸ ਨੂੰ ਕਹੋ ਕਿ ਇਹਨਾਂ ਧਿਆਨ ਰੱਖੋ ਇਹਨਾਂ ਨੂੰ ਘੁੰਮ ਦਿਓ ਵਧਣ ਲੱਗ ਪਏ ਤਾਕਤ ਹੋਣ ਲੱਗ ਪਏ ਖੇਡ ਖੇਡ ਕੇ ਆਪਾਂ ਹੁਣ ਇਹਦੇ 'ਚ ਵੜ ਗਏ ਜਿੱਥੇ ਮਤਲਬ 'ਚ ਵੜ ਗਏ ਉਹਦੇ 'ਚ ਵੜ ਕੇ ਵੰਡ ਵੰਡ ਕੇ ਛੋਟੇ ਫਿਰ ਛੁੱਟ ਗਏ ਫਿਰ ਕਹਿੰਦੇ ਸਿੱਖ ਕਿਰਦਾਰ ਨਾਲ ਕਹਿੰਦੇ ਪ੍ਰਾਊਡ ਟੂ ਬੀ ਸਿੱਖ
ਸਿੱਖਾਂ ਜਦੋਂ ਉਹਨਾਂ ਪੜਾਈ ਕਿ ਧਿਆਨ ਰੱਖੋ ਪ੍ਰਾਊਡ ਟੂ ਵੀ ਸਿੱਖਾਂ ਪ੍ਰਾਊਡ ਟੂ ਵੀ ਸਿੱਖ ਨੂੰ ਕਹਿੰਦੇ ਕਿੱਦਾਂ ਕਰੀਏ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਪ੍ਰਾਊਡ ਟੂ ਵੀ ਸਿੱਖ ਨਾ ਹੋ ਕਿਉਂਕਿ ਉਹ ਕਹਿੰਦੇ ਪ੍ਰਾਊਡ ਟੂ ਵੀ ਹਿੰਦੂ ਆ ਜੀ ਪ੍ਰਾਊਡ ਟੂ ਵੀ ਕ੍ਰਿਸਚੀਅਨ ਆ ਤੁਸੀਂ ਪ੍ਰਾਊਡ ਟੂ ਵੀ ਸਿੱਖੋ ਕਹਿੰਦੇ ਇਹ ਨਾ ਨੂੰ ਨਾ ਸਿੱਖ ਕਲਚਰ ਦੇ ਵਿੱਚ ਕੋਈ ਗੜਬੜ ਨਹੀਂ ਕੀਤੀ ਜਾ ਸਕਦੀ ਕਿਉਂ ਇੱਥੇ ਰਹਿਤ ਪੱਕੀ ਆ ਇੱਥੇ ਇਹ ਬਜਰ ਰਹਿਤ ਆ ਇੱਥੇ ਰਹਿਤ ਆ ਉਹ ਸਭ ਕੁਝ ਦਾ ਜੋ ਸਿੱਖ ਖਾਵੇ ਸੋ ਭਲਕੇ ਉਠਾ ਨਾਮ ਤੇ ਸਭ ਕੁਝ ਮਹਾਰਾਜ ਨੇ ਕਲੀਅਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਫੇਰ ਬਦਲ ਨਹੀਂ ਕਰ ਸਕਦੇ ਸਭ ਕੁਝ ਇਹਨੂੰ ਕਲੀਅਰ ਕੀਤਾ ਕੀ ਕਰੀਏ ਤੇ ਕਹਿੰਦੇ ਪੰਜਾਬੀ ਕਲਚਰ ਦੇ ਨਾਂ ਦੇ ਉੱਤੇ ਸਭ ਕੁਝ ਕੀਤਾ ਜਾ ਸਕਦਾ ਉਹਨੇ ਪੰਜਾਬੀ ਕਲਚਰ ਤੁਹਾਡਾ ਸੋ ਕਾਲਡ ਪੰਜਾਬੀ ਕਲਚਰ ਉਹ ਪੰਜਾਬੀ ਕਲਚਰ ਚ ਸ਼ਰਾਬਾਂ ਪੀਓ ਗਾਣੇ ਗਾਓ ਪੀਰ ਮਨਾਓ ਸਭ ਕੁਝ ਕਰੋ ਸਭ ਕੁਝ ਉਹਦੇ ਨਾਂ ਦੇ ਉੱਤੇ ਉਹ ਪ੍ਰਾਊਡ ਟੂ ਵੀ ਪੰਜਾਬੀ ਹੋਣ ਲੱਗ ਪਿਆ ਅੱਜ ਸਿੱਖ ਉੱਥੇ ਕਹਿੰਦੇ ਪ੍ਰਾਊਡ ਟੂ ਵੀ ਪੰਜਾਬੀ ਪ੍ਰਾਊਡ ਟੂ ਵੀ ਸਿੱਖ ਰਹੇ ਰੀਅਲ ਪੰਜਾਬ ਕਲਚਰ ਨਹੀਂ ਉਸ ਕਿਉਂਕਿ ਉਹਦੇ ਵਿੱਚ ਜੋ ਮਰਜ਼ੀ ਮਿਲਾਵਟ ਕਰ ਦਿਓ ਉਹਦੇ ਜਿਹੜਾ ਮਰਜ਼ੀ ਸਾਹਿਤ ਮਿਲਾ ਦਿਓ ਉਹਦੇ ਜਿਹੜਾ ਮਰਜ਼ੀ ਉਹਦੇ ਨਾਲ ਕੀ ਹੋਇਆ ਪੰਜਾਬੀ ਕਲਚਰ ਨੂੰ ਇੱਕ ਸੋ ਕਾਲਡ ਪੰਜਾਬੀ ਕਲਚਰ ਕ੍ਰੀਏਟ ਕਰਕੇ ਸਿੱਖ ਕਲਚਰ ਨਾਲ ਪੜਾ ਦਿੱਤਾ ਤੇ ਅੱਜ ਉਹ ਕਹਿੰਦਾ ਕਿ ਇਹ ਵਿਗਿਆਨੀ ਬਣਿਆ ਬਿਰਦਾ ਕੀ ਬਣਿਆ ਬਿਰਦਾ ਉਹ ਸਿੱਖ ਕਲਚਰ ਨਾਲ ਪੜਾ ਕੇ ਉਹ ਕਹਿੰਦਾ ਮੈਂ ਪੰਜਾਬੀ ਹਾਂ ਬੜਾ ਪੰਜਾਬੀ ਇਹਦੇ ਨਾਲ ਪੜਾ ਕੇ ਉਹਨਾਂ ਨੇ ਸਾਡਾ ਪੂਰਾ ਟੋਟਲ ਸਾਨੂੰ ਆਸ ਪਾਸ ਘੇਰ ਲਿਆ ਹੁਣ ਇਹਨੂੰ ਕਰਨ ਵਾਸਤੇ ਸਾਨੂੰ ਵੀ ਸਟ੍ਰੈਟਜੀ ਬਣਾਉਣੀ ਪੈਣੀ ਹੈ ਉਹ ਬਹੁਤ ਵਧੀਆ ਗੱਲ ਹੈ ਕਿ ਅਵੇਅਰਨੈਸ ਕ੍ਰੀਏਟ ਕਰਨੀ ਪੈਣੀ ਸਿੱਖ ਕਿਰਦਾਰ ਦੀ ਅਵੇਅਰਨੈਸ ਕ੍ਰੀਏਟ ਕਰਨੀ ਪੈਣੀ ਹੋਰ ਸਾਨੂੰ ਸਿੱਖੀ ਪ੍ਰਚਾਰ ਦੀ ਲਹਿਰ ਚਲਾਉਣੀ ਪੈਣੀ ਹੈ ਉਹ ਲਹਿਰ ਚਲਾ ਕੇ ਉਹਨੂੰ ਦੱਸਣਾ ਪੈਣਾ ਤੁਸੀਂ ਹੋ ਕੌਣ ਉਹ ਭੁੱਲ ਗਏ ਸੀ ਹਾਂ ਕੌਣ ਇਹ ਦੱਸਣਾ ਪੈਣਾ ਉਹ ਕਹਿੰਦੇ ਨਾ ਕਿ ਨਰਪਤੇਕ ਸਿੰਘ ਆਸਨ ਸੋਇਆ ਸੁਪਨੇ ਪਿਆ ਬਖਾਰੀ ਚੱਤ ਰਾਜ ਵਿਚਰ ਤੁਪਾ ਸੋਗਤ ਪਈ ਕੁਮਾਰੀ ਉਹੀ ਹਾਲ ਸਾਡਾ ਹੋ ਗਿਆ ਅਸੀਂ ਰਾਜੇ ਸੀ ਜੀ ਬਖਾਰੀ ਪੜੇ ਹੋਏ ਤੇ ਉਹ ਸਾਨੂੰ ਕਰਨਾ ਪੈਣਾ ਉਹਦੇ ਵਿੱਚ ਬਾਹਰਲੇ ਸਿੱਖ ਜਿਹੜੇ ਆ ਜੋ ਵੀ ਉੱਥੇ ਕੋਸ਼ਿਸ਼ਾਂ ਹੁੰਦੀਆਂ ਸੈਮੀਨਾਰ ਕਰਾਉਣੇ ਆ ਸਿੱਖੀ ਪ੍ਰਚਾਰ ਵਾਸਤੇ ਕਰਾਉਣੇ ਆ ਉਹਦੀ ਕੋਸ਼ਿਸ਼ ਕਰੋ ਜ਼ਰੂਰ ਜਿੰਨੀ ਕਰਾ ਸਕਦੇ ਹੋ ਉਹ ਪਿੰਡਾਂ ਪਿੰਡਾਂ ਵਿੱਚ ਆਪਣਾ ਪਹੁੰਚਾਈਏ ਸਭ ਕੁਛ ਕਰੀਏ ਕੋਈ ਫਿਲਮ ਸਿੱਧਾਂ ਦੀ ਬਣੀ ਆ ਉਹਦੇ ਸਕਰੀਨਿੰਗਸ ਕਰਾਈਏ ਸਾਰੇ ਪੰਜਾਬ 'ਚ ਹੋਰ ਜਗ੍ਹਾ ਜੋ ਵੀ ਕਰ ਸਕਦੇ ਪਰ ਸਿਆਣਪ ਦੇ ਨਾਲ ਚੱਲੀਏ ਕਿਉਂਕਿ ਔਖਾ ਬੜਾ ਦਿੱਕਤਾਂ ਕਰਦੇ ਆ ਇਹ ਸਾਨੂੰ ਕਰਨਾ ਪੈਣਾ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਅਗੇਨ ਫੋਰ ਦ ਯੂਥ ਫਰੋਮ ਯੂਥ ਸਾਈਡ ਇਫ ਯੂ ਵਾਂਟ ਟੂ ਆਸਕ ਐਨੀ ਕੁਐਸਚਨ ਇਨ ਇੰਗਲਿਸ਼ Just going to ask you one question. Did you understood everything which what Paisab said? No? Do you want any clarification? You can ask a question and Paisab will clarify. Don't hesitate. He's here to clarify. ਇੱਥੇ ਜਿਹੜੇ ਇੰਗਲਿਸ਼ ਬੋਲਦੇ ਮੈਨੂੰ ਇੱਕ ਦੱਸਿਆ ਭਾਈ ਸਾਹਿਬ ਨੇ ਬੁੱਧ ਦੀ ਗੱਲ ਕੀਤੀ ਸੀ ਵੀ ਆਪਣੇ ਆਪਣੇ ਸਾਰੇ ਲੈਵਲ ਤੇ ਹੁੰਦੇ ਬੁੱਧ ਕੀ ਹੁੰਦਾ ਕਿਸੇ ਨੂੰ ਪਤਾ ਇੱਥੇ ਜਿਹੜੇ ਇੰਗਲਿਸ਼ ਬੋਲਦੇ ਇੱਥੇ ਦੇ ਉਹਨਾਂ 'ਚ ਦੱਸੋ ਖੜਿਆ ਹੋਵੇ ਬੁੱਧ ਕੀ ਹੁੰਦਾ ਬੁੱਧ ਦਾ ਅਰਥ ਕੀ ਹੁੰਦਾ ਮੈਂ ਯੂਥ ਦੀ ਗੱਲ ਕਰ ਰਿਹਾ ਕਿਸੇ ਯੂਥ 'ਚ ਦੱਸੋ ਕੋਈ Anybody from the youth? But this time there is no gift. I'll just say would meet intellectual, like that would be, I mean I can't really explain it, the body is going to be better, but that's the bottom line, you're intellectual, see God is beyond your intellectual, so that's pretty much it. If you don't want to ask questions, if you want to share something, your experience here or something like that, which can inspire others, then you can please come. If any incident, in any experience which you want to share here. You can, you don't have to come here, you can share. Yeah. No? I think it's good. I said, I brought a workshop which is called the music character plus bande, good virtual area. Vijay is asking that today there is some fighting in Gurdwara, Pradhan, all this. It's not good environment there. You see, Jamdhu, but Dil looks out there. Oh, Professor, can I
ਕੀ ਲੈਣਾ ਜਾ ਕੇ ਗੁਰਦੁਆਰੇ ਜਾ ਕੇ ਕੀ ਕਰਨਾ ਆ ਇਹ ਤੋਂ ਇਟਸ ਬੈਟਰ ਯੂ ਡੋਨਟ ਗੋ ਟੂ ਗੁਰਦੁਆਰਾ ਘਰ ਬੈਠ ਕੇ ਨਾਮ ਜਪ ਤੋਂ ਬਾਣੀ ਪੜ੍ਹ ਲਓ ਬਟ ਨੋ ਇਟਸ ਗੁਰਦੁਆਰਾ ਗੁਰੂ ਘਰ ਇਹ ਮੇਰਾ ਘਰ ਆ ਮੈਂ ਆਪਣੇ ਘਰ ਦੇ ਲਈ ਲੜਦਾ ਨਾ ਮੇਰੇ ਘਰ ਤੇ ਕੋਈ ਕਬਜ਼ਾ ਕਰ ਲੈ ਕੋਈ ਅਕਵਾਇਰ ਕਰ ਲੈ ਮੇਰਾ ਘਰ ਹਾਊਸ ਮੈਂ ਲੜਦਾ ਉਹਦੇ ਲਈ ਤੇ ਗੁਰੂ ਦਾ ਘਰ ਆ ਤੇ ਉਹਦੇ ਲਈ ਮੈਂ ਨਹੀਂ ਕਰਨਾ ਕਿ ਛੱਡਣਾ ਪਲਾਇਨ ਕਰਨਾ ਦੌੜ ਜਾਣਾ ਡਰ ਕੇ ਭੱਜ ਜਾਣਾ ਦਿਸ ਇਜ਼ ਨਾਟ ਅ ਸਿੱਖੀ ਸਪਿਰਿਟ ਇਟਸ ਨਾਟ ਸਿੱਖੀ ਸਪਿਰਿਟ ਜੂਝਣਾ ਅਸੀਂ ਜੂਝਣਾ ਸੱਚ ਦੀ ਲੈ ਕੇ ਗੱਲ ਕਰਕੇ ਭੱਜਣਾ ਨਹੀਂ ਉੱਥੋਂ ਦੀ ਸੇਵਾ ਲੈ ਲਓ ਪ੍ਰਧਾਨਗੀ ਦੀ ਮਿਲਦੀ ਸੇਵਾ ਲੈ ਲਓ ਲੰਗਰ ਦੀ ਬਾਟੀ ਫੜ ਲਓ ਚੌਰ ਫੜ ਲਓ ਹੋਰ ਸੇਵਾ ਫੜ ਲਓ ਤੁਸੀਂ ਸੇਵਾ ਕਰੀ ਚਲੋ ਦੇ ਸ਼ੁੱਡ ਬੀ ਸਮ ਲਾਈਟ ਹਾਊਸ ਇਨ ਗੁਰਦੁਆਰਾ ਜਿੱਥੇ ਸੰਗਤ ਆ ਰਹੀ ਆ ਅਤੇ ਉਹਨਾਂ ਨਾਲ ਗੱਲ ਕਰ ਸਕੇ ਉਹਨਾਂ ਦੇ ਜੀਵਨ ਫਿਰ ਗੱਲ ਕਰ ਤੁਹਾਡੇ ਜੀਵਨ ਤੋਂ ਇੱਕ ਦੀਵੇ ਤੋਂ ਦੂਜਾ ਦੀਵਾ ਬਲਦਾ ਇੱਕ ਲਾਈਟ ਤੋਂ ਦੂਜੀ ਲਾਈਟ ਬਲਦੀ ਆ ਇਸੇ ਤਰ੍ਹਾਂ ਹੁੰਦਾ ਆ ਹੁਣ ਇੱਥੇ ਵੀ ਜਿਹੜੇ ਕੁਝ ਆਏ ਹੋਣਗੇ ਭਾਈ ਅੰਮ੍ਰਿਤ ਵੇਲਾ ਹੋ ਰਿਹਾ ਨਾਮ ਜਪ ਰਹੇ ਬਾਣੀ ਪੜ੍ਹ ਰਹੇ ਫਿਰ ਉਹਨੂੰ ਇੱਕ ਲਗਨ ਲੱਗਦੀ ਆ ਸੰਗਤ ਜਿਹੜੀ ਮਹਾਰਾਜ ਨੇ ਸੰਗਤ ਦੀ ਗੱਲ ਕਹੀ ਆ ਸੰਗਤ ਨਹੀਂ ਛੱਡਣੀ ਚਾਹੀਦੀ ਇਹ ਕਰਨਾ ਸਾਨੂੰ ਜ਼ਰੂਰੀ ਆ ਅਸੀਂ ਭੱਜਣਾ ਨਹੀਂ ਗੁਰਦੁਆਰਾ ਸਾਹਿਬ ਤੋਂ ਉਹ ਸਾਡਾ ਗੁਰੂ ਕਿਉਂ ਤੇ ਜਦੋਂ ਔਰ ਸਾਡੇ ਕਬਜ਼ਾ ਕਰ ਲਿਆ ਸੀ ਅੰਮ੍ਰਿਤਸਰ ਦੇ ਉੱਤੇ ਕਿੰਨੇ ਮੀਰ ਮਨੂ ਨੇ ਉੱਥੇ ਨਚਾਉਣੇ ਸ਼ੁਰੂ ਕਰ ਦਿੱਤੇ ਹੁੱਕੇ ਪੀਣੇ ਸ਼ੁਰੂ ਕਰਤੇ ਕਿ ਸਿੱਖਾਂ ਨੇ ਕੀ ਕਿਹਾ ਅੱਜ ਗੁਰਦੁਆਰੇ 'ਚ ਇਹ ਤਾਂ ਨਹੀਂ ਹੋ ਰਿਹਾ ਨਾ ਕਿ ਹੁੱਕੇ ਪੀਤੇ ਜਾਣ ਜਾਂ ਸ਼ਰਾਬ ਪੀਤੀ ਜਾਏ ਦੇਰ ਵਾਸ ਅ ਟਾਈਮ ਸਾਡੇ ਕੌਕਰ ਅਮਰ ਦਰਬਾਰ ਸਾਹਿਬ ਅਤੇ ਉਹ ਕੀ ਕਰਦੇ ਸੀ ਉੱਥੇ ਉੱਥੇ ਡਾਂਸ ਹੋ ਰਹੇ ਸੀ ਅਤੇ ਸਿੱਖਾਂ ਨੇ ਕੀ ਕੀਤਾ ਉਹਨੂੰ ਮੁਕਤ ਕਰਾਇਆ ਉਹਨੂੰ ਆਜ਼ਾਦ ਕਰਾਇਆ ਇਹ ਸਿੱਖੀ ਕਰੈਕਟਰ ਆ ਇਹ ਨਹੀਂ ਕਿ ਮੈਂ ਜਾਣਾ ਬੰਦ ਕਰ ਲਿਆ ਤੂੰ ਭ੍ਰਿਸ਼ਟ ਹੋ ਗਿਆ ਜੀ ਤੂੰ ਪਤਿਤ ਹੋ ਗਿਆ ਇਹ ਨਹੀਂ ਕਰਨਾ ਬਾਪੂ ਜੀ ਕਹਿੰਦੇ ਜਾਂਦੇ ਤਾਂ ਮੇਰਾ ਵੀ ਤੇ ਭਾਈ ਸਾਹਿਬ ਉਹਨਾਂ ਦਾ ਸਵਾਲ ਦਾ ਜਵਾਬ ਅਤੇ ਭਾਈ ਸਾਹਿਬ ਉਹਨਾਂ ਦੇ ਸਵਾਲ ਦਾ ਜਵਾਬ ਇੱਕ ਜੋ ਪ੍ਰੈਕਟੀਕਲੀ ਬੀਬੀ ਧਾਰਨ ਕੌਰ ਜੀ ਨੂੰ ਗੋਲੀ ਪੀਤੀ ਹੈ ਸਾਰੇ ਜਾਣਦੇ ਹਨ ਤਕਰੀਬਨ ਜਿਹੜੇ ਨਹੀਂ ਜਾਣਦੇ ਬੱਚੇ ਰਹਿੰਦੇ ਹਨ ਕਾਫੀ ਲੰਬੀ ਉਮਰ ਦੇ ਹਨ ਉਹਨਾਂ ਨਾਲ ਇੰਗਲਿਸ਼ ਨਾ ਹੋਣੇ ਕਰਕੇ ਇੱਕ ਸਿੰਘ ਨੂੰ ਕਿਹਾ ਕਿ ਮੇਰੀ ਮਾਂ ਜੀ ਹੈਲਪ ਕਰੋ ਮੇਰੇ ਸਵਾਲ ਇਹਨਾਂ ਨੂੰ ਕਰੋ ਅਤੇ ਉਹ ਜਵਾਬ ਦੇ ਕੋਈ ਥੋੜ੍ਹਾ ਜਿਹਾ ਕਿ ਤੁਸੀਂ ਆਪਣੀ ਲਾਈਫ ਦਾ ਕੁਛ ਦੱਸੋ ਇੱਕ ਤਾਂ ਉਹਨੇ ਪਹਿਲੀ ਗੱਲ ਦੱਸੀ ਕਿ ਮੈਂ ਹਾਰਡ ਕ੍ਰਿਸਚੀਅਨ ਸੀ ਮਤਲਬ ਪੱਕੀ ਕ੍ਰਿਸਚੀਅਨ ਸੀ ਅਤੇ ਜਦੋਂ ਬਾਅਦ ਬਾਅਦ ਸੈਕਿੰਡ ਹੋਈ ਤਾਂ ਇੱਕ ਕ੍ਰਿਸਚੀਅਨ ਮਤਲਬ ਚਰਚ ਦੇ ਵਿੱਚ ਥੱਲੇ ਬਹੁਤ ਵੱਡਾ ਥੱਲੇ ਮਤਲਬ ਘੋੜੇ ਵੱਲ ਮਤਲਬ ਵੱਡੀ ਥੱਲੇ ਤਹਿਤ ਦਾ ਥੱਲੇ ਆਪਾਂ ਉਹਨੂੰ ਕੀ ਕਹਿੰਦੇ ਹਾਂ ਬੇਸਮੈਂਟ ਸੀ ਬਹੁਤ ਵੱਡੀ ਉਹਦੇ ਵਿੱਚ ਸਾਰੇ ਕ੍ਰਿਸਚੀਅਨ ਚਲੇ ਜਾਂਦੇ ਸਨ ਪਰ ਉੱਥੇ ਦਾ ਜਿਹੜਾ ਚਰਚ ਦਾ ਹੈੱਡ ਸੀ ਉਹਨੇ ਉੱਥੇ ਵਿੱਚ ਇੱਕ ਗੱਲ ਕਹੀ ਕਿ ਜਿਹੜਾ ਕ੍ਰਿਸਚੀਅਨ ਤੋਂ ਬਿਨਾਂ ਆ ਉਹਨਾਂ ਨੂੰ ਮਾਰੋ ਮਾਰਨਾ ਪਾਪ ਨਹੀਂ ਹੈ ਪੁੰਨਵਾਂ ਜਿੱਦਾਂ ਮੁਸਲਮਾਨ ਕਹਿ ਦਿੰਦੇ ਆ ਕਿ ਜੇ ਬਾਕੀ ਕਾਫਰਾਂ ਕਾਫਰਾਂ ਨੂੰ ਮਾਰਨਾ ਪੁੰਨੂ ਕਹਿੰਦੇ ਆ ਇਹਨਾਂ ਵਿੱਚ ਵੀ ਸੀ ਉਹ ਕਹਿੰਦੀ ਮੈਂ ਕ੍ਰਿਸਚੀਅਨ ਟੀ ਛੱਡ ਦਿੱਤੀ ਮੈਂ ਲੱਭਣ ਲਾਪੇ ਸੱਚ ਕਿੱਥੇ ਆ ਮੈਂ ਸਾਰੇ ਉਹਨਾਂ ਨੇ ਮੁਸਲਮਾਨਾਂ ਨੂੰ ਜਾਣਦੀ ਸੀ ਕਿ ਇਹ ਵੀ ਕਾਫਲ 'ਚ ਕਰਕੇ ਮਾਰਦੇ ਆ ਅਤੇ ਬੁੱਧ ਮਾਤਾ ਕੋਈ ਐਸਾ ਉਸਨੇ ਸੰਸਥਾ ਨਹੀਂ ਛੱਡੀ ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਵੀ ਉਸਨੇ ਦੇਖੀਆਂ ਕਹਿੰਦੀ ਅਖੀਰ ਮੈਂ ਸਾਰੀਆਂ ਨਿਚੋੜ ਸਟੱਡੀ ਕਰਕੇ ਅੱਜ ਮੈਂ ਇੱਕ ਨਾਮ ਨਾਲ ਜੁੜੀ ਹਾਂ ਜਿੱਥੇ ਮੈਨੂੰ ਪਤਾ ਹੋਣੇ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਇਸ ਗੁਰੂ ਦੇ ਨਾਲ ਲੱਗ ਕੇ ਅਤੇ ਫਿਰ ਉਸਨੇ ਆਪਣੇ ਲਾਈਫ 'ਚੋਂ ਇੱਕ ਵੀ ਸਿੰਘ ਦਾ ਨਾਂ ਤਾਂ ਉਸਨੂੰ ਭੁੱਲ ਗਿਆ ਨਿਹੰਗ ਸਿੰਘ ਸੀ ਅਤੇ ਉਹਨਾਂ ਦੀ ਸਿੰਘਣੀ ਵੀ ਮਤਲਬ ਪੂਰੇ ਬਾਣੇ ਵਿੱਚ ਰਿਹਾ ਕਰਦੀ ਸੀ ਮੈਨੂੰ ਗੁਰਦੁਆਰੇ ਦਾ ਨਾਮ ਵੀ ਭੁੱਲ ਗਿਆ ਕਿ ਜਿੱਥੇ ਉਹ ਕਹਿੰਦੀ ਉਹ ਗਏ ਉੱਥੇ ਟੋਟਲੀ 100% ਲੋਕ ਮਾਤਾ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ 'ਤੇ ਬੈਠੇ ਸੀ ਨੰਗੇ ਸਿਰ ਥੱਲੇ ਪੈਰ ਦਿੱਤੀਆਂ ਜਾਣਦੇ ਨਿਹੰਗ ਸਿੰਘ ਤਾਂ ਜਿਹੜਾ ਖੜਕੂ ਵੀ ਹੁੰਦੇ ਆ ਤੇ ਉਹਨਾਂ ਨੇ ਕੁਛ ਨਹੀਂ ਕਿਹਾ ਮੱਥਾ ਟੇਕਣਾ ਬਾਣੀ ਜਿੰਨੀ ਹੋਣੀ ਉਹ ਸੁਣਨੀ ਨਮਸਕਾਰ ਕਰਨੀ ਵਾਪਸ ਆ ਜਾਣਾ ਇੱਕ ਹਫ਼ਤੇ ਬਾਅਦ ਦੋ ਬੰਦਿਆਂ ਨੇ ਕੁਰਸੀ ਆਪਣੀ ਕੱਢ ਕੇ ਬਾਹਰ ਰੱਖ ਦਿੱਤੀ ਉਹ ਵੀ ਬੈਠਣ ਲੱਗ ਪਿਆ ਕਰਦੇ ਕਰਦੇ ਸਾਰੇ ਹੀ ਛੱਡ ਗਏ ਔਰ ਸਿਰ ਢੱਕ ਕੇ ਆਉਣ ਲੱਗ ਪਏ ਸਾਰਾ ਚੇਂਜ ਹੋ ਗਿਆ ਕਿਸੇ ਨੇ ਕੁਛ ਨਹੀਂ ਕਿਹਾ ਇਹ ਹੈ ਇੱਕ ਆਦਰਸ਼
भाई जीवन सिंह जी कहते से आप खालसे बन जाओ थानू देख देख के सारे खालसे बन जाएंगे। असी इन्ना आदर्श बनिए अपने जीवन से देखा असं किसी बहुत मैं प्रचार आता भी करना नहीं पर हर एक प्यार कर बदले किन्ने बच्चे कोई गुरसिख साज गए जी ने मैं ये नहीं कहा तुम सिख बनो अमृत छको नहीं उन्होंने प्यार किया उन्होंने सवाल का जवाब दिता बिल्कुल कही हूँ भी इतने भी जासी गया एक परिवार एक बुजुर्ग मिले उन्होंने भी यही प्यार किया सिर बलबकड़ी पा ली उस बाद चलो बैठने का मौका बनया कि मैं थोड़े गल करना चाहना मन चो उत्पन्न होया मैं अमृत छक लवान मैं तो इंडिया चले गया मगर इंडिया भी चले गया हाँ जी साढ़ा मिलाप ना होया अमृतसर वो जगह बदल गए अमृत संचार दिन की दास भी नहीं पता ना था कौन सा उलझे दल का फिर आके आ गया असं भी आ गए तो फिर वो पिछले अमृत छक गया सिंगड़ी नहीं तैयार उन्होंने भी हूँ प्रेरिया कहते घर आया उदर मैं चलो मेरे को फर्क नहीं उन्होंने भी प्रेरिया कि पही गड्डी के पहिए दो एक उच्चा नीवा हो गड्डी नहीं चलनी है ना जे तो माड़े पास में चलते तू ना दो चलो वह भी सच्चे पास कृपा हो गई वह लड़का मोना था उन्होंने भी मेरे प्यार किया जबकि भाई ये नहीं है कि मोना है मैं उन्होंने कहा प्यार नहीं दे इस गल भगवान इन्नी गड्डी पी है कि कल सामने जवाब मिले तो जरा लड़का बोलना था इन्नी वो दाड़ी हो गई तो केस भी रख लै मैं नहीं कहा कि केस रखो तुम ऐसा करो आप उन्होंने प्यार करके सिखी बारे दस दौ कि सिखी एक ऐसी चीज कि आ बॉडी सानू बाद उन्होंने वर्तने एक गड्डी कार दिखती हैगी जी कार हैगी असी चक्कर मार लीए इधर इधर टुट भर जाएगी थोड़ी देर चलेगी जे कार नहीं रखना एक्सीडेंट ना हो चक्कर ना रखन देिए ठीक ढंग ना चलाइए कार लंबा समा चल देंगे अज उस घर में आ गई और भी चार पाँच जगह बच्चे पड़े तो नमूना पाने सू ज़्यादा जरूरी है देख के जोड़ा स्टूडेंट मोहना उस घर में एड्डा व्डा फुका सब कुछ हो अज वो एक नाम रसिया दिन रात सिमरन में चाहिए वो एक गुलाब है यानी कंडिया के लिए फुल गुलाब का देख के कदें नहीं किया सा तुम अमर शाखा उन्होंने लोचे लग पाया कि मैं भी मास्टर वर्ग बन बस तो बड़ा कुछ देखेगा तो असं अपने आप को सवार लीजिए भाई साहब ने जो बच गया साथ कर अपने आप को असं बनाना अपने आप को सुधारना देख देख के सब This is the last chance if you want to ask any question from Paisa, from the youth. Angreji or Punjabi, I can just request. You're going to miss this chance. I mean, he's not going to be here all the time. जरूरी नहीं है ऐसे करैक्टर के बारे कुछ भी एनीथिंग यू वांट टू आस्क यू कैन स्टे देयर यू डोंट हैव टू कम हियर ओके सो द बुक या So I'm going to say both of the things. So the book is out here, which is available. And in case you still have questions, there is a question box as recommended by Paisab yesterday. Paisab ji. So. Question, question, let me. सिख कौम का धक्का तो कोई है नहीं प्लीज थोड़ा जा सारे ये बहुत दुख का विषय है कि जिन्ना प्यार इस कौम ने वंडिया ये सवेरे शाम कहती है नानक नाम चढ़ दी कला तेरे भाणे
कि दुनिया का कोई धर्म कहता सरबत का भला कोई कहता अवल अल्लाह नूर पाया कुदरत के संबंधी गुण के सब कुछ एक और पले को मन दे ना कोई आदर्शन दे ना हम किसको बराई ना को गहरी नहीं बेदाना संग संग हमको बड़े सारे का कितना बड़ा सिद्धांत है महाराज जी का पंडित भी कहते पठ सो पंडित जो मन प्रभु दे राम नाम आत्म में सो दे राम नाम सारस भी सो मुल्ला जो मन से लड़े हेलो महाराज जी कह तू आप त्याग दे प्यार पर त्याग दे तू पहले रख दे मार्ग पे चल तो सही प्यार पर जिन्ना प्यार असी वे उन्ने कंडे साडे चोली च पाए शायद जिम्मेवारी साडे कोल ज्यादा वड्डी आ इन्ना वड्डा निस्तारा होना चौ जुगा का हुण नबेड़ा कदे कदे फिर मेरी बुद्ध जिहड़ी है ना उत्थे खत्म हो जाती है फिर इदा लगता है कि जिदा न्याणा जमदा है ते मां नूं पीड़ा सहणियां पैंदियां ना ते शायद ये खालसा काल पुरख की फौज जिहड़ी गज के दुनिया जाणी है ना ते थोड़ियां जिहे विच अजे पीड़ा आ रही है ਇਹ ਵੀ ਨਿਕਲ ਜਾਣੀ ਇਹ ਵੀ ਸਮਾਂ ਆਣਾ ਇਹ ਵੀ ਨਿਕਲ ਜਾਣੀ ਆ ਇਹ ਹੋਏਗਾ ਤੇ ਬਾਕੀ ਇਹ ਆ ਕਿ ਜੋ ਅਸੀਂ ਕਰ ਸਕਦੇ ਹਾਂ ਪਹਿਲਾਂ ਤਾਂ ਮੈਨੂੰ ਇਹ ਆ ਕਿ ਅਸੀਂ ਕੁਝ ਕਰਨ ਜੋਗੇ ਨਹੀਂ ਆ ਝੋਲੀ ਅੱਡ ਕੇ ਰੱਖੋ ਬਸ ਮਹਾਰਾਜ ਸੇਵਾ ਤੁਹਾਨੂੰ ਪਾ ਦੇ ਪਰ ਜਦੋਂ ਸੇਵਾ ਪਾਏ ਤੇ ਮੂੰਹ ਨਾ ਮੋੜਿਆ ਝੋਲੀ ਅੱਡ ਕੇ ਰੱਖੋ ਚਲੋ ਮੈਂ ਉੱਥੇ ਜਰਨਲਿਸਟ ਸੀ ਤੇ ਉਹ ਹੋ ਗਿਆ ਹੁਣ ਸਾਰੇ ਜਰਨਲਿਸਟ ਤਾਂ ਨਹੀਂ ਹੋ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣਾ ਰੋਲ ਅਦਾ ਕਰਦੇ ਕੋਈ ਬਾਪੂ ਜੀ ਆਪਣਾ ਰੋਲ ਅਦਾ ਕਰ ਰਹੇ ਆ ਦੂਜਾ ਸਭ ਦੇ ਆਪਣੇ ਆਪਣੇ ਰੋਲ ਮਹਾਰਾਜ ਨੇ ਕੀਤੇ ਹੋਏ ਆ ਭਾਈ ਸਾਹਿਬ ਆਪਣਾ ਰੋਲ ਅਦਾ ਕਰ ਰਹੇ ਭਾਈ ਸਾਹਿਬ ਦਾ ਰੋਲ ਅਦਾ ਕਰ ਰਹੇ ਜਿਹੜਾ ਵੀ ਆ ਝੋਲੀ ਅੱਡ ਕੇ ਰੱਖੋ ਤੇ ਪੰਥ ਦੀ ਗੱਲ ਆ ਜਾਏ ਤੇ ਫਿਰ ਮੂੰਹ ਨਾ ਮੋੜਿਆ ਜਾਏ ਫਿਰ ਆਪਣਾ ਸਵਾਰਥ ਨਹੀਂ ਖੜਾ ਹੋਣਾ ਚਾਹੀਦਾ ਫਿਰ ਆਪਣਾ ਇੰਟਰਸਟ ਸੈਲਫ ਇੰਟਰਸਟ ਨਹੀਂ ਆਉਣਾ ਚਾਹੀਦਾ ਇਹ ਯਾਦ ਰੱਖਿਆ ਜੀ ਗੱਲ ਬਰਾਬਰੀ ਹੋਏਗੀ ਇਹ ਨਹੀਂ ਕਿ ਭਾਵੇਂ ਕੋਈ ਰਾਜਾ ਹੋਵੇ ਤੇ ਉਹ ਕੁਝ ਕਰ ਲੇ ਜਿੱਦਾਂ ਕਹਿੰਦੇ ਨਾ ਜਿੱਦਾਂ ਘਾਈ ਨੇ ਵਿਚਾਰੇ ਨੇ ਆਪਣਾ ਘਾਹ ਕੱਟਣ ਵਾਲੇ ਦੇਵਤਾ ਉਹ ਵੀ ਪ੍ਰਮਾਣ ਦਾ ਉਹ ਬਹੁਤ ਉੱਚਾ ਤੇ ਕੋਈ ਲੱਖਾਂ ਰੁਪਈਆ ਦਾਨ ਕਰ ਦੇ ਤੇ ਹੋਵੇ ਕਰੋੜਪਤੀ ਉਹ ਵੀ ਉਹਦੇ ਬਰਾਬਰ ਨਹੀਂ ਹੁੰਦਾ ਇਸ ਕਰਕੇ ਜਿਹੜਾ ਜਿੱਥੇ ਵੀ ਹੈ ਪਹਿਲਾਂ ਸਾਡੇ ਕੋਲ ਆਪਣਾ ਵੀ ਸਿੱਖੀ ਦਾ ਆਚਰਨ ਹੋਵੇ ਸਾਨੂੰ ਸਮਝ ਹੋਵੇ ਇਹ ਨਾਲ ਕੋਈ ਕੁਐਸਚਨ ਕੁਝ ਤੁਹਾਨੂੰ ਪਤਾ ਨਹੀਂ ਲੱਗੇ ਜੇ ਫਿਰ ਕੋਈ ਗੱਲ ਆ ਜਾਂਦੀ ਨਹੀਂ ਮੈਂ ਤੇ ਆਪਣਾ ਘਰ ਦੇਖਣਾ ਮੈਂ ਸਰਵਿਟਰਸ ਦੇਖਣਾ ਮੈਂ ਆਹ ਦੇਖਣਾ ਉਹ ਦੇਖਣਾ ਜੇ ਮੈਂ ਗੱਲ ਕੀਤੀ ਹੈ ਨਾ ਤਾਂ ਫਿਰ ਆਪਾਂ ਝੋਲੀ ਅੱਡ ਕੇ ਰੱਖੀਏ ਗੁਰੂ ਸਾਹਿਬ ਤੂੰ ਸੇਵਾ ਪਾਏਗਾ ਸੇਵਾ ਉਹਨੇ ਦੇਣੀ ਆ ਯਾਦ ਰੱਖਿਆ ਜੀ ਉਹ ਜਿਹਨੂੰ ਤੁੱਟ ਕੇ ਦੇਗਾ ਉਹਦੀ ਮਰਜ਼ੀ ਹੈ ਖਸਮੇ ਹੱਥ ਬਣੇ ਆਈਏ ਜੇ ਭਾਵੇਂ ਤਾਂ ਦੇ ਉਹਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਦੇਵੇ ਜਿਹਦੀ ਦੋ ਪਰ ਫਿਰ ਉਹ ਝੋਲੀ ਤੁਸੀਂ ਪਿੱਛੇ ਨਾ ਕਰ ਭਾਂਡਾ ਤੁਹਾਡਾ ਪੁੱਠਾ ਨਾ ਪਿਆ ਹੋਵੇ ਦਾਤ ਜਦੋਂ ਪੈਣੀ ਹੈ ਭਾਂਡਾ ਪੁੱਠਾ ਪਿਆ ਅੰਮ੍ਰਿਤ ਪੈਣਾ ਭਾਂਡਾ ਮੇਰਾ ਪੁੱਠਾ ਪਿਆ ਤਾਂ ਪੈਣਾ ਨਹੀਂ ਵਿੱਚ ਔਰ ਜੋ ਮੈਂ ਕਰਨਾ ਉਹਦਾ ਹੰਕਾਰ ਨਾ ਪਾਲਾਂਗੇ ਅਸੀਂ ਜੋ ਕਰ ਲਿਆ ਜਾਂ ਫਿਰ ਮੈਨੂੰ ਕਿਸੇ ਸਮਝਾ ਲਿਆ ਜੇ ਮੈਂ ਕੋਈ ਗੱਲ ਸੇਵਾ ਕਰ ਲਈ ਫਿਰ ਦਿਖਾਉਣਾ ਨਹੀਂ ਭਗਤ ਕਰੇ ਮੂਰਖ ਆਪ ਜਣਾ ਹੋਇਆ ਮੂਰਖ ਨਹੀਂ ਬਣਨਾ ਜਿਹੜਾ ਜਣਾਉਂਦਾ ਨਾ ਮੈਂ ਕੀਤਾ ਕੁਛ ਉਹ ਨਹੀਂ ਜਣਾਉਂਦਾ ਇਹ ਕਰਨਾ ਬਹੁਤ ਕੰਮ ਤੇ ਇਹ ਬਹੁਤ ਵਧੀਆ ਭੈਣ ਜੀ ਦੀ ਸਪਿਰਿਟ ਆ ਉਹਨਾਂ ਨੇ ਕਿ ਅਸੀਂ ਕੀ ਕਰ ਸਕਦੇ ਹਾਂ ਕਾਸ਼ ਸਾਰੇ ਪੰਥ ਦੀ ਸਪਿਰਿਟ ਸਾਰੇ ਬੱਚਿਆਂ ਦੀ ਹੋਵੇ ਕਿ ਅਸੀਂ ਵੀ ਆਪਣਾ ਰੋਲ ਅਦਾ ਕਰੀਏ ਆਪਣੀ ਵਾਲੀ ਭੂਮਿਕਾ ਅਦਾ ਕਰੀਏ ਤੇ ਇਹ ਬਾਕੀ ਜੇ ਸਭ ਤੋਂ ਵੱਡਾ ਗੱਲ ਆ ਅਸੀਂ ਆਪਣਾ ਜੀਵਨ ਬਣਾਈਏ ਤੇ ਜਦੋਂ ਜੀਵਨ ਬਣਾਵਾਂਗੇ ਤੇ ਜੇ ਸੇਵਾ ਦੇਣੀ ਹੋਈ ਅਕਾਲ ਪੁਰਖ ਭਾਂਡਾ ਦੇ ਕੇ ਆਪੇ ਦੇ ਕੇ ਦੇ ਦਿੰਦਾ ਇਸ ਭਾਂਡੇ 'ਚ ਸੇਵਾ ਪਾਣੀ ਆ ਪਰ ਭਾਂਡਾ ਸਾਡਾ ਸਾਫ਼ ਹੋਣਾ ਚਾਹੀਦਾ ਅਸੀਂ ਭਾਂਡਾ ਸਾਫ਼ ਕਰਨਾ ਜਿਹੜੀ ਸੇਵਾ ਦੇਣੀ ਹੋਈ ਤੁਹਾਨੂੰ ਭਾਂਡੇ 'ਚ ਪਾ ਦੇਣਾ